ਗੁਰੀ ਅੰਦਰ ਜੁੜ ਮਿਲ ਬੈਠੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਰਸਨਾ ਕਰੋ ਪਵਿੱਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਤੀਨ ਭਵਨ ਭਰਪੂਰ ਰਹਿਓ ਸੋਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਰਮ ਪਵਿੱਤਰ ਅੰਗ 1405 ਤੋਂ ਸਹਿਜ ਪਾਠ ਦੀ ਆਰੰਭਤਾ ਹੋ ਰਹੀ ਹੈ। ਸਵਈਏ ਮਹੱਲੇ ਚੌਥੇ ਕੇ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਮਹਿਮਾ ਦੇ ਸਵਈਏ ਆਪਾਂ ਸਰਵਣ ਕਰ ਰਹੇ ਹਾਂ। ਤੀਨ ਭਵਨ ਭਰਪੂਰ ਰਹਿਓ ਸੋਈ, ਬਲ ਭੱਟ ਜੀ ਦੇ ਸਵਈਏ ਆਰੰਭ ਹੋ ਰਹੇ ਨੇ। ਤੀਨ ਭਵਨ, ਤਿੰਨੇ ਭਵਨ ਲੋਕਾਂ ਦੇ ਅੰਦਰ ਭਰਪੂਰ ਰਹਿਓ ਸੋਈ, ਉਹ ਪਰਮੇਸ਼ਰ ਹੀ ਪਰਿਪੂਰਨ ਵਿਆਪਕ ਹੋ ਰਿਹਾ ਹੈ। ਆਪਣਾ ਸਰਸ ਕੀਓ ਨਾ ਜਗਤ ਕੋਈ, ਆਪਣਾ ਸਰਸ ਆਪਣਾ ਮੁਕਤ ਹੀ ਨੇ, ਕਈ ਆਪਣ ਅਣਗਹਿਲੀ ਨਾਲ ਉਚਾਰਨ ਹੁੰਦਾ, ਧਿਆਨ ਰੱਖਣਾ। ਆਪਣ ਸਰਸ, ਉਸ ਪਰਮੇਸ਼ਰ ਨੇ ਆਪਣੇ ਸਰਸ ਹੁੰਦਾ ਸੁਦਰਸ ਆਪਣੇ ਬਰਾਬਰ ਦਾ ਕੀ ਆ ਉਹਨਾਂ ਜਗਤ ਕੋਈ, ਕੋਈ ਵੀ ਜਗਤ ਸੰਸਾਰ ਵਿੱਚ ਪੈਦਾ ਨਹੀਂ, ਕੀ ਉਹ ਕੀਤਾ ਭਾਵ ਅਦੁੱਤੀ ਬ੍ਰਹਮ ਹੈ। ਆਪਨ ਆਪ ਆਪ ਹੀ ਉਪਾਇਆ, ਆਪਨ ਆਪ ਆਪ ਹੀ ਉਹ ਪਾਇਓ, ਇਹ ਜਈਆ ਜਿਹੜਾ ਹੈ ਐੜੇ ਦਾ ਉਚਾਰਨ ਇੱਥੇ ਆਵੇਗਾ ਵੀ ਉਸਨੇ ਆਪਣੇ ਆਪ ਤੋਂ ਹੀ ਸਾਰਾ ਜਗਤ ਉਹ ਪਾਇਓ ਪੈਦਾ ਕੀਤਾ ਹੈ, ਜਾਂ ਆਪਣਾ ਆਪ ਉਸ ਵਾਹਿਗੁਰੂ ਨੇ ਆਪ ਹੀ ਉਪਾਇਆ ਪੈਦਾ ਕੀਤਾ। ਸੁਰ ਨਰ ਅਸੁਰ ਅੰਤ ਨਹੀਂ ਪਾਇਆ, ਅਤੇ ਫਿਰ ਸਵਰਗ ਚ ਰਹਿਣ ਵਾਲੇ ਸੁਰ ਦੇਵਤੇ ਅਤੇ ਨਰ ਮਾਤ ਲੋਕ ਵਿੱਚ ਰਹਿਣ ਵਾਲੇ ਆਮ ਮਨੁੱਖ ਅਤੇ ਅਸੁਰ ਪਤਾਲ ਚ ਰਹਿਣ ਵਾਲੇ ਜਿਹੜੇ ਦੈਂਤ ਹਨ, ਅੰਤ ਨਹੀਂ ਪਾਇਓ, ਕਿਸੇ ਨੇ ਵੀ ਵਾਹਿਗੁਰੂ ਦਾ ਅੰਤ ਅਖੀਰ ਨਹੀਂ ਪਾਇਆ। ਪਾਇਓ ਨਹੀਂ ਅੰਤ ਸੁਰੇ ਅਸੁਰ ਹੈ ਨਰ, ਪਾਇਓ ਨਹੀਂ ਅੰਤ ਸੁਰੇ ਅਸੁਰ ਹੈ ਨਰ। ਨਿਸ਼ਚੇ ਕਰਕੇ ਕਹਿੰਦੇ ਵੀ ਜਿਹੜੇ ਸੁਰੇ ਸੁਰ ਦੇਵਤੇ ਅਸੁਰੇ ਅਸੁਰ ਦੈਂਤ ਤੇ ਨਰ ਮਨੁੱਖ ਆਦਿ ਕਿਸੇ ਨੇ ਵੀ ਵਾਹਿਗੁਰੂ ਦਾ ਅੰਤ ਨਹੀਂ ਪਾਇਆ। ਗਾਣ ਗੰਧਰਵ ਖੋਜ ਅੰਤ ਫਿਰੇ, ਗਾਣ ਗੰਧਰਵ ਖੋਜ ਅੰਤ ਫਿਰੇ, ਧੱਦੇ ਦੇ ਭਾਰ ਪਾਉਣਾ ਇਹਦੇ ਬੱਬਾ ਪੋਲਾ, ਗਾਣ ਗੰਧਰਵ ਖੋਜ ਅੰਤ ਫਿਰੇ। ਗਣ ਨਾਮ ਹੈ ਸਾਧ ਸੰਗਤ, ਜਿਵੇਂ ਸ਼ਿਵ ਜੀ ਦੇ ਗਣ ਨੇ ਟੋਣਾ ਛੋਣਾ ਲੰਦੀ ਭਰਿੰਗੀ ਆਦਿਕ, ਅਤੇ ਫਿਰ ਗੰਧਰਵ ਦੇਵਤਿਆਂ ਦੇ ਜਿਹੜੇ ਹਾਹਾ ਹੂਹੂ ਰਾਗੀ ਇੱਥੇ ਆਦਿਕ ਸਾਰੇ ਹੀ ਖੋਜ ਅੰਤ ਫਿਰੇ, ਵਾਹਿਗੁਰੂ ਨੇ ਖੋਜਦੇ ਫਿਰਦੇ ਹਨ। ਅਵਿਨਾਸੀ ਅਚਲ ਅਜੋਨੀ ਸੰਭਉ, ਅਵਿਨਾਸੀ ਉਹ ਪਰਮੇਸ਼ਰ ਕਿਉਂਕਿ ਅਵਿਨਾਸੀ ਨਾਸ਼ ਤੋਂ ਰਹਿਤ ਹੈ, ਅਚਲ ਅਚਲ ਅਡੋਲ ਹੈ, ਚੱਲਣ ਤੋਂ ਰਹਿਤ ਸਰੂਪ ਹੈ, ਅਜੋਨੀ
ਜੂਨਾਂ ਤੋਂ ਰਹਿਤ ਹੈ। ਸੰਭਉ ਸੰਭਉ ਨਹੀਂ ਪਾਠ ਕਰਨੇ, ਐਵੇਂ ਸੰਭਉ ਸੁਤੇ ਪ੍ਰਕਾਸ਼ ਹੈ, ਆਪਣੇ ਆਪ ਹੀ ਪੈਦਾ ਹੋਇਆ ਏ। ਪੁਰਖੋਤਮ ਅਪਾਰ ਪਰੇ ਅਦੇ ਪੁਰਖੋਤਮ, ਪੁਰਖ ਉੱਤਮ ਦੋ ਸ਼ਬਦਾਂ ਦਾ ਮੇਲ ਹੈ ਵੀ ਸਾਰਿਆਂ ਪੁਰਖਾਂ ਦੇ ਵਿੱਚੋਂ ਪੁਰਖੋਤਮ ਉੱਤਮ ਪੁਰਖ ਹੈ ਵਾਹਿਗੁਰੂ, ਸਭ ਤੋਂ ਵੱਡਾ ਹੈ, ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਅਤੇ ਪਰੇ ਪਰਾ ਰੂਪ ਹੈ ਸਾਰਿਆਂ ਦਾ। ਕਰਨ ਕਾਰਨ ਸਮਰੱਥ ਸਦਾ ਸੋਈ, ਸੋਈ ਉਹੀ ਪਰਮੇਸ਼ਰ ਸਾਰਿਆਂ ਕਾਰਨਾਂ ਦੇ ਕਾਰਜਾਂ ਨੂੰ ਕਰਨ ਵਾਲਾ ਸਮਰੱਥ ਸਰਵ ਸ਼ਕਤੀਮਾਨ ਹੈ। ਸਰਬ ਜੀਵ ਮਨ ਧਿਆਇਆ, ਸਰਬ ਜੀਵ ਮਨ ਧਿਆਇਆ, ਇਹ ਧੱਦੇ ਦੇ ਵੀ ਚਰਨ ਚੱਦਾ ਜਈਆ ਹੈ। ਧਿਆ ਧੱਦੇ ਨੂੰ ਸਿਹਾਰੀ ਐੜੇ ਕੰਨਾਂ ਲੱਗ ਜਾਏਗਾ, ਧਿਆਏ ਆਓ ਤੇ ਅੱਗੇ ਜਈਆ ਵੀ ਜੋ ਐੜੇ ਦਾ ਉਚਾਰਨ ਕਰੇਗਾ। ਸਰਬ ਜੀਵ ਮਨ ਧਿਆਏ ਆਓ, ਤੇ ਸਾਰੇ ਜੀਵਾਂ ਨੇ ਮਨ ਹਿਰਦੇ ਜੋ ਸਵਾਹਿਗੁਰੂ ਨੇ ਧਿਆਉਣਾ ਕੀਤਾ ਉਹਨੂੰ ਹੀ ਧਿਆਉਣਾ ਕਰਦੇ ਹਨ। ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ, ਜਯੋ ਤੇ ਜੈ ਇੱਦਾਂ ਹੀ ਪਾਠ ਕਰਨੇ। ਸ੍ਰੀ ਗੁਰੂ ਰਾਮਦਾਸ, ਇਹ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀਓ, ਆਪ ਉਸੇ ਦਾ ਸਰੂਪ ਹੋ ਤੇ ਇਸੇ ਕਰਕੇ ਜਯੋ ਜੈ ਜਗ ਮਹਿ, ਜਗਤ ਦੇ ਵਿੱਚ ਜਯੋ ਜੈ ਆਪ ਜੀ ਦੀ ਜੈ ਜੈਕਾਰ ਹੋ ਰਹੀ ਹੈ। ਤੈ ਹਰ ਪਰਮ ਪਦ ਪਾਇਆ, ਕਿਉਂਕਿ ਤੈ ਤੁਸੀਂ ਮਹਾਰਾਜ ਐਸਾ ਜੋ ਸਰਵ ਸ਼ਕਤੀਵਾਨ ਗੁਣਾਂ ਦਾ ਖਜ਼ਾਨਾ ਪਰਮ ਪਦ ਵੱਡੀ ਪਦਵੀ ਦੇ ਦੇਣ ਵਾਲਾ ਹਰ ਪਰਮੇਸ਼ਰ ਹੈ, ਉਹਦੇ ਤਾਂ ਹੀ ਪਾਇਓ ਪ੍ਰਾਪਤ ਕਰ ਲਿਆ ਹੈ। ਜਾਂ ਤੁਸੀਂ ਗੁਰੂ ਅਮਰਦਾਸ ਸਾਹਿਬ ਜੀ ਦੀ ਸਿੱਖਿਆ ਦੁਆਰਾ ਹਰ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਜਿਹੜੀ ਪਰਮ ਸਭ ਤੋਂ ਵੱਡੀ ਪਦ ਪਦਵੀ ਸਭ ਤੋਂ ਵੱਡਾ ਦਰਜਾ ਹੈ, ਉਹ ਆਪ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਆਪ ਨੇ ਪਾਇਆ ਹੈ। ਸਤਿਗੁਰ ਨਾਨਕ ਜਾਂ ਤੈ ਹਰ ਪਰਮ ਪਦ ਪਾਇਓ, ਤੀਜੇ ਗੁਰੂ ਸਾਹਿਬ ਦੁਆਰਾ ਹਰੀ ਦੀ ਬਖਸ਼ੀ ਹੋਈ ਗੁਰਤਾ ਗੱਦੀ ਰੂਪੀ ਪਰਮ ਪਦਵੀ ਨੂੰ ਆਪ ਜੀ ਨੇ ਮਹਾਰਾਜ ਸਾਹਿਬ ਪਾ ਲਿਆ ਹੈ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਸਤਿਗੁਰੂ ਨਾਨਕ ਸੱਚੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵਾਹਿਗੁਰੂ ਦੀ ਭਗਤ ਕਰੀ ਇੱਕ ਮਨ, ਇੱਕ ਮਨ ਇੱਕ ਚਿੱਤ ਹੋ ਕੇ ਭਗਤੀ ਕਰੀ ਕੀਤੀ ਹੈ। ਤਨ ਮਨ ਧਨ ਗੋਬਿੰਦ ਦੀਆ, ਉਹਦੇ ਆਪਣਾ ਤਨ ਮਨ ਧਨ ਗੋਬਿੰਦ ਪਰਮੇਸ਼ਰ ਦੇ ਚਰਨਾਂ 'ਚ ਹੀ ਅਰਪ ਕਰ ਦੀਓ ਦੀਆ ਦਿੱਤਾ, ਭਾਵ ਕਿ ਹਰ ਤਰ੍ਹਾਂ ਦਾ ਮਾਨ ਅਭਿਮਾਨ ਛੱਡ ਕੇ ਪੂਰਨ ਭਾਵਨਾ ਨਾਲ ਗੁਰੂ ਨਾਨਕ ਦੇਵ ਸਾਹਿਬ ਨੇ ਵਾਹਿਗੁਰੂ ਦੀ ਬੰਦਗੀ ਕੀਤੀ ਹੈ। ਅੰਗਦ ਅਨੰਤ ਮੂਰਤ ਨਿਜ ਧਾਰੀ, ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵੀ ਅਨੰਤ ਬੇਅੰਤ ਸਰੂਪ ਪਰਮੇਸ਼ਰ ਦੀ ਜੋ ਮੂਰਤੀ ਹੈ, ਭਾਵ ਜੋ ਵਾਹਿਗੁਰੂ ਦਾ ਸਰਵ ਵਿਆਪੀ ਸਰੂਪ ਹੈ, ਨਿਜ ਧਾਰੀ ਆਪਣੇ ਨਿਜ ਕਹਿੰਦੇ ਵੀ ਆਪਣੇ ਅੰਦਰ ਆਪਣੇ ਹਿਰਦੇ 'ਚ ਧਾਰਨ ਕੀਤੀ, ਵਾਹਿਗੁਰੂ ਦਾ ਸਰੂਪ ਆਪਣੇ ਅੰਦਰ ਵਸਾ ਲਿਆ। ਅਗਮ ਗਿਆਨ ਰਸ ਰਸਿਆ ਹੀਆ, ਜਿਹੜੇ ਗੁਰੂ ਅੰਗਦ ਸਾਹਿਬ ਜੀ ਦਾ ਜੋ ਹੀਆ ਉਹ ਹਿਰਦਾ ਅਗਮ ਗਮਤਾ ਤੋਂ ਰਹਿਤ ਵਾਹਿਗੁਰੂ ਦੇ ਗਿਆਨ ਰੂਪੀ ਰਸ ਦੇ ਨਾਲ ਰਸਿਆ, ਕਹਿੰਦੇ ਵੀ ਰਸਾਲ ਹੋ ਗਿਆ, ਭਾਵ ਅੰਦਰ ਜਿਵੇਂ ਕੋਈ ਚੀਜ਼ ਸਿਮਦੀ ਹੈ ਨਾ, ਰਸ ਭਰਪੂਰ ਹੋਈ ਦਾ, ਐਵੇਂ ਗਿਆਨ ਦੇ ਨਾਲ ਰਸ ਭਰਪੂਰ ਹੋ ਗਏ ਸਾਰਿਆਂ 'ਚ ਬ੍ਰਹਮ ਨੂੰ ਵੇਖਦੇ ਹਨ। ਗੁਰ ਜਾਂ ਅਗਮ ਗਿਆਨ ਰਸ ਰਸਿਓ ਹੀ ਆਓ, ਅਗਮ ਅਪਹੁੰਚ ਹਰੀ ਦਾ ਗਿਆਨ ਅਤੇ ਰਸ ਪ੍ਰੇਮ ਨਾਲ ਆਪ ਜੀ ਦਾ ਹਿਰਦਾ ਜਿਹੜਾ ਹੈ
ਉਹ ਭਿੱਜ ਗਿਆ ਪਰਮੇਸ਼ਰ ਦੇ ਪ੍ਰੇਮ ਵਿੱਚ, ਭਿੱਜ ਗਏ ਗਿਆਨ ਦੁਆਰਾ। ਗੁਰੇ ਅਮਰਦਾਸ ਕਰਤਾਰ ਕੀ ਵਸ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਸਿੱਖਿਆ ਦੁਆਰਾ ਕਰਤਾਰ ਕੀ ਵਸ, ਕਰਤਾਰ ਨੂੰ ਆਪਣੇ ਵਸ ਅਧੀਨ ਕੀਓ ਕੀਤਾ ਹੈ, ਭਾਵ ਕਿ ਪਰਮੇਸ਼ਰ ਨੂੰ ਮਹਾਰਾਜ ਨੇ ਪ੍ਰੇਮ ਦੀ ਡੋਰੀ ਨਾਲ ਵਸ ਕਰਕੇ ਪ੍ਰਾਪਤ ਕੀਤਾ ਏ। ਵਾਹੋ ਵਾਹੋ ਕਰ ਧਿਆਇਓ ਧਿਆਇਓ, ਅਤੇ ਵਾਹੋ ਵਾਹੋ ਵਾਹਿਗੁਰੂ ਵਾਹਿਗੁਰੂ ਕਰਕੇ ਉਸ ਪਰਮੇਸ਼ਰ ਨੂੰ ਧਿਆਉਣਾ ਕੀਤਾ, ਜਾਂ ਵਾਹੋ ਧੰਨ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਇਸ ਤਰ੍ਹਾਂ ਕਰਕੇ ਤੀਜੇ ਸਤਿਗੁਰਾਂ ਨੇ ਧਿਆਉਣਾ ਕੀਤਾ ਹੈ। ਸ੍ਰੀ ਗੁਰ ਰਾਮਦਾਸ ਜਯੋ ਜੈ ਜਗ ਮਹਿ, ਗੁਰੂ ਰਾਮਦਾਸ ਸਾਹਿਬ ਜੀ ਜਗ ਜਗਤ ਦੇ ਮਹਿ ਵਿੱਚ ਜਯੋ ਜੈ ਜੈ ਜੈਕਾਰ ਹੋ ਰਹੀ ਹੈ ਆਪ ਜੀ ਦੀ। ਤੈ ਹਰ ਪਰਮ ਪਦ ਪਾਇਆ, ਤੁਸੀਂ ਗੁਰੂ ਅਮਰਦਾਸ ਸਾਹਿਬ ਦੁਆਰਾ ਹਰੀ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਪਰਮ ਸਭ ਤੋਂ ਵੱਡੀ ਜਿਹੜੀ ਪਦਵੀ ਹੈ, ਸਭ ਤੋਂ ਵੱਡਾ ਦਰਜਾ ਜਿਹੜਾ ਹੈ ਉਹ ਪਾਇਓ ਪਾ ਲਿਆ। ਨਾਰਦ ਧਰੂਵ ਪ੍ਰਹਲਾਦ ਸੁਦਾਮਾ, ਨਾਰਦ ਬ੍ਰਹਮਾ ਦਾ ਪੁੱਤਰ, ਧਰੂਵ ਭਗਤ ਜੀ ਅਤੇ ਪ੍ਰਹਲਾਦ ਭਗਤ ਜੀ ਤੇ ਸੁਦਾਮਾ ਇਤਿਹਾਸਕ ਜਿੰਨੇ ਵੀ ਹਨ, ਪੁੱਬ ਭਗਤ ਹਰ ਕੇ ਜੁਗਣ, ਪੁੱਬ ਭਗਤ ਹਰ ਕੇ ਜੁਗਣ, ਜੁਗਣ ਪਾਸ਼ ਹੈ ਮੁੱਖ ਰੂਪ ਦੇ ਵਿੱਚ, ਜੁਗਣ ਤੋਂ ਭਾਵ ਪੁੱਬ ਪੂਰਵਲੇ ਜਿਹੜੇ ਯੁੱਗਾਂ ਦੇ ਵਿੱਚ ਜਿੰਨੇ ਵੀ ਹਰੀ ਪਰਮੇਸ਼ਰ ਦੇ ਭਗਤ ਹੋਏ ਹਨ, ਇਹਨਾਂ ਭਗਤਾਂ ਦੇ ਸਹਿਤ ਇਹ ਜੁਗਣ ਪਾਠ ਜੁੜਤ ਰੂਪ ਵਿੱਚ ਹੈ। ਜੋ ਗਣ ਇੱਦਾਂ ਵੀ ਕਰਦੇ ਨੇ ਪਰ ਉਹ ਦੂਜਾ ਪਾਠ ਮੰਨ ਲੈਣਾ, ਪਰ ਮੁੱਖ ਜੁਗਣ ਹੈ। ਪੁੱਬ ਭਗਤ ਹਰ ਕੇ, ਪੁੱਬ ਭਗਤ ਹਰ ਕੇ ਜੋ ਗਣ, ਪੁੱਬ ਪੂਰਵਲੇ ਜਿੰਨੇ ਵੀ ਹਰੀ ਦੇ ਭਗਤ ਜੋ ਗਿਣੇ ਜਾਂਦੇ ਹਨ, ਵਿਚਾਰੀ ਦੇ ਹਨ। ਅਮਰੀਕ ਜੈ ਦੇਵ ਤਰਲੋਚਨ, ਜੈ ਦੇਵ ਜੱਜੇ ਦੇ ਉੱਤੇ ਜਈਏ ਦੀਆਂ ਲਾਵਾਂ ਬਣ ਜਾਣਗੀਆਂ। ਅਮਰੀਕ ਭਗਤ ਜੀ, ਇਹ ਅਮਰੀਕ ਭਗਤ ਦੁਆਪਰ ਤੋਂ ਲੈ ਕੇ ਕਲਯੁਗ ਤੀਕ ਰਿਹਾ ਹੈ, ਇਸ ਕਰਕੇ ਇਹਦੀ ਕਲਯੁਗ ਵਿੱਚ ਭਗਤ ਭੱਟ ਸਾਹਿਬਾਨ ਗਿਣਤੀ ਦੇ ਰਹੇ ਹਨ। ਫਿਰ ਜੈਦੇਵ ਭਗਤ ਜੀ ਅਤੇ ਤਰਲੋਚਨ ਭਗਤ ਜੀ, ਨਾਮਾ ਅਵਰ ਕਬੀਰ ਭਣ, ਅਤੇ ਨਾਮਾ ਨਾਮਦੇਵ ਜੀ ਅਤੇ ਹੋਰ ਕਬੀਰ ਆਦਿਕ ਜਿੰਨੇ ਵੀ ਗੁਰਮੁਖ ਭਗਤ ਭਣਨ ਉਚਾਰਨ ਕੀਤੇ ਹਨ, ਜਿਨ੍ਹਾਂ ਜਿਨ੍ਹਾਂ ਦਾ ਨਾਮ, ਤਿੰਨ ਕੌ ਅਵਤਾਰ ਭਇਓ ਕਲ ਭਿੰਤਰ, ਇਹ ਤਿੰਨ ਕੌ ਤਿੰਨਾਂ ਭਗਤਾਂ ਕੌ ਦਾ ਅਰਥ ਹੈ ਦਾਤ, ਦਾ ਅਵਤਾਰ ਜਨਮ ਭਇਓ ਕਲ ਭਿੰਤਰ, ਭਇਓ ਉਚਾਰਨ ਹੈ, ਭਇਓ ਕਲ ਭਿੰਤਰ ਕਲਯੁਗ ਦੇ ਭਿੰਤਰ ਭੀਤਰ ਵਿੱਚ ਹੋਇਆ ਹੈ। ਜਸ ਜਗਤਰ ਪਰ ਛਾਇਆ, ਇਹ ਸਾਰੇ ਹੀ ਭਗਤਾਂ ਦਾ ਹਰੀ ਦੀ ਭਗਤੀ ਦੇ ਪ੍ਰਤਾਪ ਕਰਕੇ ਜਸ ਸਾਰੇ ਸੰਸਾਰ ਪਰ ਉੱਤੇ ਛਾਇਓ ਛਾਇਆ ਫੈਲਿਆ ਹੋਇਆ, ਵਾਹਿਗੁਰੂ ਦੀ ਬੰਦਗੀ ਕਰਨ ਕਰਕੇ ਸਾਰੇ ਭਗਤ ਜਿਹੜੇ ਹਨ ਇਹਨਾਂ ਅੱਗੇ ਸੀਸ ਝੁਕਾਉਂਦੇ ਨੇ ਲੋਕ। ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ, ਇਸੇ ਤਰ੍ਹਾਂ ਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਆਪ ਜੀ ਦੀ ਸਾਰੇ ਜਗਤ ਵਿੱਚ ਜੈ ਜੈਕਾਰ ਹੋ ਰਹੀ ਹੈ। ਕਾਰਨ ਕੀ ਹੈ ਦੱਸਦੇ ਹਨ, ਤੈ ਹਰ ਪਰਮ ਪਦ ਪਾਇਆ, ਤੈ ਤੁਸੀਂ ਹਰ ਪਰਮੇਸ਼ਰ ਦੀ ਕਿਰਪਾ ਤੋਂ ਸੰਸਾਰ ਦੀ ਕਲਿਆਣ ਕਰਨ ਵਾਸਤੇ ਪਰਮ ਸਭ ਤੋਂ ਵੱਡੀ ਜੋ ਗੁਰਤਾ ਗੱਦੀ ਰੂਪੀ ਪਦਵੀ ਦਰਜਾ ਹੈ ਉਹ ਆਪ ਜੀ ਨੇ ਗੁਰੂ ਅਮਰਦਾਸ ਜੀ ਦੇ ਪਾਸੋਂ ਪਾਇਓ ਪਾਉਣਾ ਕੀਤਾ ਹੈ। ਮਨਸਾ ਕਰ ਸਿਮਰੰਤ ਤੁਜੈ ਨਰ, ਤੁਜੈ ਨਰ, ਮਨਸਾ ਕਰ ਸਿਮਰੰਤ ਤੁਜੈ ਨਰ, ਹੇ ਗੁਰੂ ਰਾਮਦਾਸ ਜੀ ਜਿਹੜੇ ਨਰ ਮਨੁੱਖ ਤੁਜੈ ਤੈਨੂੰ ਮਨਸਾ ਬੁੱਧੀ ਕਰਕੇ ਮਨ ਦੀ ਚਾਹਨਾ ਕਰਕੇ ਸਿਮਰੰਤ ਸਿਮਰਦੇ ਹਨ। ਕਾਮ ਕ੍ਰੋਧ ਮਿਟਿਓ ਜੋ ਤਿਣੰਗ, ਕਾਮ ਕ੍ਰੋਧ ਮਿਟਿਓ ਜੋ ਤਿਣੰਗ, ਤਿਣੰਗ ਉਹਨਾਂ ਦੇ ਅੰਦਰੋਂ ਜੋ ਕਾਮ ਕ੍ਰੋਧ ਆਦਿਕ ਵਿਕਾਰਾਂ ਰੂਪੀ ਦੁਸ਼ਮਣ ਹਨ ਉਹ ਸਾਰੇ ਮਿਟਿਓ ਮਿਟ ਜਾਂਦੇ ਹਨ।
ਉਹ ਸਾਰੀ ਇੱਕ ਸਿੰਚ ਨਾਸ ਹੁੰਦੇ ਨੇ ਜਾਂ ਮਨਸਾ ਮਨਸਾ ਕਰ ਸਿਮਰ ਅੰਤ ਤੁਜੈ ਨਰ। ਇਹ ਗੁਰੂ ਸਾਹਿਬ ਜਿਹੜੇ ਮਨੁੱਖ ਤੈਨੂੰ ਮਨ ਦੀ ਭਾਵਨਾ ਨਾ ਅਰਾਧਦੇ ਹਨ, ਮਨੁੱਖ ਜਿਹੜੇ ਕਾਮ ਕ੍ਰੋਧ ਮਿਟਿਓ ਜੋ ਤਿਣ, ਉਹਨਾਂ ਦੇ ਅੰਤਕਰਨ ਰੂਪੀ ਅੱਖ ਦੇ ਵਿੱਚ ਜੋ ਕਾਮ ਕ੍ਰੋਧ ਆਦਿ ਵਿਕਾਰਾਂ ਦਾ ਤਿਣੰਗ ਨਾਮ ਤ੍ਰਿਣ ਕੱਖ ਦਾ, ਵੀ ਜਿਵੇਂ ਅੱਖ ਵਿੱਚ ਕੱਖ ਪੈਵੇ ਤੇ ਅੱਖ ਰੜਕਦੀ ਖੁੱਲਦੀ ਨੀ ਨਾ, ਅੰਤਕਰਨ ਰੂਪੀ ਅੱਖ ਜਿਹਦੇ ਰਾਹੀਂ ਰੱਬ ਨੂੰ ਵੇਖੀਦਾ, ਉਹ ਕਾਮ ਕ੍ਰੋਧ ਆਦਿਕ ਦਾ ਤਿਣਕਾ ਪਿਆ ਹੋਇਆ ਹੈ, ਉਹ ਮਹਾਰਾਜ ਸਾਹਿਬ ਤੁਸੀਂ ਨਾਮ ਦੀ ਦਾਤ ਦੇ ਕੇ ਕੱਢ ਕੇ ਅੰਦਰੋਂ ਮੇੜ ਦਿੱਤਾ ਏ। ਵਾਚਾ ਕਰ ਸਿਮਰ ਅੰਤ ਤੁਜੈ, ਤੁਜੈ ਪਿੱਛੇ ਤੁਜੈ ਨਰ ਤੇ ਵਿਸ਼ਰਾਮ ਹੈ, ਇੱਥੇ ਤੁਜੈ ਤੇ ਵਿਸ਼ਰਾਮ ਹੈ। ਹੇ ਗੁਰੂ ਰਾਮਦਾਸ ਜੀ, ਜਿਹੜੇ ਵਾਚਾ ਕੀ ਹੈ ਬਾਣੀ ਕਰਕੇ ਤੁਜੇ ਤੈਨੂੰ ਸਿਮਰੰਤ ਸਿਮਰਦੇ ਯਾਦ ਕਰਦੇ ਹਨ, ਜਿਹੜੇ ਬਾਣੀ ਕਰਕੇ ਧੰਨ ਗੁਰੂ ਰਾਮਦਾਸ ਸਾਹਿਬ, ਧੰਨ ਗੁਰੂ ਰਾਮਦਾਸ ਸਾਹਿਬ ਇਹ ਤੇਰਾ ਸਿਮਰਨ ਕਰਦੇ ਹਨ। ਤਿੰਨ ਦੁੱਖ ਦਰਿਦਰ ਮਿਟਿਓ ਜੋ ਖਿਣ, ਤਿੰਨ ਦੁੱਖ ਦਰਿਦਰ ਮਿਟਿਓ ਜੋ ਖਿਣ, ਉਹਨਾਂ ਦਾ ਜੋ ਵੀ ਦੁੱਖ ਅਤੇ ਭਜਨ ਸਿਮਰਨ ਕਰਨ ਵੱਲੋਂ ਦਲਿੱਦਰ ਪਿਆ ਹੋਇਆ ਹੈ, ਜਾਂ ਜੰਮਣ ਮਰਨ ਦਾ ਦੁੱਖ ਵਿਦਿਆ ਆਦਿਕ ਦਾ ਜੋ ਦਲਿੱਦਰ ਹੈ, ਉਹ ਕਹਿੰਦੇ ਵੀ ਜੋ ਖਿਣੰਗ, ਉਹ ਇੱਕ ਖਿਣੰਗ ਛਿਣ ਦੇ ਵਿੱਚ ਹੀ ਮਿਟਿਓ ਮਿਟ ਜਾਂਦਾ, ਨਾਸ ਹੁੰਦਾ ਜਿਹੜੇ ਤੇਰਾ ਨਾਮ ਜਪਦੇ ਨੇ। ਕਰਮ ਕਰ ਤੋ ਦਰਸ ਪਰਸ ਪਾਰਸ ਸਰ, ਕਰਮ ਕਰ ਤੋ ਦਰਸ ਪਰਸ ਪਾਰਸ ਸਰ। ਕਰਮ ਕੀ ਹੈ? ਕਰਮ ਤੋਂ ਭਾਵ ਇੱਥੇ ਸਰੀਰ, ਸਰੀਰ ਕਰਕੇ ਜਿਹੜੇ ਵੀ ਮਹਾਰਾਜ ਸਾਹਿਬ ਜੀ ਆਪ ਜੀ ਦੇ ਦਰਸ਼ਨਾਂ ਨੂੰ ਪਰਸਨਾ ਕਰਦੇ ਨੇ, ਉਹ ਪਾਰਸ ਦੇ ਹੀ ਸਰਸ ਦਰਸ ਹੋ ਜਾਂਦੇ ਨੇ, ਜਿਵੇਂ ਆਪ ਪਾਰਸ ਰੂਪ ਜਿਹੜੇ ਤੁਹਾਡੇ ਚਰਨ ਕਮਲਾਂ ਨੂੰ ਪਰਸਦੇ ਨੇ, ਉਹ ਵੀ ਪਾਰਸ ਰੂਪ ਹੋ ਜਾਂਦੇ ਨੇ। ਭਾਵ ਕਿ ਜਿਵੇਂ ਪਾਰਸ ਸ਼ਕਤੀ ਹੁੰਦੀ ਆ ਅੱਠ ਧਾਤਾਂ ਨੂੰ ਲੋਹਾ ਬਣਾਉਣ ਦੀ, ਉਹਨਾਂ ਗੁਰਮੁਖਾਂ ਨੂੰ ਮਹਾਰਾਜ ਜਗਤ ਦੀ ਕਲਿਆਣ ਦੀ ਸਮਰੱਥਾ ਪਦਵੀ ਬਖਸ਼ ਦਿੰਦੇ ਹੋ। ਬਲ ਭੱਟ ਜਸ ਗਾਇਆ, ਬਲ ਭੱਟ ਜਸ ਗਾਇਓ, ਬਲ ਨਾ ਭੱਟ ਜੀ ਕਹਿੰਦੇ ਨੇ, ਮੈਂ ਆਪ ਜੀ ਦਾ ਜਸ ਗਾਇਓ ਗਾਇਨ ਕਰਦਾ ਹਾਂ ਮਹਾਰਾਜ। ਸ੍ਰੀ ਗੁਰ ਰਾਮਦਾਸ ਜਯੋ ਜੈ ਜਗ ਮਹਿ, ਗੁਰੂ ਰਾਮਦਾਸ ਸਾਹਿਬ ਜੀ ਜਗ ਸੰਸਾਰ ਦੇ ਮਹਿ ਵਿੱਚ ਜਯੋ ਜੈ ਜੈ ਜੈਕਾਰ ਆਪ ਜੀ ਦੀ ਹੋ ਰਹੀ, ਜਸ ਹੋ ਰਿਹਾ ਏ। ਤੈ ਹਰ ਪਰਮ ਪਦ ਕਿਉਂਕਿ ਤੈਂ ਤੁਸੀਂ ਹਰੀ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਜੋ ਪਰਮ ਸਭ ਤੋਂ ਵੱਡੀ ਪਦ ਪਦਵੀ ਕੈਵਲ ਮੋਖ ਅਵਸਥਾ ਨੂੰ ਤੀਜੇ ਪਾਤਸ਼ਾਹ ਦੇ ਕੋਲੋਂ ਪਾਉਣਾ ਕੀਤਾ ਹੈ। ਜਿਹ ਸਤਿਗੁਰ ਸਿਮਰੰਤ, ਇਹ ਭੱਟ ਜਦੋਂ ਸਾਰਿਆਂ ਨੂੰ ਭੱਟ ਕਹਿੰਦੇ ਨੇ, ਜਿਹ ਸਤਿਗੁਰ ਸਿਮਰੰਤ, ਜਿਸ ਗੁਰੂ ਰਾਮਦਾਸ ਜੀ ਦਾ ਸਿਮਰੰਤ ਸਿਮਰਨ ਕਰਨ ਦੇ ਨਾਲ, ਨੈਣ ਕੇ ਤਿਮਰ ਮਿਟ ਹੈ ਖਿਨ, ਨੈਣ ਕੇ ਤਿਮਰ ਮਿਟ ਹੈ ਖਿਨ, ਇੱਕ ਖਿਨ ਵਿੱਚ ਹੀ ਮਨ ਬੁੱਧ ਰੂਪੀ ਨੈਣ ਨੇਤਰਾਂ ਦੇ ਅੰਦਰੋਂ ਗਿਆਨ ਰੂਪੀ ਹਨੇਰਾ ਮਿਟ ਜਾਂਦਾ ਹੈ। ਜੇ ਸਤਿਗੁਰ ਸਿਮਰੰਤ, ਜਿਹ ਸਤਿਗੁਰ ਸਿਮਰੰਥ, ਇਹ ਹੁਣ ਪਿੱਛੇ ਸਿਮਰੰਤ ਸੀ ਹੁਣ ਸਿਮਰੰਥ ਹੈ, ਜਿਸ ਸਤਿਗੁਰੂ ਰਾਮਦਾਸ ਜੀ ਦਾ ਸਿਮਰੰਥ ਸਿਮਰਨ ਕਰਨੇ ਕਰਕੇ, ਹਿਰਦੈ ਹਰ ਨਾਮ ਦਿਨੋ ਦਿਨ, ਹਿਰਦੈ ਚਿੱਤ ਵਿੱਚ ਹਰੀ ਦਾ ਨਾਮ, ਨਾਮ ਦਾ ਅਭਿਆਸ ਦਿਨੋ ਦਿਨ ਦਿਨ ਬ ਦਿਨ ਵੱਧਦਾ ਹੀ ਜਾਂਦਾ ਹੈ, ਸੁਰਤੀ ਜੁੜਦੀ ਹੀ ਜਾਂਦੀ ਏ। ਸਤਿਗੁਰ ਸਿਮਰੰਥ, ਜਿਸ ਸੱਚੇ ਗੁਰੂ ਰਾਮਦਾਸ ਜੀ ਦਾ ਸਿਮਰਨ ਕਰਨੇ ਕਰਕੇ, ਜੀ ਕੀ ਤਪਤ ਮਿਟਾਵੇ, ਹਿਰਦੇ ਦੀ ਤ੍ਰਿਸ਼ਨਾ ਰੂਪੀ ਤਪਸ, ਈਰਖਾ ਰੂਪੀ ਤਪਸ, ਵਿਸ਼ੇ ਵਿਕਾਰਾਂ ਰੂਪੀ ਜਿਹੜੀ ਤਪਸ ਹੈ, ਉਹ ਸਿਮਰਨ ਕਰਨ ਵਾਲਾ ਮਿਟਾਵੇ, ਮਿਟਾ ਲੈਂਦਾ ਆਪਣੇ ਅੰਦਰੋਂ, ਮਿਟ ਜਾਂਦੀ ਹੈ ਤਪਸ। ਜੇ ਸਤਿਗੁਰ ਸਿਮਰੰਥ, ਜਿਸ ਸਤਿਗੁਰ ਸੱਚੇ ਗੁਰੂ ਰਾਮਦਾਸ ਸਾਹਿਬ ਜੀ ਦਾ ਸਿਮਰਨ ਕਰਨੇ ਕਰਕੇ, ਰਿੱਧ ਸਿੱਧ ਨਾਵ ਨਿੱਧ ਪਾਵੇ, ਸਿਮਰਨ ਕਰਨ ਵਾਲਾ ਜੀਵ ਰਿੱਧ
ਰਿਧੀਆਂ ਆਂਦੀ ਅਤੋੜਤਾ ਸਿੱਧ ਸਿੱਧੀਆਂ ਹਰ ਪ੍ਰਕਾਰ ਦੀਆਂ ਸ਼ਕਤੀਆਂ ਹਰ ਮੈਦਾਨ ਫਤਿਹ ਵਾਲੀ ਭਾਵਨਾ ਅਤੇ ਨਵਨਿਧ ਨੌ ਨਿਧੀਆਂ ਸਾਰੇ ਹੀ ਖਜ਼ਾਨਿਆਂ ਦੇ ਸੁਖ ਪਾ ਲੈਂਦਾ ਹੈ। ਸੋਈ ਰਾਮਦਾਸ ਗੁਰ ਬਲ ਭਣ ਬਲ ਭਣ ਬਲ ਭੱਟ ਜੀ ਭਣ ਉਚਾਰਨ ਕਰਦੇ ਨੇ ਵੀ ਹੇ ਭੱਟੋ ਸੋਈ ਰਾਮਦਾਸ ਗੁਰ ਉਹੀ ਗੁਰੂ ਰਾਮਦਾਸ ਸਾਹਿਬ ਜੀ ਦੇ ਤਾਈ ਮਿਲ ਸੰਗਤ ਧੰਨ ਧੰਨ ਕਰ ਤੁਸੀਂ ਵੀ ਸਾਰੇ ਸੰਗਤ ਨਾਲ ਮਿਲ ਕੇ ਮਹਾਰਾਜ ਨੂੰ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਸਾਹਿਬ ਇਵੇਂ ਉਚਾਰਨ ਕਰੋ ਜੇ ਸਤਿਗੁਰ ਲੱਗ ਪ੍ਰਭ ਪਾਈ ਹੈ ਜਿਸ ਗੁਰੂ ਰਾਮਦਾਸ ਸਾਹਿਬ ਦੇ ਚਰਨੀ ਲੱਗ ਕੇ ਪਰਮੇਸ਼ਰ ਨੂੰ ਪਾਉਣਾ ਕਰੀਦਾ ਹੈ ਸੋ ਸਤਿਗੁਰ ਸਿਮਰਹੁ ਨਰਹੁ ਹੇ ਨਰੋ ਪੁਰਖੋ ਸੱਚੇ ਗੁਰੂ ਨੂੰ ਸਦਾ ਸਿਮਰਿਆ ਕਰੋ ਇੱਥੋਂ ਤਾਈ ਬਲ ਭੱਟ ਦੇ ਸਪੰਜ ਸਵਈਏ ਆਏ ਹਨ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸ਼ਬਦ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਜਿਨ ਜਿਸ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਸ਼ਬਦ ਉਪਦੇਸ਼ ਬਾਣੀ ਨੂੰ ਕਮਾ ਕੇ ਆਪਣੇ ਜੀਵਨ ਤੇ ਢਾਲ ਕੇ ਪਰਮ ਪਦ ਪਾਇਓ ਪਿੱਛੇ ਆਇਆ ਸੀ ਨਾ ਪਰਮ ਪਦਵੀ ਮਹਾਰਾਜ ਤੁਸੀਂ ਪਾਈ ਹੈ ਹੁਣ ਇਹ ਦੱਸਦੇ ਨੇ ਵੀ ਪਰਮ ਪਦਵੀ ਪਾਈ ਕਿਵੇਂ ਹੈ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਆਪ ਜੀ ਨੇ ਪਰਮ ਪਦ ਨੂੰ ਪਾਉਣਾ ਕੀਤਾ ਹੈ ਜਿਸ ਗੁਰੂ ਅਮਰਦਾਸ ਜੀ ਦੇ ਉਪਦੇਸ਼ ਨੂੰ ਕਮਾ ਕੇ ਗੁਰੂ ਰਾਮਦਾਸ ਜੀ ਨੇ ਗੁਰਤਾ ਗੱਦੀ ਰੂਪੀ ਵੱਡੀ ਪਦਵੀ ਨੂੰ ਪਾਇਆ ਹੈ ਸੇਵਾ ਕਰਤ ਨਾ ਛੋੜਿਓ ਪਾਸ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਅਮਰਦਾਸ ਜੀ ਦੀ ਸੇਵਾ ਟਹਿਲ ਕਰਦੇ ਰਹੇ ਤੇ ਸੇਵਾ ਕਰਦਿਆਂ ਕਦੇ ਵੀ ਪਾਸ ਸਾਥ ਨਹੀਂ ਛੋੜਿਓ ਛੱਡਿਆ ਹਰ ਸਮੇਂ ਸੇਵਾ ਚ ਹਾਜ਼ਰ ਰਹਿੰਦੇ ਸਨ ਤਾਤੇ ਗੌਹਰ ਗਿਆਨ ਪ੍ਰਗਟ ਉਜਿਆਰਾ ਤਾਤੇ ਗੌਹਰ ਗਿਆਨ ਗਿਆਨ ਉਚਾਰਨ ਹੈ ਉਸ ਸੇਵਾ ਤੋਂ ਹੀ ਨਾ ਤਾਤੇ ਦਾ ਅਰਥ ਹੈ ਉਸ ਸੇਵਾ ਤੋਂ ਹੀ ਗੁਰੂ ਰਾਮਦਾਸ ਜੀ ਦੇ ਹਿਰਦੇ ਚ ਗੌਹਰ ਕਹਿੰਦੇ ਨੇ ਅਣਬਿਧ ਮੋਤੀ ਉੱਜਲ ਮੋਤੀ ਜਿਹੜੇ ਹਨ ਉਹਨਾਂ ਦੀ ਨਿਆਈ ਵੱਡਾ ਅਪਰੋਹ ਗਿਆਨ ਜੋ ਹੈ ਪ੍ਰਗਟ ਉਜਿਆਰੋ ਉਹਦਾ ਉਜਿਆਰੋ ਪ੍ਰਕਾਸ਼ ਅੰਦਰ ਪ੍ਰਗਟ ਹੋ ਰਿਹਾ ਹੈ ਭਾਵ ਸਤਿਗੁਰੂ ਜੀ ਦੇ ਅੰਦਰ ਪ੍ਰਤੱਖ ਰੱਬ ਨੂੰ ਵੇਖਣ ਵਾਲੀ ਸ਼ਕਤੀ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਤੋਂ ਮਿਲੀ ਹੈ ਦੁੱਖ ਦਰਿੱਦਰ ਅੰਧਿਆਰ ਕੋ ਨਾਸ ਦੁੱਖ ਦਰਿੱਦਰ ਅੰਧਿਆਰ ਕੋ ਨਾਸ ਅਗਿਆਨ ਕੋਣੇ ਕਰਕੇ ਜੰਮਣ ਮਰਨ ਦਾ ਦੁੱਖ ਕੱਟਿਆ ਗਿਆ ਅਵਿਦਿਆ ਦਾ ਦਲਿੱਦਰ ਤੇ ਅਗਿਆਨ ਰੂਪੀ ਹਨੇਰਾ ਇਹ ਸਭ ਨਾਸ ਹੋ ਗਿਆ ਨਸ ਗਿਆ ਜਾਂ ਦੁੱਖ ਦੁੱਖ ਦਰਿੱਦਰ ਅੰਧਿਆਰ ਕੋ ਨਾਸ ਉਹ ਗੁਰੂ ਰਾਮਦਾਸ ਜਿਨ੍ਹਾਂ ਅੰਦਰ ਗਿਆਨ ਰੂਪੀ ਮੋਤੀ ਪ੍ਰਗਟ ਹੋ ਰਿਹਾ ਪ੍ਰਕਾਸ਼ ਰਿਹਾ ਹੈ ਉਹ ਗੁਰੂ ਰਾਮਦਾਸ ਜੀ ਜੰਮਣ ਮਰਨ ਦਾ ਦੁੱਖ ਵਿਦਿਆ ਦਾ ਦਲਿੱਦਰ ਅਗਿਆਨਤਾ ਦੇ ਹਨੇਰੇ ਨੂੰ ਨਾਸ਼ ਕਰਨ ਵਾਲੇ ਹਨ ਸਿੱਖਾਂ ਦੇ ਅੰਦਰੋਂ ਕਾਵ ਕੀਰਤ ਜੋ ਸੰਤ ਚਰਨ ਮੋੜ ਲੱਗ ਹੈ 1406 ਅੰਗ ਤੇ ਭੱਟ ਸਾਹਿਬ ਕੀਰਤ ਭੱਟ ਜੀ ਕਹਿੰਦੇ ਨੇ ਕਾਵ ਕੀਰਤ ਕਾਵ ਨਾਮ ਹੈ ਕਵੀ ਦਾ ਕੀਰਤ ਭੱਟ ਦਾ ਨਾਮ ਹੈ ਵੀ ਭੱਟ ਕਵੀ ਜੀ ਕਥਨ ਕਰਦੇ ਹਨ ਜੋ ਸੰਤ ਚਰਨ ਮੋੜ ਲੱਗ ਹੈ ਜਿਹੜੇ ਸੰਸਾਰ ਵੱਲੋਂ ਮੁੜ ਕੇ ਭਾਵ ਦੁਨੀਆਂ ਦੇ ਖਿਆਲ ਨੂੰ ਛੱਡ ਕੇ ਸ਼ਾਂਤ ਆਤਮਾ ਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਲੱਗੇ ਹਨ ਤਿੰਨ ਕਾਮ ਕ੍ਰੋਧ ਜਮ ਕੋ ਨਹੀਂ ਤ੍ਰਾਸ ਉਹਨਾਂ ਨੂੰ ਨਾ ਕਾਮ ਦਾ ਫੁਰਨਾ ਨਾ ਕ੍ਰੋਧ ਨਾ ਗੁੱਸਾ ਵਿਕਾਰ ਕਿਸੇ ਤਰ੍ਹਾਂ ਦਾ ਵਿਕਾਰ ਫੁਰਦਾ ਨਹੀਂ ਹੈ ਜਮ ਕੋ ਨਹੀਂ ਤ੍ਰਾਸ ਤੇ ਜਮ ਰਾਜੇ ਦਾ ਵੀ ਡਰ ਨਹੀਂ ਰਹਿੰਦਾ ਫਿਰ ਕਿਉਂਕਿ ਪਾਪਾਂ ਕਰਕੇ ਹੀ ਜਮਾਂ ਦਾ ਡਰ ਹੁੰਦਾ ਏ ਜਿਵ ਅੰਗਦ ਅੰਗ ਸੰਗ ਨਾਨਕ ਜਿਸ ਤਰ੍ਹਾਂ ਗੁਰੂ ਅੰਗਦ ਦੇਵ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗਾਂ ਦੇ ਸੰਗ ਨਾਲ ਮਿਲ ਕੇ ਗੁਰੂ ਨਾਨਕ ਦੇਵ ਜੀ ਦਾ ਹੀ ਰੂਪ
ਰੂਪ ਹੋ ਗਏ ਭਾਵ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਚ ਰਹਿ ਕੇ ਉਹੀ ਰੂਪ ਬਣ ਗਏ ਗੁਰੂ ਅੰਗਦ ਸਾਹਿਬ ਜਿਵੇਂ ਤੇਵ ਗੁਰ ਅਮਰਦਾਸ ਕਹਿ ਗੁਰ ਰਾਮਦਾਸ ਉਸੇ ਪ੍ਰਕਾਰ ਗੁਰੂ ਅਮਰਦਾਸ ਸਾਹਿਬ ਜੀ ਦੇ ਅੰਗਾਂ ਨਾਲ ਮਿਲ ਕੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਹੀ ਰੂਪ ਹੋ ਗਏ ਹਨ ਜਿਨ ਸਤਿਗੁਰ ਸੇਵ ਜਿਵੇਂ ਦਸਵੇਂ ਪਾਤਸ਼ਾਹ ਨੇ ਸ੍ਰੀ ਦਸਮ ਗ੍ਰੰਥ ਚ ਕਿਹਾ ਸ੍ਰੀ ਨਾਨਕ ਅੰਗਦ ਕਰਮਾਨਾ ਅਮਰਦਾਸ ਅੰਗਦ ਪਹਿਚਾਨਾ ਅਮਰਦਾਸ ਰਾਮਦਾਸ ਕਹਾਇਓ ਵੀ ਉਹੀ ਰੂਪ ਕਹਾਇਆ ਹੈ ਜਿਨ ਸਤਿਗੁਰ ਸੇ ਪਦਾਰਥ ਪਾਇਆ ਇਹ ਸਤਿਗੁਰੂ ਰਾਮਦਾਸ ਜੀ ਜਿਨ ਜੇ ਸਾਹਿਬ ਜੀ ਨੇ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਦੀ ਸੇਵਾ ਟਹਿਲ ਕਰਕੇ ਪਦਾਰਥ ਪਾਇਓ ਧਰਮ ਅਰਥ ਕਾਮ ਉਹ ਗਰੂਪੀ ਪਦਾਰਥ ਤਾਂ ਆਮ ਹੀ ਮਿਲ ਜਾਂਦੇ ਨੇ ਪਰ ਪ੍ਰੇਮ ਗਿਆਨ ਨਾਮ ਆਦਿਕ ਪਦਾਰਥ ਆਪ ਜੀ ਨੇ ਪਾਇਆ ਹੈ ਨਿਸ ਬਾਸੁਰ ਹਰ ਚਰਨ ਨਿਵਾਸ ਤੇ ਨਿਸ ਬਾਸੁਰ ਰਾਜ ਨੇ ਆਪ ਜੀ ਦਾ ਹਰੀ ਵਾਹਿਗੁਰੂ ਦੇ ਚਰਨ ਕਮਲਾਂ ਦੇ ਵਿੱਚ ਹੀ ਨਿਵਾਸ ਵਾਸਾ ਹੋਇਆ ਪਰ ਸਦਾ ਪਰਮੇਸ਼ਰ ਜੀ ਆਪ ਲੀਨ ਰਹਿੰਦੇ ਹੋ ਤਾਤੇ ਸੰਗਤ ਸਗਨ ਭਾਏ ਭਉ ਮਨ ਹੈ ਤਾਤੇ ਤਿਸ ਸੇਵਾ ਕਰਨ ਤੋਂ ਹੀ ਤੀਜੇ ਪਾਤਸ਼ਾਹ ਜੀ ਹੇ ਗੁਰੂ ਰਾਮਦਾਸ ਜੀ ਆਪ ਜੀ ਨੂੰ ਜੋ ਨਾ ਸਗਨ ਬਹੁਤ ਹੀ ਜ਼ਿਆਦਾ ਬੇਨਤੀ ਜਿਹੜੀ ਸੰਗਤ ਹੈ ਭਾਏ ਭਉ ਮਨ ਹੈ ਭਾਏ ਹੁੰਦਾ ਪ੍ਰੇਮ ਅਤੇ ਭਉ ਹੁੰਦਾ ਡਰ ਪ੍ਰੇਮ ਦੇ ਸਹਿਤ ਤੇ ਆਪ ਜੀ ਦਾ ਭਉ ਅਦਬ ਡਰ ਦੇ ਸੰਯੁਗਤ ਹੋ ਕੇ ਆਪ ਜੀ ਨੂੰ ਮਨ ਹੈ ਮੰਨਦੀ ਹੈ ਭਾਵ ਕੇ ਆਪ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਦਾ ਰੱਬ ਦਾ ਹੀ ਰੂਪ ਮੰਨਦੀ ਹੈ ਤੁਮ ਮਲਿਆਗਰ ਪ੍ਰਗਟ ਸੁਭਾਸ ਤੁਮ ਮਲਿਆਗਰ ਇਹ ਵੱਖੋ ਵੱਖਰੇ ਬੋਲਣੇ ਮੰਮੇ ਦੋ ਇਕੱਠੇ ਹੋ ਜਾਂਦੇ ਤੁਮਲਿਆਗਰ ਇੱਕ ਅੱਖਰ ਉੱਡ ਜਾਂਦਾ ਤੁਮ ਮਲਿਆਗਰ ਪ੍ਰਗਟ ਸੁਭਾਸ ਤੇ ਹੇ ਗੁਰੂ ਰਾਮਦਾਸ ਸਾਹਿਬ ਜੀ ਤੁਮ ਤੁਸੀਂ ਆਪ ਜੀ ਨਾ ਮਲਿਆਗਰ ਹੁੰਦਾ ਵੀ ਮੱਲੇ ਪਹਾੜ ਤੇ ਉੱਗਾ ਜਿਹੜਾ ਬਾਵਨ ਚੰਦਨ ਦੀ ਨਿਆਈ ਹੋ ਤੇ ਪ੍ਰਗਟ ਸੁਭਾਸ ਜਿਵੇਂ ਚੰਦਨ ਦੀ ਸੁਗੰਧੀ ਫੈਲਦੀ ਹੈ ਨਾ ਇਵੇਂ ਆਪ ਜੀ ਦੀ ਜੋ ਮਹਿਮਾ ਕੀਰਤੀ ਰੂਪੀ ਸੁਭਾਸ ਸ੍ਰੇਸ਼ਟ ਸੁਗੰਧੀ ਵਾਸਨਾ ਪ੍ਰਗਟ ਹੋ ਰਹੀ ਹੈ ਭਾਵ ਭਗਤੀ ਰੂਪੀ ਸ੍ਰੇਸ਼ਟ ਸੁਗੰਧੀ ਜੋ ਹੈ ਉਹ ਜਗਿਆਸੂ ਰੂਪੀ ਜਿਹੜੇ ਰੁੱਖ ਹਨ ਉਹਨਾਂ 'ਚ ਪ੍ਰਗਟ ਹੋ ਰਹੀ ਹੈ ਇਵੇਂ ਜਗਿਆਸੂ ਜਿਹੜੇ ਆਮ ਸਧਾਰਨ ਰੁੱਖ ਦੀ ਨਿਆਈ ਸਨ ਮਹਾਰਾਜ ਆਪ ਜੀ ਨੇ ਭਗਤੀ ਦੀ ਮਹਿਕ ਨਾਲ ਭਰ ਕੇ ਉਹ ਚੰਦਨ ਰੂਪ ਬ੍ਰਹਮ ਰੂਪ ਹੀ ਕਰ ਦਿੱਤੇ ਹਨ ਪ੍ਰਹਲਾਦ ਕਬੀਰ ਤਲੋਚਨ ਭਗਤ ਜੀ ਪ੍ਰਹਲਾਦ ਭਗਤ ਜੀ ਭਗਤ ਕਬੀਰ ਸਾਹਿਬ ਜੀ ਭਗਤ ਤਲੋਚਨ ਆਦਿਕ ਜਿੰਨੇ ਵੀ ਗੁਰਮੁਖ ਹਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਉਪਜਿਓ ਊੜੇ ਔਂਕੜ ਪੱਪਾ ਜਜੇ ਸਿਹਾਰੀ ਊੜੇ ਦਾ ਮੂੰਹ ਖੁੱਲਾ ਉਪਜਿਓ ਇਹਨਾਂ ਸਭਨਾਂ ਭਗਤਾਂ ਨੂੰ ਜਿਸ ਵਾਹਿਗੁਰੂ ਦੇ ਨਾਮ ਨੂੰ ਲੈਤ ਲੈਣੇ ਜਪਣੇ ਕਰਕੇ ਜੋ ਜੋ ਅਪਰੋਹ ਗਿਆਨ ਰੂਪੀ ਪ੍ਰਕਾਸ਼ ਉਪਜਿਓ ਪੈਦਾ ਹੋਇਆ ਪ੍ਰਤੱਖ ਰੱਬ ਨੂੰ ਵੇਖਣ ਦੀ ਜੋ ਸੋਝੀ ਨਾਮ ਕਰਕੇ ਇਹਨਾਂ ਨੂੰ ਆਈ ਹੈ ਜਿਹੇ ਪਿਖਤ ਆਤ ਹੋਏ ਰਹੱਸ ਮਨ ਜਿਹੇ ਪਿਖਤ ਜਿਸ ਪਰਮੇਸ਼ਰ ਦਾ ਦਰਸ਼ਨ ਪਿਖਤ ਵੇਖਣ ਨਾਲ ਆਤ ਹੋਏ ਰਹੱਸ ਮਨ ਮਨ ਵਿੱਚ ਚਿੱਤ ਵਿੱਚ ਅਤਿਅੰਤ ਹੀ ਰਹੱਸ ਆਨੰਦ ਹੋਏ ਹੁੰਦਾ ਭਾਵ ਕੇ ਗਦ ਗਦ ਹੋ ਜਾਂਦੀ ਹੈ ਬਾਣੀ ਰੋਮ ਖਿੜ ਜਾਂਦੇ ਹਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਸੋਈ ਉਹੀ ਹਰੀ ਸੰਤ ਮਹਾਤਮਾ ਜਨਾਂ ਦਾ ਸਹਾਰਾ ਆਸਰਾ ਸ੍ਰੀ ਗੁਰੂ ਰਾਮਦਾਸ ਜੀ ਰੂਪ ਹੈ ਭਾਵ ਹੈ ਗੁਰੂ ਰਾਮਦਾਸ ਜੀ ਜਿਹੜੇ ਨਾਮ ਦੁਆਰਾ ਤਰਦੇ ਨੇ ਉਹਨਾਂ ਸਾਰਿਆਂ ਸੰਤਾਂ ਦਾ ਤੁਸੀਂ ਉਹੀ ਆਸਰਾ ਰੂਪ ਰੱਬ ਹੋ ਨਾਨਕ ਨਾਮ ਨਿਰੰਜਨ ਜਾਣਿਓ ਜਾਣਿਓ ਏਦਾਂ ਉਚਾਰਨ ਹੈ ਨਾਨਕ ਨਾਮ ਨਿਰੰਜਨ ਜਾਣਿਓ ਐੜਾ ਬੋਲੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰੰਜਨ ਸ਼ੁੱਧ ਸਰੂਪ ਜੋ ਮਾਇਆ ਦੀ ਕਾਲਖ ਤੋਂ ਰਹਿਤ ਵਾਹਿਗੁਰੂ ਦਾ ਸਰੂਪ ਹੈ
ਉਹਦੇ ਨਾਮ ਨੂੰ ਜਾਣਿਓ ਜਾਣਨਾ ਕੀਤਾ ਹੈ ਅਕਾਲ ਪੁਰਖ ਦੁਆਰਾ। ਕਿੰਨੇ ਭਗਤ ਪ੍ਰੇਮ ਲਿਵ ਲਾਏ ਅਤੇ ਚਿੱਤ ਦੀ ਲਿਵ ਬਿਰਤੀ ਲਾਈ, ਲਾ ਕੇ ਪ੍ਰੇਮਾ ਭਗਤੀ ਕੀਤੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ। ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਭਇਓ ਸਾਇਰ ਤਾਤੇ ਤਾ ਉਸ ਗੁਰੂ ਨਾਨਕ ਦੇਵ ਜੀ ਦੇ ਅੰਗ ਅੰਗਾਂ ਦੇ ਸੰਗ ਨਾਲ ਮਿਲ ਕੇ ਹਜ਼ੂਰੀ ਚ ਰਹਿ ਕੇ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਭਇਓ ਸਾਇਰ, ਸਾਇਰ ਹੁੰਦਾ ਸਮੁੰਦਰ ਦੇ ਵਾਂਗ ਅਥਾ ਅਸਗਾ ਭਇਓ ਹੋਏ ਬਣ ਗਏ, ਭਾਵ ਜਿਵੇਂ ਸ਼ੁਭ ਗੁਣਾਂ ਦਾ ਸਮੁੰਦਰ ਹੀ ਬਣ ਗਏ ਗੁਰੂ ਨਾਨਕ ਦੇਵ ਸਾਹਿਬ ਦੇ ਹਜ਼ੂਰ ਰਹਿ ਕੇ ਗੁਰੂ ਅੰਗਦ ਦੇਵ ਜੀ। ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ, ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ, ਇਹ ਪਾਠ ਮੁੱਖ ਹੈ ਵੀ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ। ਉਸ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਕਹਿੰਦੇ ਵੀ ਗੁਰੂ ਅੰਗਦ ਦੇਵ ਜੀ ਨੇ ਸ਼ਬਦ ਅਤੇ ਸੁਰਤ, ਸੁਰਤੀ ਜੋ ਜੋੜਨੀ ਹੈ ਸ਼ਬਦ ਅੰਦਰ, ਉਹਦੀ ਨੀਵ ਨੀ ਰਖਾਈ ਰੱਖੀ ਹੈ, ਭਾਵ ਕੇ ਸ਼ਬਦ ਸੁਰਤੀ ਦੁਆਰਾ ਅਭਿਆਸ ਕੀਤਾ ਤੇ ਸੰਗਤਾਂ ਨੂੰ ਉਪਦੇਸ਼ ਦਿੱਤਾ। ਜੇ ਗੁਰੂ ਅੰਗਦ ਦੇਵ ਸਾਹਿਬ ਗੁਰੂ ਨਾਨਕ ਦੇਵ ਜੀ ਦੀਆਂ ਪਰਖਾਂ ਜੋ ਖਰੇ ਨਾ ਉਤਰਦੇ ਤਾਂ ਸ਼ਬਦ ਸੁਰਤ ਦੀ ਨੀ ਕਿਵੇਂ ਰੱਖੀ ਜਾਂਦੀ ਸਾਧ ਸੰਗਤ। ਇਹ ਜੋ ਸ਼ਬਦ ਤੇ ਸੁਰਤ ਦਾ ਮਾਰਗ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ, ਉਹ ਪੱਕੇ ਤੌਰ 'ਤੇ ਜਿਵੇਂ ਨੀਂਹ ਰੱਖ ਲਈ ਦੀ ਹੈ ਨਾ ਉੱਤੇ ਮਕਾਨ ਮਹੱਲ ਛੱਤੀ ਦਾ, ਇਹ ਨੀਂਹ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਸੇਵਾ ਸਿਮਰਨ ਕਰਕੇ ਰਖਾਈ ਰੱਖਣਾ ਕੀਤੀ ਹੈ। ਤਿੰਨ ਸ਼ਬਦ ਸੁਰਤ ਕੀ ਨੀਂਹ ਰਖਾਈ, ਕਹਿੰਦੇ ਤਿੰਨ ਗੁਰੂ ਅੰਗਦ ਦੇਵ ਜੀ ਨੇ ਸ਼ਬਦ ਤੇ ਸੁਰਤ ਦੁਆਰਾ ਦੁਨੀਆਂ ਦੇ ਵਿੱਚ ਭਗਤੀ ਦੀ ਨੀਂਹ ਕਾਇਮ ਕਰਕੇ ਰੱਖ ਦਿੱਤੀ ਵੀ ਸ਼ਬਦ ਸੁਰਤ ਅਭਿਆਸ ਦੁਆਰਾ ਵਾਹਿਗੁਰੂ ਦੀ ਬੰਦਗੀ ਕਰੋ। ਇਹ ਇਹਦਾ ਮੁੱਖ ਪਾਠ ਦਾ ਅਰਥ ਇਹੀ ਹੈ। ਦੂਸਰਾ ਪਾਠ ਜਿਹੜਾ ਕਹਿੰਦੇ ਨੇ ਤਿੰਨ ਸ਼ਬਦ ਸੁਰਤ ਕਿੰਨੀ ਵਰਖਾਈ, ਇੱਦਾਂ ਦੂਜਾ ਪਾਠ ਕਹਿੰਦੇ ਨੇ, ਪੋਥੀਆਂ 'ਚ ਕਈਆਂ 'ਚ ਲਿਖਿਆ ਹੁੰਦਾ ਹੈ, ਪਰ ਮੁੱਖ ਉਹੀ ਜਾਣਨਾ ਤਿੰਨ ਸ਼ਬਦ ਸੁਰਤ ਕਿੰਨੀ ਵਰਖਾਈ ਵੀ ਉਸ ਗੁਰੂ ਅੰਗਦ ਦੇਵ ਜੀ ਨੇ ਸ਼ਬਦ ਅਤੇ ਸੁਰਤ ਦੀ ਅੰਮ੍ਰਿਤ ਵਰਖਾ ਕੀਤੀ, ਭਾਵ ਗੁਰੂ ਸਾਹਿਬ ਗੁਰ ਗਿਆਨ ਦੀ ਸਰੋਤਿਆਂ ਦੀ ਸੁਰਤ ਜੋ ਬੁੱਧ ਦੇ ਵਿੱਚ ਉਪਦੇਸ਼ ਕਰਨ ਰੂਪੀ ਸਿੱਖਿਆ ਦੇਣ ਰੂਪੀ ਮੀਂਹ ਵਰਾਤਾ ਗੁਰੂ ਅੰਗਦ ਸਾਹਿਬ ਜੀ ਨੇ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਗੁਰੂ ਅਮਰਦਾਸ ਸਾਹਿਬ ਜੀ ਦੇ ਸਰੂਪ ਦੀ ਅਕਥ ਕਥਨ ਤੋਂ ਰਹਿਤ ਕਥਾ ਹੈ, ਕਿਹੜੇ ਗੁਣ ਮਹਾਰਾਜ ਜੇ ਸਤਿਗੁਰਾਂ ਦੇ ਕਹਿ ਸਕਦੇ ਹਾਂ। ਇੱਕ ਜੀਹ ਕਛ ਕਹੀ ਨਾ ਜਾਏ, ਇਸ ਕਰਕੇ ਇੱਕ ਜੀ ਜੇਵਾ ਹੈ ਜ਼ੁਬਾਨ, ਉਹ ਤੋਂ ਕਛ ਕੁਝ ਵੀ ਸਤਿਗੁਰਾਂ ਦੀ ਸਮੱਗਰ ਮਹਿਮਾ ਆਖੀ ਨਹੀਂ ਜਾ ਸਕਦੀ। ਸੋਢੀ ਸ੍ਰਿਸ਼ਟ ਸਕਲ ਤਾਰਨ ਕਉ, ਉਸੇ ਗੁਰੂ ਅਮਰਦਾਸ ਸਾਹਿਬ ਜੀ ਨੇ ਸੋਢੀ ਸ੍ਰਿਸ਼ਟ, ਸ੍ਰਿਸ਼ਟ ਟੈਂਗਾ ਚਰਨ ਚੈ ਪੋਲਾ ਹੀ ਬੋਲਣਾ, ਸ੍ਰਿਸ਼ਟ ਸਕਲ ਤਾਰਨ ਕਉ, ਸਾਰੀ ਸ੍ਰਿਸ਼ਟੀ ਨੂੰ ਤਾਰਨ ਵਾਸਤੇ ਸੋਢ ਵੰਸ਼ ਦੇ ਸੂਰਜ ਗੁਰੂ ਰਾਮਦਾਸ ਸਾਹਿਬ ਜੀ ਜੋ ਜਹਾਜ਼ ਦੀ ਨਿਆਈ ਹਨ। ਆਪ ਗੁਰ ਰਾਮਦਾਸ ਕੋ ਮਿਲੀ ਵਡਾਈ, ਤੀਸਰੇ ਪਾਤਸ਼ਾਹ ਦੇ ਕੋਲੋਂ ਆਪ ਹੁਣ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਰੂਪੀ ਵਡਿਆਈ ਪ੍ਰਾਪਤ ਹੋਈ ਮਿਲੀ ਹੈ ਵੀ ਸਾਰੇ ਜਗਤ ਦੀ ਕਲਿਆਣ ਕਰੋ ਉਸੇ ਗੁਰੂ ਅਮਰਦਾਸ ਜੀ ਪਾਸੋਂ। ਹਮ ਅਵਗਣ ਭਰੇ ਏਕ ਗੁਣ ਨਾਹੀ, ਅੱਗੇ ਕੀਰਤ ਨਾਮ ਦਾ ਜੋ ਭੱਟ ਹਨ ਗੁਰੂ ਸਾਹਿਬ ਜੀ ਦੀ ਮਹਾਨਤਾ ਦੇ ਆਪਣੇ ਅਵਗਣਾਂ ਵੱਲ ਨਜ਼ਰ ਮਾਰ ਕੇ ਸਿੱਖੀ ਜਾਣ ਤੋਂ ਪਹਿਲਾਂ ਜੋ ਇਹਨਾਂ ਭੱਟਾਂ ਦੀ ਹਾਲਤ ਸੀ ਅਤੇ ਮਹਾਰਾਜ ਦੇ ਸਿੱਖ ਬਣ ਕੇ ਜੋ ਪ੍ਰਾਪਤੀ ਹੋਈ ਉਹ ਬੇਨਤੀ ਦਾ ਢੰਗ ਸਾਨੂੰ ਦੱਸਦੇ ਕਹਿੰਦੇ ਨੇ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਏਕ ਜੇ ਥੋੜ੍ਹਾ ਜਿਹਾ ਵਜਨ ਦੇਵਾਂਗੇ ਨਾ, ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਹੇ ਗੁਰੂ ਰਾਮਦਾਸ ਸਾਹਿਬ ਅਸੀਂ ਸਾਰੇ ਹੀ ਭੱਟ,
ਸਾਰੇ ਜੀਵ ਅਵਗੁਣ ਅਵਗੁਣਾਂ ਦੇ ਨਾਲ ਲਬਾ ਲਬ ਭਰੇ ਆ, ਸਾਡੇ 'ਚ ਇੱਕ ਇੱਕ ਵੀ ਮਹਾਰਾਜ ਸ਼ਰਧਾ ਭਾਵ ਭਗਤੀ ਵਾਲਾ ਗੁਣ ਨਹੀਂ ਹੈ। ਅੰਮ੍ਰਿਤ ਛਾੜ ਵਿਖੈ ਵਿਖ ਖਾਈ, ਆਪ ਜੀ ਦਾ ਨਾਮ ਅੰਮ੍ਰਿਤ ਹੈ, ਉਹਨੂੰ ਛਾੜ ਛੱਡ ਕੇ, ਵਿਖੈ ਵਿਸ਼ੇ ਵਿਕਾਰਾਂ ਰੂਪੀ ਜੋ ਵਿਖ ਜ਼ਹਿਰ ਹੈ ਉਹੀ ਖਾਈ, ਖਾਣਾ ਕੀਤੀ ਭਾਵ ਵਿਸ਼ੇ ਹੀ ਭੋਗਦੇ ਹਾਂ। ਮਾਇਆ ਮੋਹ ਭਰਮ ਪੈ ਭਰਮ ਪੈ ਭੁੱਲੇ, ਇਹ ਗਲਤੀ ਆਮ ਹੋ ਜਾਂਦੀ ਸੰਗਤ ਜੀ ਧਿਆਨ ਰੱਖਣਾ, ਮਾਇਆ ਮੋਹ ਭਰਮ ਪੈ ਭੁੱਲੇ, ਭਰਮ ਭੈ ਭੁੱਲੇ ਏਦਾਂ ਪਾਠ ਕਰਦੇ ਨੇ ਪਰ ਨਹੀਂ, ਮਾਇਆ ਮੋਹ ਭਰਮ ਪੈ ਭੁੱਲੇ, ਪੈ ਹਮੇਸ਼ਾ ਭੁੱਲਾ ਉਚਾਰਨਾ ਵੀ ਭਰਮ ਵਿੱਚ ਪੈ ਕੇ ਮਾਇਆ ਦੇ ਮੋਹ ਕਰਕੇ ਤੇਰੇ ਸਰੂਪ ਵੱਲੋਂ ਭੁੱਲ ਗਏ ਆ, ਮਾਇਆ ਦਾ ਮੋਹ ਦੇ ਭਰਮ ਚ ਪੈਣੇ ਕਰਕੇ ਮਹਾਰਾਜ ਆਪ ਜੀ ਦੇ ਪੁਕਾਰ ਭੁੱਲ ਗਏ ਹਾਂ। ਪੁੱਤਰ ਧੀਆਂ ਦਾਰਾ ਇਸਤਰੀ ਇਹੀ ਮੋਹ ਰਹਿੰਦਾ ਸਾਰਾ ਦਿਨ, ਸੰਬੰਧੀਆਂ ਦੇ ਨਾਲ ਹੀ ਅਸੀਂ ਪ੍ਰੀਤੀ ਲਾਈ ਹੋਈ ਹੈ, ਇਹ ਸਿੱਖੀ ਦੌਣ ਦੀ ਪਹਿਲਾਂ ਦੀ ਅਵਸਥਾ ਦੱਸੀ ਹੈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਸੁਣਿਓ ਇਹ ਵੀ ਨੰਨੇ ਨਾ ਹੈ ਕਿਉਂਕਿ ਨਿੱਤ ਇਹ ਤਕਰੀਬਨ ਪੜ੍ਹਦੇ ਨੇ ਸਵਈਏ ਪਰ ਨਾਣਾ ਬੋਲ ਦਿੰਦੇ ਨੇ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਸੁਣਿਓ ਨਹੀਂ ਕਹਿਣਾ ਸੁਣਿਓ। ਮਹਾਰਾਜ ਸਾਹਿਬ ਜੀ ਭੱਟ ਸਾਹਿਬਾਨ ਸਿੱਖੀ ਜਾਣ ਤੋਂ ਬਾਅਦ ਕਹਿੰਦੇ ਵੀ ਹੇ ਸਤਿਗੁਰੂ ਜਦੋਂ ਇੱਦਾਂ ਅਸੀਂ ਭਟਕਦੇ ਹਾਂ ਨੇ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਆਪ ਜੀ ਦੀ ਜੋ ਸੰਗਤ ਹੈ ਹੇ ਗੁਰੂ ਸਾਹਿਬ ਜੀ ਇਹੋ ਹੀ ਅਸੀਂ ਜਗਤ ਤੋਂ ਤਾਰਨ ਵਾਲਾ ਇੱਕ ਉੱਤਮ ਸ੍ਰੇਸ਼ਟ ਰਸਤਾ ਜਦੋਂ ਸੁਣਨਾ ਕੀਤਾ। ਇਹ ਮਿਲੰਤ ਜਮ ਤਰਾਸ ਮਿਟਾਏ, ਉਹ ਸਤ ਸੰਗਤ ਨਾਲ ਮਿਲੰਤ ਆ ਕੇ ਮਿਲੇ, ਜਦੋਂ ਸੰਗਤ ਨਾਲ ਮਿਲੇ ਤਰਾਸ ਮਿਟਾਈ ਅਸੀਂ ਆਪ ਜੀ ਦੀ ਕਿਰਪਾ ਨਾਲ, ਜਮ ਰਾਜੇ ਦੀ ਤਰਾਸ ਖੌਫਤਾ ਹੀ ਮਿਟਾਈ, ਮਿਟਾ ਲਈ, ਦੂਰ ਕਰ ਲਈ ਭਾਵ ਸੰਗਤ ਦੁਆਰਾ ਹੀ ਡਰ ਦੂਰ ਹੁੰਦੇ ਹਨ। ਇੱਕ ਅਰਦਾਸ ਭਾਟ ਕੀਰਤ ਕੀ, ਕੀਰਤ ਭੱਟ ਜੀ ਕਹਿੰਦੇ ਇੱਕ ਰਜੋਈ ਹੈ ਹੇ ਮਹਾਰਾਜ ਸੱਚੇ ਪਾਤਸ਼ਾਹ, ਗੁਰ ਰਾਮਦਾਸ ਰਾਖਹ ਸਰਨ ਆਏ, ਇੱਥੇ ਵੀ ਗੁਰ ਪਾਠ ਹੈ, ਗੁਰੂ ਰਾਮਦਾਸ ਏਦਾਂ ਹੀ ਕਹੀ ਜਾਂਦੇ ਨੇ ਬਹੁਤੇ, ਗੁਰ ਰਾਮਦਾਸ ਰੱਖੋ ਸਰਣਾਈ, ਹੇ ਗੁਰੂ ਰਾਮਦਾਸ ਸਾਹਿਬ ਸਾਨੂੰ ਆਪਣੇ ਕਿਰਪਾ ਕਰਕੇ ਸਦਾ ਸਰਣਾਈ ਸਰਨ ਓੜ ਦੇ ਵਿੱਚ ਰਾਖੋ ਰੱਖਣਾ ਕਰੋ ਤਾਂ ਕਿ ਤੁਹਾਡੀ ਹੀ ਕੀਰਤੀ ਕਰਦੇ ਰਹੀਏ। ਉਹ ਮਲ ਬੇਵਸ ਕੀਆ, ਇੱਥੋਂ ਤੀਕਰ ਕੀਰਤ ਭੱਟ ਜੀ ਨੇ ਸਤਿਗੁਰੂ ਰਾਮਦਾਸ ਸਾਹਿਬ ਜੀ ਦੀ ਉਸਦੀ ਚਾਰ ਸਵਈਏ ਉਚਾਰੇ ਨੇ, ਅੱਗੇ ਸਲ ਭੱਟ ਚੌਥੇ ਪਾਤਸ਼ਾਹ ਦੀ ਮਹਿਮਾ ਦੇ ਸਵਈਏ ਕਹਿੰਦੇ ਹੋਏ, ਸਲ ਭੱਟ ਜੀ ਦੇ ਪਿੱਛੇ ਵੀ ਸਵਈਏ ਆਏ ਨੇ, ਇਹ ਵੀ ਆ ਰਿਹਾ ਜਿਵੇਂ ਸੂਰਮਾ ਹੁੰਦਾ ਉਹੀ ਪ੍ਰਕਰਨ ਪਿੱਛੇ ਗਿਆ ਹੈ ਸਲ ਜੀ ਨੇ, ਇੱਥੇ ਵੀ ਸੂਰਮੇ ਦੀ ਨੇ ਆਈ ਦੱਸ ਰਹੇ ਨੇ। ਮੋਹ ਮਲ ਬੇਵਸ ਕੀਓ, ਮਲ 'ਤੇ ਵੀ ਭਾਰ ਪਾਉਣਾ ਅਤੇ ਬੇਵਸ 'ਤੇ ਵੀ ਭਾਰ ਪਾਉਣਾ ਪਾਵਧਕ ਲੱਗਣਾ, ਹੇ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਨੇ ਜਿਹੜਾ ਮੋਹ ਰੂਪੀ ਮਲ ਹੈ ਨਾ ਪਹਿਲਵਾਨ, ਬੇਵਸ ਕੀਓ ਇਹ ਆਤਮਕ ਕੁਸ਼ਤੀ ਮਹਾਰਾਜ ਜੀ ਜਣਾ ਰਹੇ ਨੇ, ਜਿਵੇਂ ਪ੍ਰਤੱਖ ਪਹਿਲਵਾਨ ਇੱਕ ਦੂਜੇ ਨਾਲ ਘੁਲਦੇ ਨੇ ਨਾ, ਇਸੇ ਪ੍ਰਕਾਰ ਇੱਥੇ ਅੰਤਰੀਮ ਪਹਿਲਵਾਨਗੀ ਹੋ ਰਹੀ ਹੈ। ਮੋਹ ਮਲ ਬੇਵਸ ਕੀਓ, ਇਹ ਸੱਚੇ ਪਾਤਸ਼ਾਹ ਆਪ ਜੀ ਨੇ ਮੋਹ ਰੂਪੀ ਜਿਹੜਾ ਮਲ ਪਹਿਲਵਾਨ ਜਿਹਨੇ ਵੱਡੇ ਵੱਡੇ ਢਾਹ ਛੱਡੇ ਨੇ, ਬੇਵਸ ਕੀਓ ਤੁਸੀਂ ਇਹਨੂੰ ਬੇਵਸ ਵਿਸ਼ੇਸ਼ ਕਰਕੇ ਆਪਣੇ ਅਧੀਨ ਕੀਓ ਕੀਤਾ ਹੋਇਆ ਹੈ, ਜਿਵੇਂ ਜਿਸ ਪਹਿਲਵਾਨ ਦੇ ਮੋਢੇ ਲੱਗ ਜਾਣ ਉੱਤੇ ਪਹਿਲਵਾਨ ਚੜ੍ਹ ਜਾਓ ਬੇਵਸ ਹੋ ਜਾਂਦਾ ਹੈ ਨਾ, ਇਵੇਂ ਮੋਹ ਨੂੰ ਮਹਾਰਾਜ ਆਪ ਜੀ ਨੇ ਬੇਵਸ ਹੀ ਕਰ ਛੱਡਿਆ ਹੈ, ਭਾਵ ਕਿ ਇਹਦੇ ਉੱਤੇ ਆਪਣਾ ਜ਼ੋਰ ਪਾਇਆ ਏ, ਮੋਹ ਨੂੰ ਤਿਆਗਿਆ ਏ। ਕਾਮ ਗਹਿ ਕੇਸ ਪਛਾੜਿਆ, ਕਾਮ ਗਹਿ ਕੇਸ ਪਛਾੜਿਆ,
ਅੜਾੜੇ ਨੂੰ ਸਿਹਾਰੀ ਤੇ ਐੜਾ ਦੇ ਉੜੇ ਔਂਕੜੇ ਵੀ ਨਾਲ ਲੱਗੂਗਾ ਪਛਾੜੇ ਆਓ। ਅਤੇ ਕਾਮ ਆਦਿਕ ਜਿਹੜੇ ਸੰਕਲਪ ਵਿਕਲਪਾਂ ਰੂਪੀ ਕੇਸ ਨੇ ਕਾਮ ਦੇ, ਇਹਨਾਂ ਨੂੰ ਮਹਾਰਾਜ ਸੰਕਲਪਾਂ ਵਿਕਲਪਾਂ ਰੂਪੀ ਕੇਸਾਂ ਤੋਂ ਗਹਿ ਪਕੜ ਕੇ ਪਛਾੜਿਓ, ਪਟਕਾ ਕੇ ਪਛਕਾ ਪਛਾੜ ਦਿੱਤਾ, ਪਟਕਣੀ ਦਿੱਤੀ ਹੈ, ਭਾਵ ਕੇ ਜਿੱਤ ਲਿਆ ਹੈ ਕਾਮ ਆਦਿਕ ਨੂੰ। ਕ੍ਰੋਧ ਖੰਡ ਪ੍ਰਚੰਡ, ਫਿਰ ਸਤਿਗੁਰੂ ਜੀ ਆਪ ਜੀ ਨੇ ਪ੍ਰਚੰਡ ਜੋ ਤਿੱਖਾ ਕ੍ਰੋਧ ਗੁੱਸਾ ਇਹਨੂੰ ਖੰਡ ਟੁਕੜੇ ਟੁਕੜੇ ਕਰ ਦਿੱਤਾ ਹੈ, ਜਾਂ ਆਪ ਜੀ ਨੇ ਕ੍ਰੋਧ ਨੂੰ ਗਿਆਨ ਰੂਪੀ ਖੰਡ ਖੰਡੇ ਦੇ ਨਾਲ ਪਰ ਵਿਸ਼ੇਸ਼ ਕਰਕੇ ਚੰਡ ਚੰਡਣਾ ਨਾਸ਼ ਕੀਤਾ, ਜਾਂ ਪ੍ਰਚੰਡ ਤੋਂ ਭਾਵ ਤੇਜ ਵੀ ਹੈ। ਮਹਾਰਾਜ ਆਪਣੇ ਪ੍ਰਚੰਡ ਤੇਜ ਪ੍ਰਤਾਪ ਨਾਲ ਕ੍ਰੋਧ ਖੰਡ ਕ੍ਰੋਧ ਨੂੰ ਖੰਡ ਖੰਡ ਨਾਸ਼ ਕਰ ਦਿੱਤਾ ਏ। ਲੋਭ ਅਪਮਾਨ ਸਿਓ ਝਾੜ ਝਾੜਾ ਝਾੜਿਓ, ਏਦਾਂ ਹੀ ਬੋਲੂ ਝਾੜਿਆ। ਲੋਭ ਅਪਮਾਨ ਸਿਓ ਝਾੜਿਓ, ਇੱਥੇ ਡਾੜੇ ਨੂੰ ਸਿਹਾਰੀ ਦੇ ਐੜਾ ਉਚਾਰਨ ਹੋਏਗਾ ਨਾਲ ਝਾੜਿਓ। ਤੇ ਜਿਹੜਾ ਲੋਭ ਹੈ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਪਦਾਰਥਾਂ ਦਾ ਲਾਲਚ, ਇਹਦਾ ਵੀ ਤੁਸੀਂ ਅਪਮਾਨ ਕਰਤਾ ਨਰਾਦਰੀ ਦੇ ਨਾਲ, ਇਹਨੂੰ ਆਪਣੇ ਅੰਦਰੋਂ ਆਪਣੇ ਸਿੱਖਾਂ ਦੇ ਅੰਦਰੋਂ ਝਾੜਿਓ, ਝਾੜ ਪਾ ਕੇ ਪਛੋੜ ਕੇ ਬਾਹਰ ਕੱਢ ਦਿੱਤਾ ਹੈ। ਜਨਮ ਕਾਲ ਕਰ ਜੋੜ, ਇਹ ਗੁਰੂ ਸਾਹਿਬ ਜੀ ਜਨਮ ਕਾਲ, ਜਨਮ ਜੰਮਣਾ ਤੇ ਕਾਲ ਮਰਨਾ, ਜਾਂ ਜਨਮ ਜੰਮਣ ਤੇ ਮਰਨ ਦਾ ਜਿਹੜਾ ਕਾਲ ਸਮਾਂ ਹੈ, ਕਰ ਜੋੜ, ਇਹ ਦੋਵੇਂ ਸਮੇਂ ਹੱਥ ਜੋੜ ਕੇ ਆਪ ਜੀ ਦੇ ਦਰ ਦੇ ਉੱਤੇ ਖਲੋਤੇ ਹਨ। ਹੁਕਮ ਜੋ ਹੋਏ ਸੋ ਮੰਨੈ, ਜਿਹੜਾ ਵੀ ਆਪ ਜੀ ਦਾ ਹੁਕਮ ਹੁੰਦਾ ਹੈ ਉਸੇ ਨੂੰ ਮੰਨੇ, ਮਨ ਦੇ ਭਾਵ ਜੰਮਣ ਮਰਨ ਹੇ ਚੌਥੇ ਪਾਤਸ਼ਾਹ ਆਪ ਦੇ ਵਸ ਹਨ। ਭਵ ਸਾਗਰ ਬੰਧਿਆ, ਭਵ ਸਾਗਰ ਬੰਧਿਆ, ਮਹਾਰਾਜ ਸੰਸਾਰ ਸਮੁੰਦਰ ਨੂੰ ਰੱਬੀ ਮਰਿਆਦਾ ਵਿੱਚ ਬੰਨ ਕੇ ਰੱਖਿਆ ਹੈ। ਭਾਵ ਭਾਵ ਸਾਗਰ ਬੰਧਿਆ, ਇਹ ਸਤਿਗੁਰੂ ਆਪ ਜੀ ਨੇ ਭਾਵ ਸੰਸਾਰ ਸਾਗਰ ਸਮੁੰਦਰ ਤੋਂ ਪਾਰ ਹੋਣ ਦੇ ਲਈ ਨਾਮ ਬਾਣੀ ਦਾ ਪੁੱਲ ਬੰਧਿਓ ਬੰਨਿਆ ਹੈ, ਵੀ ਐਂਦੀ ਲੰਘ ਕੇ ਸਾਰੇ ਪਾਰ ਹੋ ਜਾਵੋ। ਸਿੱਖ ਤਾਰੇ ਸੋ ਪ੍ਰਸੰਨ, ਜਿਨ੍ਹਾਂ ਉੱਤੇ ਆਪ ਸੋ ਭਲੀ ਪ੍ਰਕਾਰ ਬਹੁਤ ਹੀ ਪ੍ਰਸੰਨ ਹੈ, ਪ੍ਰਸੰਨ ਖੁਸ਼ ਹੁੰਦੇ ਹੋ, ਉਹ ਸਾਰੇ ਸਿੱਖ ਤਾਰ ਦਿੱਤੇ ਹਨ। ਪ੍ਰਸੰਨ ਹੈ ਨੰਨੇ ਦੀਆਂ ਦਲਾਵਾਂ ਦਾ ਉਚਾਰਨ ਕਰਨਾ। ਸਿਰ ਆਤ ਪਤ ਸੱਚਾ ਤਖਤ, ਸਿਰ ਆਤ ਪਤ ਸੱਚਾ ਤਖਤ, ਆਤ ਤੇ ਪਤ ਇਹ ਵੱਖੋ ਵੱਖ ਪਾਠ ਏਦਾਂ ਕਰਨੇ ਨੇ, ਅਤਪਤ ਨਹੀਂ ਕਰਨਾ। ਸਿਰ ਆਦ ਪਤ, ਮਹਾਰਾਜ ਆਪ ਜੀ ਦੇ ਸਿਰ ਸੀਸ ਦੇ ਉੱਤੇ ਆਦ ਕਹਿੰਦੇ ਨੇ ਚੌਰ ਨੂੰ, ਤੇ ਪਤ ਕਹਿੰਦੇ ਨੇ ਛਤਰ ਨੂੰ, ਵੀ ਛਤਰ ਝੂਲਦਾ ਹੈ, ਜਾਂ ਸਿਰ ਆਦ ਪਤ। ਇਹ ਮਹਾਰਾਜ ਸਾਹਿਬ ਜੀ ਜਿਹੜਾ ਰੱਬੀ ਆਦ ਪਤ ਇਕੱਠਾ ਜਿਹੜਾ ਅਰਥ ਕਰਦੇ ਨੇ ਛਤਰ, ਵੀ ਰੱਬੀ ਛਤਰ ਆਪ ਜੀ ਦੇ ਸੀਸ ਦੇ ਉੱਪਰ ਝੂਲ ਰਿਹਾ ਹੈ। ਸੱਚਾ ਤਖਤ, ਤੇ ਆਪ ਜੀ ਗੁਰਤਾ ਗੱਦੀ ਰੂਪੀ ਸੱਚੇ ਤਖਤ ਦੇ ਉੱਤੇ ਸੁਭਾਏ ਮਾਨ ਹੋ, ਆਪ ਮਹਾਰਾਜ ਸੱਚੇ ਆਪਣੇ ਸਵੈ ਸਰੂਪ ਰੂਪੀ ਤਖਤ ਦੇ ਸੁਭਾਏ ਮਾਨ ਹੋ। ਜੋਗ ਭੋਗ, ਇਹ ਗੁਰਤਾ ਗੱਦੀ ਦੇ ਚਿੰਨ੍ਹ ਹਨ ਨਾ, ਜਿਵੇਂ ਚੌਲ ਸਾਹਿਬ ਕਰਨਾ, ਸੀਸ ਦੇ ਉੱਤੇ ਛਤਰ ਝੁਲਣਾ, ਪ੍ਰਤੱਖ ਵੀ ਮਹਾਰਾਜ ਚੌਰ ਹੋ ਰਿਹਾ ਹੈ, ਆਦਿ ਚੌਰ ਸਾਹਿਬ ਪਤ ਛਤਰ, ਤੇ ਸੱਚਾ ਤਖਤ ਆਪਦਾ ਲੱਗਿਆ ਸਿੰਘਾਸਨ, ਤੇ ਅੰਤਰੀਮ ਰੂਪ ਦੇ ਵਿੱਚ ਵੀ ਮਹਾਰਾਜ ਸਾਹਿਬ ਆਪ ਜੀ ਦਾ ਜਸ ਰੂਪੀ ਜਿਹੜਾ ਛਤਰ ਹੈ ਉਹ ਝੂਲ ਰਿਹਾ ਹੈ। ਆਪ ਜੀ ਮਹਾਰਾਜ ਸੱਚੇ ਤਖਤ ਸੱਚਖੰਡ ਦੇ ਵਿੱਚ ਲੀਨਤਾ ਰੂਪੀ ਸਿੰਘਾਸਨ ਦੇ ਬਿਰਾਜਮਾਨ ਹੋ। ਜੋਗ ਭੋਗ ਸੰਜੁਤ ਬਲ, ਜੋਗ ਭੋਗ ਸੰਜੁਤ ਬਲ, ਸੰਜੁਤ ਏਦਾਂ ਪਾਠ ਕਰਨਾ, ਵੀ ਫਿਰ ਮਹਾਰਾਜ ਸਾਹਿਬ ਜੀ ਆਪ
ਯੋਗ ਤੇ ਭੋਗ, ਆਪ ਜੀ ਨੂੰ ਰਾਜ ਯੋਗ ਕਿਹਾ ਹੈ। ਆਪ ਜੀ ਯੋਗ ਭੋਗ ਦੇ ਬਲ ਦੇ ਸੰਯੁਕਤ ਸੰਯੁਕਤ ਹੋ, ਇਹ ਤਖ਼ਤ ਦੇ ਉੱਤੇ ਬਿਰਾਜਮਾਨ ਹੋ ਕਰਕੇ ਆਪ ਜੀ ਮਹਾਰਾਜ ਜੋ ਯੋਗ ਆਪਣੇ ਅੰਦਰ ਦਾ ਧਿਆਨ ਰੱਬ ਵਿੱਚ ਜੋੜਨਾ ਅਤੇ ਭੋਗ ਜੋ ਗ੍ਰਿਸਤ ਦੇ ਵਿੱਚ ਰਹਿਣਾ, ਇਹਨਾਂ ਦੋਵਾਂ ਦੇ ਸੰਯੁਕਤ ਹੋ, ਭਾਵ ਕਿ ਰਾਜ ਯੋਗ ਦੇ ਸਹਿਤ ਹੋ ਕੇ ਭੋਗ ਪਦਾਰਥਾਂ 'ਚ ਰਹਿੰਦੇ ਹੋ, ਗ੍ਰਿਸਤ ਵਿੱਚ ਰਹਿੰਦੇ ਹੋਏ ਵੀ ਪਦਾਰਥਾਂ ਤੋਂ ਨਿਰਲੇਪ ਜੋਗੀ ਦੀ ਨਿਆਈ ਅਤਿਅੰਤ ਬਲੀ ਹੋ, ਬਲ ਵਾਲੇ ਹੋ। ਗੁਰ ਰਾਮਦਾਸ ਸੱਚ ਸੱਲ ਭਾਣ, ਗੁਰ ਰਾਮਦਾਸ ਸੱਚ ਸੱਲ ਭਾਣ, ਸੱਲ ਭੱਟ ਜੀ ਇਹ ਸੱਚੀ ਗੱਲ ਭਾਣ ਉਚਾਰਨ ਕਰਦੇ ਨੇ। ਭੱਟ ਜੀ ਕਹਿੰਦੇ ਮੈਂ ਸੱਚਾ ਵਚਨ ਕਹਿੰਦਾ ਹਾਂ, ਹੇ ਗੁਰੂ ਰਾਮਦਾਸ ਸਾਹਿਬ ਜੀਓ, ਤੂੰ ਅਟਲ ਰਾਜ ਅਭਗ ਦਲ, ਤੂੰ ਅਟਲ, ਤੂੰ ਮਹਾਰਾਜ ਆਪ ਜੀ ਅਟਲ, ਟਲਣ ਤੋਂ ਰਹਿਤ ਰਾਜ ਕਰ ਰਹੇ ਹੋ, ਗੁਰਤਾ ਗੱਦੀ ਰੂਪੀ ਅਟਲ ਰਾਜ ਸਿੰਘਾਸਨ ਤੇ ਸੁਭਾਏ ਮਾਨ ਹੋ, ਅਤੇ ਅਭਗ ਦਲ ਤੇ ਆਪ ਜੀ ਦਾ ਸਿੱਖੀ ਸੇਵਕੀ ਰੂਪੀ ਸ਼ੁਭ ਗੁਣਾ ਰੂਪੀ ਜਿਹੜਾ ਦਲ ਹੈ ਫੌਜਾਂ ਨੇ, ਉਹ ਵੀ ਅਭਗ ਭੱਜਣ ਤੋਂ ਰਹਿਤ, ਦੌੜਨ ਤੋਂ ਨਾਸ਼ ਹੋਣ ਤੋਂ ਰਹਿਤ ਫੌਜ ਹੈ ਆਪ ਜੀ ਦੇ ਨਾਲ। ਤੂੰ ਸਤਿਗੁਰ ਚੌਹਾਂ ਜੁਗੀ, ਜੁਗੀ ਮਹਾਰਾਜ ਇੱਕ ਯੁੱਗ ਦੀ ਗੱਲ ਥੋੜਾ ਹੈ, ਚੌਹਾਂ ਯੁੱਗਾਂ ਤੋਂ ਹੀ ਆਪ ਜੀ ਸਤਿਗੁਰੂ ਰੂਪ ਹੋ, ਗੁਰੂ ਰਾਮਦਾਸ ਜੀ ਹੋ, ਸਿੱਖ ਸੇਵਾ ਆਪ ਆਪ ਆਪੇ ਪਰਮੇਸ਼ਰ, ਆਪੇ ਆਪ ਹੀ ਪਰਮੇਸ਼ਰ ਦਾ ਸਰੂਪ ਹੋ, ਰੱਬ ਦੀ ਜੋਤ ਆਏ ਹੋ। ਸੁਰ ਨਰ ਸਾਧਕ ਸਿੱਧ, ਸੁਰ ਨਰ ਸਾਧਕ ਸਿੱਧ, ਸੁਰ ਦੇਵਤੇ ਨਰ ਆਮ ਜਨ ਮਨੁੱਖ, ਸਾਧਕ ਬੰਦਗੀ ਸਾਧਨਾ ਕਰਨ ਵਾਲੇ ਪੁਰਖ ਅਤੇ 84 ਸਿੱਧ, ਸਿੱਖ ਸੇਵੰਤ ਧੁਰ ਧੁਰ, ਸਿੱਖ ਸੇਵੰਤ ਧੁਰ ਹੈ ਧੁਰ, ਸਿੱਖਿਆ ਲੈਣ ਵਾਲੇ ਜਿਹੜੇ ਸਿੱਖ ਪ੍ਰੇਮੀ ਸੇਵਕ ਆਦਿਕ ਇਹ ਸਾਰੇ ਹੀ ਧੁਰ ਹੈ ਧੁਰ, ਭਾਵ ਕੇ ਆਦਿ ਮੁੱਢ ਤੋਂ ਲੈ ਕੇ ਸਦਾ ਸਦਾ ਯੁੱਗਾਂ ਨੂੰ ਆਪ ਜੀ ਨੂੰ ਹੀ ਸੇਵੰਤ ਸੇਵਣਾ ਪੂਜਣਾ ਕਰਦੇ ਆ ਰਹੇ ਹਨ, ਜਾਂ ਆਪ ਜੀ ਦੇ ਉਪਦੇਸ਼ ਦੁਆਰਾ ਜੋ ਧੁਰ ਮੁੱਢ ਰੂਪੀ ਪਰਮੇਸ਼ਰ ਹੈ ਉਸ ਨੂੰ ਧੁਰੇ ਆਦਿ ਤੋਂ ਹੀ ਸੇਵਦੇ ਆ ਰਹੇ ਨੇ, ਜਦੋਂ ਤੋਂ ਗੁਰਿਆਈ ਦੀ ਮਰਿਆਦਾ ਬੰਨੀ ਹੈ। ਆਦਿ ਜੁਗਾਦ ਅਨਾਦ, ਫਿਰ ਸਤਿਗੁਰੂ ਜੀ ਆਪ ਜੀ ਆਦਿ ਜੁਗਾਦ, ਆਦਿ ਜੁਗਾਦ ਭਾਵ ਸਦਾ ਸਦਾ ਹੀ, ਅਤੇ ਅਨਾਦ ਅਨਾਦੀ ਸਰੂਪ, ਤੁਹਾਡਾ ਆਦਿ ਕੋਈ ਨਹੀਂ ਹੈ, ਆਦ ਜੁਗਾਦ ਸਦਾ ਰਹਿਣ ਵਾਲੇ ਹੋ, ਆਦ ਆਦ ਜੁਗਾਦ ਅਨਾਦ, ਫਿਰ ਜੁਗਾਦ ਜੁਗਾਂ ਦੇ ਆਦ ਦੇ ਰਚਣ ਤੋਂ ਪਹਿਲਾਂ ਵੀ ਆਪ ਜੀ ਵਿਆਪਕ ਸਮਰੱਥ, ਹੁਣ ਜਿਹੜੇ ਮਹਾਰਾਜ ਯੁੱਗ ਆਦਿਕ ਰਚੇ ਗਏ ਨੇ ਇਹਨਾਂ ਵਿੱਚ ਵੀ ਆਪ ਵਿਆਪਕ ਸਮਰੱਥ ਹੋ। ਕਲਾ ਧਾਰੀ ਤ੍ਰਿਹੋ ਲੋਹ, ਲੋਹ ਕਲਾ ਧਾਰੀ ਤ੍ਰਿਹੋ ਲੋਹ, ਤੇ ਮਹਾਰਾਜ ਆਪ ਜੀ ਨੇ ਤ੍ਰਿਹੋ ਤਿੰਨਾਂ ਲੋਹ ਲੋਕਾਂ ਦੇ ਵਿੱਚ ਆਪਣੀ ਕਲਾ ਸ਼ਕਤੀ ਧਾਰਨ ਕੀਤੀ ਹੈ, ਤਿੰਨੇ ਲੋਕ ਤੁਹਾਡੀ ਸ਼ਕਤੀ ਦੇ ਆਸਰੇ ਹਨ। ਅਗਮ ਨਿਗਮ ਉਦਰਣ, ਅਗਮ ਨਿਗਮ ਉਦਰਣ, ਹੇ ਸਤਿਗੁਰੂ ਜੀ ਆਪ ਜੀ ਨੇ ਅਗਮ ਕੀ ਹੈ ਸ਼ਾਸਤਰ, ਤੇ ਨਿਗਮ ਕੀ ਹੈ ਵੇਦ, ਇਹਨਾਂ ਦਾ ਵੀ ਉਦਰਣ ਉਧਾਰ ਕਰਨ ਵਾਲੇ ਤੁਸੀਂ ਹੋ। ਵਰਾਹ ਰੂਪ ਵਿੱਚ ਮਹਾਰਾਜ ਜਿਹੜੇ ਵੇਦ ਚੋਰੀ ਕਰ ਲਏ ਸਨ, ਸੰਖਾ ਸੁਰਕੋਂ ਆਪ ਜੀ ਨੇ ਵੇਦਾਂ ਨੂੰ ਚੋਰੀ ਹੋਣ ਤੋਂ ਬਚਾਇਆ ਸੀ, ਭਾਵੋ ਵੀ ਸਰੂਪ ਆਪ ਹੀ ਹੋ ਜਾ। ਅਗਮ ਅਗਮ ਨਿਗਮ ਉਦਾਹਰਣ, ਅਗਮ ਕੀ ਹੈ ਛੇ ਸ਼ਾਸਤਰ, ਨਿਗਮ ਕੀ ਹੈ ਚਾਰ ਵੇਦ, ਇਹਨਾਂ ਜੋ ਨਾਨਾ ਤਰ੍ਹਾਂ ਦੇ ਕਰਮ ਕਾਂਡ ਉਪਾਸਨਾ ਹਨ, ਉਦਾਹਰਣ ਉਹਨਾਂ ਕਰਮ ਕਾਂਡਾਂ ਨੂੰ ਆਪਣੇ ਸਿੱਖਾਂ ਨੂੰ ਬਚਾ ਕੇ ਭਗਤੀ ਚ ਲਾ ਕੇ ਉਧਾਰ ਕਰਨ ਵਾਲੇ ਹੋ। ਜਰਾ ਜੰਮਹਿ ਆਰੋਹ, ਜਰਾ ਜੰਮਹਿ ਆਰੋਹ, ਮੰਮੀ ਨੂੰ ਵੀ ਸਿਹਾਰੀ, ਜਰਾ ਜੰਮਹਿ ਆਰੋਹ, ਤੇ ਆਪ ਜੀ ਜਰਾ ਜੋ ਨਾਮ ਹੈ ਬੜੇਪੇ ਦਾ,
ਤੇ ਜੰਮ ਹੈ ਨਾਮ ਹੈ ਜੰਮਣ ਆਦਿਕ ਦਾ। ਇਹ ਜੰਮਣ ਦਾ ਤੇ ਬੁਢੇਪੇ ਦਾ ਜਿਹੜਾ ਦੁੱਖ ਹੈ ਇਹਨਾਂ ਸਾਰਿਆਂ ਤੋਂ ਆਰੋਹ, ਸਾਰਿਆਂ ਹੀ ਸੁਭਾਵਾਂ ਤੋਂ ਆਰੋਹ ਅਸਵਾਰ ਹੋ। ਆਰੋਹ ਹੁੰਦਾ ਸਵਾਰ ਹੋਣਾ, ਚੜ੍ਹਨਾ, ਜਿਵੇਂ ਘੋੜੇ ਦੇ ਚੜ੍ਹੀ ਦਾ ਭਾਵ ਇਹ ਹੈ ਵੀ ਆਪ ਜੀ ਨੇ ਇਹਨਾਂ ਦੇ ਕਾਬੂ ਪਾਇਆ ਹੋਇਆ ਹੈ। ਜਰਾ ਜੰਮ ਹੈ ਆਰੋਹ ਹੈ ਤੇ ਮਹਾਰਾਜ ਸਾਹਿਬ ਜੀ ਆਪ ਜੀ ਆ ਨਾਮ ਹੈ ਸਾਧ ਸੰਗਤ, ਰੋਹ ਹੈ ਨਾਮ ਹੈ ਗੁੱਸੇ ਦਾ, ਆ ਨਾਮ ਹੈ ਰਹਿਤ ਦਾ, ਵੀ ਆਪ ਜੀ ਜਰਾ ਬੁਢੇਪੇ ਤੋਂ, ਜੰਮ ਹੈ ਜੰਮਣ ਮਰਨ ਤੋਂ, ਆ ਰੋਹ ਹੈ ਤੇ ਰੋਹ ਗੁੱਸੇ ਵਾਲੇ ਸੁਭਾਅ ਤੋਂ ਰਹਿਤ ਹੋ। ਗੁਰ ਅਮਰਦਾਸ ਥਿਰ ਥੱਪਿਆ, ਗੁਰ ਅਮਰਦਾਸ ਥਿਰ ਥੱਪਿਆਓ। ਸ੍ਰੀ ਗੁਰੂ ਅਮਰਦਾਸ ਜੀ ਨੇ ਆਪ ਜੀ ਨੂੰ ਗੁਰਤਾ ਗੱਦੀ ਤੇ ਥਿਰ ਅਸਥਿਤ ਕਰਕੇ ਬਿਰਾਜਮਾਨ ਕਰਕੇ ਤੇ ਫਿਰ ਮਹਾਰਾਜ ਥੱਪਿਓ ਅਸਥਾਪਨ ਕੀਤਾ ਹੈ ਸਦਾ ਵਾਸਤੇ। ਪਰਗਾਮੀ ਤਾਰਨ ਤਰਨ, ਪਰਗਾਮੀ ਇਹਨੂੰ ਪਰਗਾਮੀ ਕਠਾ ਹੀ ਪਾਠ ਏਦਾਂ ਬੋਲਣਾ, ਪਰਗਾਮੀ ਨਹੀਂ ਕਹਿਣਾ, ਪਰਗਾਮੀ ਤਾਰਨ ਤਰਨ ਤੇ ਆਪ ਸੰਸਾਰ ਦੀ ਜੋ ਪਰਗਾਮੀ ਗਮਤਾ ਤੋਂ ਪਰੇ ਹੋ ਜਾਂ ਆਪ ਜੀ ਸੰਸਾਰ ਤੋਂ ਪਰ ਪਾਰ ਕਰਨ ਵਾਲੇ ਤੇ ਗਾਮੀ ਗਮਤਾ ਤੋਂ ਪਰੇ ਸਰੂਪ ਹੋ, ਤਾਰਨ ਤਰਨ ਤੇ ਜੀਵਾਂ ਨੂੰ ਤਾਰਨ ਵਾਸਤੇ ਤਰਨ ਜਹਾਜ਼ ਦੀ ਨਿਆਈ ਹੋ ਜਗਤ ਵਿੱਚੋਂ। ਅੱਗ ਅੰਤਕ ਬਦੈ ਨਾ ਸਲ ਕਵ, ਅੱਗ ਅੰਤਕ ਬਦੈ ਨਾ ਸਲ ਕਵ, ਬਦੈ ਤੇ ਨਾ ਇਹ ਨਾ ਵੱਖਰਾ ਹੈ ਤੇ ਬਦੈ ਵੱਖਰਾ ਹੈ, ਵੀ ਸਲ ਕਵ ਸਲ ਭੱਟ ਜੀ ਕਵ ਸਲ ਕਵੀ ਜੀ ਭੱਟ ਜੀ ਕਥਨ ਕਰਦੇ ਨੇ ਵੀ ਅੱਗ ਉਹ ਜਿਹੜੇ ਅੱਗ ਪਾਪ ਨੇ ਅਤੇ ਅੰਤਕ ਅੰਤ ਕਰਨ ਵਾਲਾ ਜਿਹੜਾ ਧਰਮ ਰਾਜਾ ਹੈ ਉਸਨੂੰ ਬਦੈ ਨਾ ਕੁਝ ਵੀ ਬਦੈ ਵਿਦਦੇ ਮਿਥਦੇ ਕੁਝ ਸਮਝਦੇ ਨਹੀਂ ਜਾਣਦੇ ਨਹੀਂ ਹਨ, ਪਾਪ ਵੀ ਉਹਨਾਂ ਦੇ ਨੇੜੇ ਨਹੀਂ ਆਉਂਦੇ, ਧਰਮ ਰਾਜਾ ਵੀ ਨੇੜੇ ਨਹੀਂ ਆਉਂਦਾ। ਗੁਰੂ ਰਾਮਦਾਸ ਤੇਰੀ ਸਰਣ, ਇਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੋ ਵੀ ਆਪ ਜੀ ਦੀ ਸ਼ਰਨ ਵਿੱਚ ਪੈਂਦੇ ਹਨ, ਜਾਂ ਮੈਂ ਵੀ ਭੱਟ ਕਹਿੰਦਾ ਮਹਾਰਾਜ ਮੈਂ ਅੱਗ ਅੰਤਕ ਬਦੈ ਨਾ ਸਲ ਕਵ, ਵੀ ਆਪ ਜੀ ਸਲ ਭੱਟ ਜੀ ਕਥਨ ਕਰਦੇ ਗੁਰੂ ਸਾਹਿਬ ਆਪ ਜੀ ਅੱਗ ਪਾਪਾਂ ਦਾ ਅੰਤਕ ਕੀ ਹੁੰਦਾ ਨਾਸ਼ ਕਰਨ ਵਾਲੇ ਹੋ। ਬਦੈਨ ਕਠਾ ਪਾਠ ਹੈ ਦੂਸਰਾ, ਬਦੈਨ ਨਾਮ ਕਹੀ ਦੇ ਹੋ, ਅੱਗ ਅੰਤਕ ਬਦੈਨ ਅੱਗ ਪਾਪਾਂ ਦਾ ਨਾਸ਼ ਕਰਨ ਵਾਲੇ ਕਹੀ ਦੇ ਹੋ, ਇਸੇ ਕਰਕੇ ਮੈਂ ਸਾਰੇ ਆਸਰੇ ਛੱਡ ਕੇ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਸਵਈਏ ਮਹੱਲੇ ਪੰਜਵੇਂ ਕੇ, ਫਿਰ ਪੜੋ, ਸਵਈਏ ਮਹੱਲੇ ਪੰਜਵੇਂ ਕੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਿਮਰੰ ਸੋਈ ਪੁਰਖ ਅਚਲ ਅਵਨਾਸੀ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਮਹਿਮਾ ਦੇ ਸੱਠ ਸਵਈਏ ਸੰਪੂਰਨ ਹੋਏ ਹਨ। ਸਵਈਏ ਮਹੱਲੇ ਪੰਜਵੇਂ ਕੇ, ਪੰਜਵੇਂ ਪਾਤਸ਼ਾਹ ਦੀ ਮਹਿਮਾ ਦੇ ਸਵਈਏ ਭੱਟ ਸਾਹਿਬਾਨ ਉਚਾਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਸਰੂਪ ਪੰਜਵੇਂ ਪਾਤਸ਼ਾਹ ਦੀ ਮਹਿਮਾ ਦੇ ਸਵਈਏ ਉਚਾਰਨ ਤੋਂ ਪਹਿਲਾਂ ਪੰਜਵੇਂ ਪਾਤਸ਼ਾਹ ਮੰਗਲ ਲਿਖਦੇ ਨੇ, ਵਾਹਿਗੁਰੂ ਇੱਕ ਹੈ, ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸਿਮਰੰ ਸੋਈ ਪੁਰਖ, ਸਿਮਰੰ ਸੋਈ ਪੁਰਖ, ਹੁਣ ਇਹ ਸਾਧ ਸੰਗਤ ਅੱਗੇ ਜਿਹੜੇ ਹਨ ਸਵਈਏ ਆ ਰਹੇ ਹਨ, ਇਹਨਾਂ ਦੇ ਵਿੱਚ ਜੋ ਸਵਈਏ ਨੇ 11 ਸਵਈਏ ਕੱਲ੍ਹ ਭੱਟਦੇ ਨੇ ਅਤੇ 6ਵਾਂ ਸਵਈਆ ਜਿਹੜਾ ਹੈ ਕੱਲ੍ਹ ਸਹਾਰ ਭੱਟਦਾ ਹੈ, ਅਤੇ ਕੱਲ੍ਹ ਅਤੇ ਕੱਲ੍ਹ ਸਹਾਰ ਦੋਵੇਂ ਭੱਟ ਰਿਗ ਵੇਦ ਦੇ ਅਵਤਾਰ ਹੋਣ ਕਰਕੇ ਸਕੇ ਭਾਈ ਕਹੇ ਨੇ, ਕੱਲ੍ਹ ਸਹਾਰ ਭੱਟ ਦਾ ਵੱਖਰਾ ਅੰਕ ਤਾਂ ਨਹੀਂ ਲਾਇਆ। ਅਤੇ ਫਿਰ ਅੱਗੇ ਜਾ ਕਰਕੇ
ਜਦੋਂ 9 ਸਵਈਏ ਹੋਣਗੇ ਫਿਰ ਅੰਕ ਮੁਕਾ ਕੇ 1, 2, 3 ਸ਼ੁਰੂ ਹੋਵੇਗਾ। ਉਹ ਚਾਲ ਵੱਖਰੀ ਹੋਣ ਕਰਕੇ ਪਿਛਲਾ ਅੰਕ ਮੁਕਾ ਦਿੱਤਾ ਹੈ। 9 ਸਵਈਏ 3 ਸੋਰ ਉੱਠੇ, ਕੁੱਲ 12 ਸਵਈਏ ਨੇ। 12 ਤੋਂ ਅੱਗੇ 7 ਸਵਈਏ ਮਥੁਰਾ ਭੱਟ ਦੇ ਅਤੇ ਫਿਰ ਹਰਬੰਸ ਭੱਟ ਦੇ 2 ਦੇ, ਕੁੱਲ 21 ਸਵਈਏ 5ਵੇਂ ਪਾਤਸ਼ਾਹ ਦੀ ਮਹਿਮਾ ਦੇ ਆ ਰਹੇ ਹਨ। ਸਿਮਰੰ ਸੋਈ ਪੁਰਖ, ਮੈਂ ਭੱਟ ਜੀ ਕਹਿੰਦੇ ਸੋਈ ਉਸ ਪੁਰਖ ਪੂਰਨ ਪਰਮੇਸ਼ਰ ਨੂੰ ਸਿਮਰੰ ਸਿਮਰਦਾ ਹਾਂ। ਅਚਲ ਅਵਿਨਾਸੀ, ਅੱਛਾ ਬੋਲੋ ਨਾ ਬਿਨਾਸੀ, ਅਚਲ ਅਵਿਨਾਸੀ ਜੋ ਹੋਏ ਮਹਾਰਾਜ ਸਾਹਿਬ ਜੀ। ਭੱਟ ਜੀ ਕਹਿੰਦੇ ਭਾਈ ਭੱਟੋ, ਅਚਲ ਚੱਲਣ ਤੋਂ ਰਹਿਤ ਤੇ ਅਵਿਨਾਸੀ ਨਾਸ ਤੋਂ ਰਹਿਤ ਸਰੂਪ ਹੈ। ਜਿਸ ਸਿਮਰਤ, ਜਿਸ ਗੁਰੂ ਸਾਹਿਬ ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਦੁਰਮਤ ਮਲ ਨਾਸੀ, ਦੁਰਮਤ ਭੈੜੀ ਮਤ ਰੂਪੀ ਮੈਲ ਹੀ ਨਾਸੀ ਨਾਸ ਹੋ ਜਾਂਦੀ। ਜਿਹੜਾ ਹਰ ਗੱਲੇ ਕਿੰਤੂ ਪਰੰਤੂ ਕਰਨਾ, ਭਰੋਸਾ ਨਾ ਕਰਨਾ, ਇਹ ਭੈੜੀ ਅਗਲ ਹੀ ਨਾਸ ਹੋ ਜਾਂਦੀ ਹੈ। ਸਤਿਗੁਰ ਚਰਨ ਕਵਲ ਰਿਤ ਧਾਰਨ, ਉਸ ਪਰਮੇਸ਼ਰ ਦਾ ਸਰੂਪ ਨੇ ਗੁਰੂ ਅਰਜਨ ਦੇਵ ਜੀ, ਮੈਂ ਉਹਨਾਂ ਦੇ ਚਰਨ ਕਮਲਾਂ ਨੂੰ ਹਿਰਦੇ 'ਚ ਧਾਰਨ ਕਰਦਾ ਹਾਂ। ਗੁਰ ਅਰਜਨ ਗੁਣ ਸਹਿਜ ਵਿਚਾਰ, ਤੇ 1407 ਅੰਗ ਤੇ ਭੱਟ ਜੀ ਕਹਿੰਦੇ ਨੇ ਗੁਰ ਅਰਜੁਨ ਗੁਣ ਸਹਿਜ ਵਿਚਾਰਾਂਗੇ। ਇੱਥੇ ਅਰਜੁਨ ਵੱਲ ਧਿਆਨ ਦਿਓ, ਪੋਥੀਆਂ ਜਿਹਨਾਂ ਸਿੱਖਾਂ ਕੋਲ ਨੇ, ਜੱਜੇ ਦੇ ਔਂਕੜ ਹੈ ਅਰਜੁਨ, ਤੇ ਇਹਦਾ ਉਚਾਰਨ ਇੱਦਾਂ ਹੀ ਕਰਨਾ। ਤੇ ਇੱਕ ਇੱਥੋਂ ਇਹ ਨਾਲ ਸਾਧ ਸੰਗਤ ਧਿਆਨ ਵਿੱਚ ਰੱਖਣਾ ਵੀ ਜਿਹੜੇ ਬੰਧਨ ਪਰੇ ਪਾਠ ਸੁਖਮਨੀ ਸਾਹਿਬ ਜੀ ਦੇ ਵਿੱਚ ਨੂੰ ਆਉਂਦੇ ਨਾ ਵੀ ਧੱਦੇ ਦੇ ਥੱਲੇ ਔਂਕੜ ਹੁੰਦਾ, ਇਸ ਕਰਕੇ ਉਹਨੂੰ ਬੰਧ ਨਾ ਪਰੇ, ਇਹ ਨਿਯਮ ਹੈ ਵਿਆਕਰਨ ਦਾ ਵੀ ਬੰਧ ਨਾ ਪਰੇ ਉਚਾਰਨ ਕਰਨਾ ਹੈ। ਉਹ ਇੱਥੇ ਹੁਣ ਅਰਜੁਨ ਜਿਹੜਾ ਅਰਜ ਨਾ ਇੱਦਾਂ ਥੋੜ੍ਹਾ ਪਾਠ ਹੁਣ ਕਰ ਲੈਣਗੇ, ਇੱਥੇ ਤਾਂ ਅਰਜੁਨ ਹੀ ਕਰਨਾ ਪਵੇਗਾ ਨਾ। ਇਸ ਕਰਕੇ ਸਿਆਣਪ ਕੁਝ ਹੱਦ ਤੀਕ ਠੀਕ ਹੁੰਦੀ ਹੈ, ਬਹੁਤੀ ਜਿਹੜੀ ਸਿਆਣਪ ਉਹ ਸਾਰੇ ਥਾਵਾਂ 'ਤੇ ਉਹ ਨਿਯਮ ਲਾਗੂ ਨਹੀਂ ਹੁੰਦਾ। ਗੁਰਬਾਣੀ ਵਿੱਚੋਂ ਹੀ ਇਹ ਸਾਧ ਸੰਗਤ ਅੱਖਾਂ ਖੁੱਲ੍ਹ ਜਾਂਦੀਆਂ, ਜਿਹੜੇ ਕਹਿੰਦੇ ਵੀ ਬੰਧ ਨਾ ਪਰੈ ਪਾਠ ਸ਼ੁੱਧ ਹੈ, ਕਿਉਂਕਿ ਧੱਦੇ ਦੇ ਥੱਲੇ ਔਂਕੜ ਹੈ, ਅਤੇ ਸੰਪਰਦਾਇ 'ਚ ਕਹਿੰਦੇ ਨੇ ਬੰਧਨ ਪਰੈ ਇਹ ਪਾਠ ਸ਼ੁੱਧ ਹੈ। ਇਸੇ ਤਰ੍ਹਾਂ ਹੁਣ ਇੱਥੇ ਅਰਜੁਨ ਜੱਜੇ ਦੇ ਔਂਕੜ ਹੈ ਮਹਾਰਾਜ ਦਾ ਨਾਮ, ਅਤੇ ਇਕੱਠਾ ਹੀ ਬੋਲਣਾ ਹੈ ਨਾ, ਗੁਰ ਅਰਜੁਨ ਗੁਣ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜਿਹੜੇ ਪਰਉਪਕਾਰ ਵਾਲੇ ਗੁਣ, ਸ਼ਾਂਤੀ ਸੁਭਾਅ ਵਾਲੇ ਜਿਹੜੇ ਗੁਣ ਹਨ, ਸਹਿਜ ਵਿਚਾਰ, ਸਹਿਜ ਸ਼ਾਂਤੀ ਪੂਰਵਕ ਉਹਨਾਂ ਨੂੰ ਵਿਚਾਰਨਾ ਕਰਦਾ। ਜਦੋਂ ਕਾਲ ਪੈ ਗਿਆ ਪੰਜਾਬ 'ਚ, 5ਵੇਂ ਪਾਤਸ਼ਾਹ ਨੇ ਆਖਿਆ ਸਿੱਖ ਘਰ ਘਰ ਲੰਗਰ ਲਾ ਦਿਓ, ਆਪ ਮਹਾਰਾਜ ਸਾਹਿਬ ਲਾਹੌਰ ਗਏ, ਉੱਥੇ ਬਿਮਾਰੀ ਫੈਲ ਗਈ, ਸਤਿਗੁਰੂ ਸਾਹਿਬ ਜੀ ਨੇ ਹਰ ਤਰ੍ਹਾਂ ਦੀ ਸਹਾਇਤਾ ਕੀਤੀ। ਐਡੇ ਮਹਾਰਾਜ ਗੁਣਾਂ ਵਾਲੇ ਨੇ, ਕੋੜੀਆਂ ਦੇ ਵਾਸਤੇ ਸਾਧ ਸੰਗਤ ਮਹਾਰਾਜ ਨੇ ਤਰਨ ਤਾਰਨ ਸਾਹਿਬ ਕੋੜਖਾਨਾ ਖੋਲ੍ਹਿਆ। ਜਦੋਂ ਅੰਮ੍ਰਿਤ ਤਰਨ ਤਾਰਨ ਸਰੋਵਰ ਰਚ ਰਹੇ ਸਨ, ਇੱਕ ਜੋਗੀ ਆਇਆ, ਕਹਿੰਦਾ ਵੀ ਮੈਂ ਬਹੁਤ ਆਪਣੀ ਜ਼ਿੰਦਗੀ ਦੀ ਕਮਾਈ ਮਹਾਰਾਜ ਤੁਹਾਨੂੰ ਦਿੰਦਾ ਹਾਂ। ਉਹਨੇ ਸਵਾਹ ਜਿਹੜੀ ਸਿੱਧ ਕੀਤੀ ਸੀ, ਮਹਾਰਾਜ ਕਹਿੰਦੇ ਇਹਦੇ ਨਾਲ ਕੀ ਹੁੰਦਾ, ਕਹਿੰਦੇ ਜੇ ਰੋਗੀਆਂ ਦੇ ਲੋਕਾਂ ਦੇ ਲੱਗ ਜੇ ਰੋਗ ਠੀਕ ਹੁੰਦੇ ਨੇ, ਸਾਰੀ ਸਵਾਹ ਉਹਦੀ ਜ਼ਿੰਦਗੀ ਦੀ ਕਮਾਈ ਸਰੋਵਰ 'ਚ ਮਹਾਰਾਜ ਨੇ ਪਾਤੀ, ਵੀ ਇੱਥੇ ਜੇ ਰੋਗ ਠੀਕ ਹੋਣ ਤਾਂ ਹੋਰ ਕੀ ਚਾਹੀਦਾ ਹੈ। ਐਸੇ ਮਹਾਰਾਜ ਗੁਰੂ ਅਰਜਨ ਦੇਵ ਜੀ ਗੁਣਾਂ ਵਾਲੇ ਨੇ, ਸਹਿਜ ਸ਼ਾਂਤੀ ਪੂਰਵਕ ਵਿਚਾਰਨਾ ਕਰਦਾ ਹਾਂ। ਭੱਟ ਜੀ ਕਹਿੰਦੇ ਗੁਰ ਰਾਮਦਾਸ ਘਰ, ਜਿਹਨਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਵਿੱਚ ਬੀਬੀ ਭਾਨੀ ਜੀ ਦੀ ਕੁੱਖੋਂ ਸੰਮਤ 1620 ਬਿਕਰਮੀ ਨੂੰ ਪ੍ਰਗਾਸਾ, ਵਿਸਾਖ ਮਹੀਨੇ ਦੇ ਵਿੱਚ ਗੋਂਦਵਾਲ ਸਾਹਿਬ ਵਿੱਚ ਪ੍ਰਗਾਸਾ ਪ੍ਰਕਾਸ਼ ਭਾਵ ਅਵਤਾਰ ਲੈਣਾ ਕੀ ਉਹ ਕੀਤਾ। ਸਗਲ ਮਨੋਰਥ, ਜਿੱਥੇ ਗੁਰਦੁਆਰਾ ਚੁਬਾਰਾ ਸਾਹਿਬ ਹੈ ਗੋਂਦਵਾਲ ਸਾਹਿਬ, ਉੱਥੇ ਮਹਾਰਾਜ ਦਾ
ਅਵਤਾਰ ਧਾਰਨ ਸਥਾਨ ਬਣਿਆ ਸਗਲ ਮਨੋਰਥ ਪੂਰੀ ਆਸਾ। ਬੀਬੀ ਮਾਤਾ ਭਾਨੀ ਜੀ ਦੇ ਮਨ ਦੇ ਸਾਰੇ ਮਨੋਰਥ ਪੂਰੇ ਕਰ ਦਿੱਤੇ, ਪੂਰੀ ਆਸਾ। ਅਤੇ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਨਾਮ ਬਾਣੀ ਦਾ ਜੋ ਜਹਾਜ਼ ਰਚਿਆ, ਇਹ ਸਾਰਿਆਂ ਦੀ ਕਲਿਆਣ ਕਰਨ ਦੀ ਵੀ ਆਸਾ ਪੂਰਨ ਕੀਤੀ। ਜਾਂ ਸਗਲ ਸਗਲ ਮਨੋਰਥ ਪੂਰੀ ਆਸਾ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅਵਤਾਰ ਨਾਲ ਗੁਰੂ ਰਾਮਦਾਸ ਸਾਹਿਬ ਜੀ ਦਾ ਸਾਰਾ ਹੀ ਜਿਹੜਾ ਮਨੋਰਥ ਮਨ ਦਾ ਸੰਕਲਪ ਸੀ ਉਹ ਅਤੇ ਲੱਗੀ ਹੋਈ ਆਸਾ ਉਹ ਪੂਰੀ ਹੋ ਗਈ ਵੀ ਗੁਰਤਾ ਗੱਦੀ 'ਤੇ ਅੱਗੇ ਆ ਕੇ ਬਰਾਜ ਕੇ ਵੱਡਾ ਜਹਾਜ਼ ਰਚਣ ਵਾਲਾ ਜੋ ਉਹ ਆ ਗਿਆ। ਇਸ ਤਰ੍ਹਾਂ ਆਸਾਂ ਪੂਰੀਆਂ ਹੋ ਗਈਆਂ। ਤੈ ਜਨਮਤ, ਇਹ ਗੁਰੂ ਅਰਜਨ ਦੇਵ ਸਾਹਿਬ ਤੈ ਜਨਮਤ, ਆਪ ਜੀ ਨੇ ਜਨਮਤ ਜਨਮ ਧਾਰਦੇ ਆ ਭਾਵ ਅਵਤਾਰ ਲੈਂਦੇ ਆ ਹੀ ਬਾਲਕ ਅਵਸਥਾ ਵਿੱਚ ਹੀ। ਗੁਰਮਤ ਬ੍ਰਹਮ ਪਛਾਣਿਓ, ਗੁਰਮਤ ਬ੍ਰਹਮ ਪਛਾਣਿਓ। ਗੁਰੂ ਗੁਰਮਤ ਸ੍ਰੀ ਗੁਰੂ ਰਾਮਦਾਸ ਗੁਰੂ ਅਮਰਦਾਸ ਜੀ ਦੀ ਮਤ ਸਿੱਖਿਆ ਲੈ ਕੇ ਬ੍ਰਹਮ ਆਤਮਕ ਰੂਪ ਦੇ ਵਿੱਚ ਜੋ ਵਿਆਪਕ ਪਰਮੇਸ਼ਰ ਹੈ ਉਸ ਬ੍ਰਹਮ ਆਤਮਾ ਨੂੰ ਵਿਆਪਕ ਪ੍ਰਭੂ ਨੂੰ ਪਛਾਣਿਓ, ਪਛਾਣਨਾ ਕੀਤਾ ਹੈ। ਕੱਲ ਜੋੜ ਕਰ, ਕੱਲ ਜੋੜ ਕਰ, ਕੱਲ ਭੱਟ ਜੀ ਦੋਵੇਂ ਹੱਥ ਜੋੜ ਕੇ ਸੋ ਜਸ ਵਿਖਾਣਿਓ, ਸੋ ਜਸ ਵਿਖਾਣਿਓ, ਸੋ ਜਸ ਇਕੱਠਾ ਹੀ ਹੈ ਆਪ ਜੀ ਦੇ ਸ੍ਰੇਸ਼ਟ ਜਸ ਨੂੰ ਵਿਖਾਣਿਓ ਕਥਨ ਕਰਦਾ ਹੈ। ਭਗਤ ਯੋਗ ਕਉ ਜੈਤ ਵਾਰ, ਇਹ ਮਹਾਰਾਜ ਸਾਹਿਬ ਆਪ ਜੀ ਨੇ ਭਗਤੀ ਦੇ ਯੋਗ ਨੂੰ ਜੈਤ ਵਾਰ ਜਿੱਤਿਆ ਹੈ, ਕਿਉਂਕਿ ਜਿਹੜੇ ਪਹਿਲਾਂ ਭਗਤੀ ਕਰਦੇ ਸਨ ਉਹਨਾਂ ਨੂੰ ਯੋਗ ਨਹੀਂ ਸੀ ਕਮਾਉਣਾ ਆਉਂਦਾ, ਜਿਹੜੇ ਯੋਗ ਕਮਾਉਂਦੇ ਸਨ ਉਹ ਭਗਤੀ ਵਿੱਚ ਨਹੀਂ ਸਨ ਜੁੜਦੇ, ਪਰ ਗੁਰੂ ਅਰਜਨ ਦੇਵ ਜੀ ਆਪ ਜੀ ਨੇ ਭਗਤ ਯੋਗ ਕਉ ਜੈਤ ਵਾਰ, ਭਗਤੀ ਦੇ ਯੋਗ ਨੂੰ ਜੈਤ ਵਾਰ ਜਿੱਤਣ ਵਾਲੇ ਹੋ। ਭਾਵ ਸੰਸਾਰ 'ਚ ਇਕੱਲਾ ਯੋਗ ਧਾਰਨ ਵਾਲੇ ਕਈ ਨੇ, ਭਗਤੀ ਨਹੀਂ ਕਰਦੇ ਇਕੱਲੇ ਭਗਤ ਕਹਾਉਣ ਵਾਲੇ ਕਈ ਨੇ, ਪਰ ਯੋਗ ਦਾ ਕੋਈ ਗਿਆਨ ਨਹੀਂ। ਦੋਵੇਂ ਗੱਲਾਂ ਜੋ ਦੋਵੇਂ ਵਚਨ ਆਪ ਜੀ ਨੇ ਇਕੱਠੇ ਕੀਤੇ ਨੇ ਨਾ, ਇਹ ਮਹਾਰਾਜ ਸਾਹਿਬ ਮਾਨੋ ਆਪ ਜੀ ਨੇ ਹਰ ਪ੍ਰਕਾਰ ਦੇ ਸਿਧਾਂਤਾਂ ਦੇ ਜਿੱਤ ਪਾਈ ਹੈ ਕਿ ਬਾਕੀ ਕਿਸੇ ਤੋਂ ਭਗਤ ਯੋਗ ਇਕੱਠਾ ਨਹੀਂ ਹੋਇਆ, ਤੁਸੀਂ ਭਗਤੀ ਦੇ ਯੋਗ ਨੂੰ ਜਿੱਤਣ ਵਾਲੇ ਹੋ। ਇਵੇਂ ਪ੍ਰੇਮਾ ਭਗਤੀ ਦੇ ਯੋਗ ਦਾ ਆਪ ਜੀ ਨੇ ਮਹਾਰਾਜ ਪ੍ਰਚਾਰ ਕੀਤਾ ਹੈ, ਭਗਤ ਯੋਗ ਕਮਾਇਆ ਹੈ ਤੁਸਾਂ ਨੇ। ਹਰ ਜਨਕ ਉਪਾਇਆ, ਹਰੀ ਵਾਹਿਗੁਰੂ ਨੇ ਆਪ ਜੀ ਨੂੰ ਜਨਕ ਉਹ ਪਾਏ ਆਓ, ਆਪ ਜੀ ਨੂੰ ਮਹਾਰਾਜ ਜਨਕ ਗਿਆਨਵਾਨ ਹੀ ਜਿਹੜਾ ਹੈ ਜੀਵਾਂ ਦੀ ਕਲਿਆਣ ਵਾਸਤੇ ਉਹ ਪਾਇਓ ਪੈਦਾ ਕੀਤਾ ਹੈ। ਜਾਂ ਜਿਵੇਂ ਗਿਆਨਵਾਨ ਹੋਣ ਕਰਕੇ ਜਨਕ ਰਾਜਾ ਆਪਣੇ ਰਾਜ ਭਾਗ ਦੇ ਵਿੱਚ ਰਹਿੰਦਾ ਵੀ ਨਿਰਲੇਪ ਸੀ, ਇਵੇਂ ਮਹਾਰਾਜ ਸਾਹਿਬ ਜੀ ਉਹ ਆਪ ਸੰਸਾਰ ਗ੍ਰਸਤ ਵਿੱਚ ਰਹਿੰਦੇ ਹੋਏ ਵੀ ਨਿਰਲੇਪ ਵਾਹਿਗੁਰੂ ਨੇ ਆਪ ਜੀ ਨੂੰ ਗਿਆਨਵਾਨ ਹੀ ਪੈਦਾ ਕੀਤਾ ਹੈ। ਸ਼ਬਦ ਗੁਰੂ ਪ੍ਰਕਾਸ਼ਿਓ, ਸ਼ਬਦ ਗੁਰੂ ਪ੍ਰਕਾਸ਼ਿਓ, ਹੇ ਗੁਰੂ ਸਾਹਿਬ ਜਦੋਂ ਆਪ ਜੀ ਨੇ ਗੁਰੂ ਸਾਹਿਬ ਜੀ ਦਾ ਸ਼ਬਦ ਉਪਦੇਸ਼ ਪ੍ਰਗਾਸਿਓ ਪ੍ਰਕਾਸਿਆ ਭਾਵ ਆਪਣੇ ਜਾਂ ਸਿੱਖਾਂ ਦੇ ਹਿਰਦੇ 'ਚ ਵਸਾਇਆ, ਹਰ ਰਸਨ ਵਸਾਇਆ, ਹਰ ਰਸਨ ਵਸਾਏ ਆਓ, ਵਸਾਇਓ ਪਾਠ ਪਿੱਛੇ ਉਹ ਪਾਏ ਆਓ ਪਾਠ, ਇਹ ਧਿਆਨ ਰੱਖਣਾ ਵੀ ਤਦ ਤੋਂ ਹੀ ਆਪ ਜੀ ਨੇ ਹਰ ਵਾਹਿਗੁਰੂ ਨੂੰ ਰਸਨ ਜੇਵਾ 'ਤੇ ਵਸਾਇਓ ਵਸਾ ਲਿਆ ਸੀ ਸ਼ਬਦ। ਸ਼ਬਦ ਗੁਰ ਪ੍ਰਕਾਸ਼, ਗੁਰੂ ਸ਼ਬਦ ਗੁਰੂ ਪ੍ਰਕਾਸ਼ਿਓ, ਸ਼ਬਦ ਗੁਰੂ ਪ੍ਰਕਾਸ਼ਿਓ, ਹੇ ਗੁਰੂ ਸਾਹਿਬ ਆਪ ਜੀ ਨੇ ਦੁਨੀਆਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜੋ ਸ਼ਬਦ ਉਪਦੇਸ਼ ਹੈ ਉਸੇ ਦਾ ਹੀ ਪ੍ਰਕਾਸ਼ ਕੀਤਾ ਹੈ, ਗੁਰਾਂ ਦੇ ਉਪਦੇਸ਼ ਦੁਆਰਾ ਹੀ ਜੋ ਸ਼ਬਦ ਬ੍ਰਹਮ ਹੈ ਉਹਦਾ ਸਿੱਖਾਂ ਦੇ ਹਿਰਦਿਆਂ 'ਚ ਪ੍ਰਕਾਸ਼ ਕੀਤਾ, ਸੋਝੀ ਬਖਸ਼ੀ ਹੈ।
ਹਰ ਰਸਨ ਵਸਾਇਆ, ਹਰੀ ਦੇ ਨਾਮ ਨੂੰ ਸਿੱਖਾਂ ਦੀ ਰਸਨਾ ਦੇ ਵਸਾ ਦਿੱਤਾ, ਐਸੀ ਆਦਤ ਬਣਾਈ ਹੈ। ਗੁਰ ਨਾਨਕ ਅੰਗਦ ਅਮਰ ਲਾ, ਜਿਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਚਰਨੀ ਲੱਗ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਤੇ ਗੁਰੂ ਨਾਨਕ ਅੰਗਦ ਅਮਰ ਲਾਗ, ਗੁਰੂ ਨਾਨਕ ਸਾਹਿਬ ਜੀ ਦੀ ਚਰਨੀ ਲੱਗ ਕੇ ਗੁਰੂ ਅੰਗਦ ਸਾਹਿਬ ਜੀ ਪਰਮੇਸ਼ੁਰ ਵਿੱਚ ਸਮਾ ਗਏ, ਫਿਰ ਗੁਰੂ ਅੰਗਦ ਦੇਵ ਸਾਹਿਬ ਦੀ ਚਰਨੀ ਲੱਗ ਕੇ ਗੁਰੂ ਅਮਰਦਾਸ ਸਾਹਿਬ ਜੀ ਵਾਹਿਗੁਰੂ ਦਾ ਰੂਪ ਹੋ ਗਏ। ਉੱਤਮ ਪਦ ਪਾਇਆ, ਇਸ ਤਰ੍ਹਾਂ ਉੱਤਮ ਸ੍ਰੇਸ਼ਟ ਗੁਰਤਾ ਗੱਦੀ ਰੂਪੀ ਪਦਵੀ ਨੂੰ ਪਾਉਣਾ ਕੀਤਾ, ਜਾਂ ਉੱਤਮ ਪਾਦ ਪਾਇਓ, ਉੱਤਮ ਸ੍ਰੇਸ਼ਟ ਕੇਵਲ ਮੋਖ ਰੂਪੀ ਦਰਜਾ ਪਾਉਣਾ ਕੀਤਾ, ਜਿਵੇਂ ਗੁਰੂ ਨਾਨਕ ਦੇਵ ਜੀ ਨਾਲ ਲੱਗ ਕੇ ਸੇਵਾ 'ਚ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੇਵਾ ਵਿੱਚ ਲੱਗ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਉੱਤਮ ਪਦ ਪਾਇਆ, ਉੱਤਮ ਪਦਵੀ ਨੂੰ ਪਾਉਣਾ ਕੀਤਾ ਹੈ। ਗੁਰ ਅਰਜੁਨ ਘਰ ਗੁਰ ਰਾਮਦਾਸ, ਇੱਥੇ ਵੀ ਹੈ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰ ਅਰਜੁਨ, ਇੱਥੇ ਸਾਧ ਸੰਗਤ ਦੇ ਜਿਹੜੀ ਜਮਕੀ ਹੈ ਨਾ, ਇਹਦੇ ਵੱਲ ਬਿਲਕੁਲ ਧਿਆਨ ਦੇਣਾ, ਗੁਰ ਅਰਜੁਨ ਘਰ ਗੁਰ ਰਾਮਦਾਸ, ਕਿਉਂਕਿ ਗੁਰ ਅਰਜੁਨ ਘਰ ਗੁਰ ਰਾਮਦਾਸ ਇੱਦਾਂ ਜਿਹੜਾ ਇਹ ਅਨਰਥ ਹੋ ਜਾਂਦਾ ਹੈ। ਗੁਰ ਅਰਜੁਨ ਘਰ ਗੁਰ ਰਾਮਦਾਸ, ਤੇਵੇਂ ਹੀ ਹੇ ਸ੍ਰੀ ਗੁਰੂ ਅਰਜਨ ਦੇਵ ਜੀ, ਆਪ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਗ੍ਰਹਿ ਵਿਖੇ ਭਗਤ ਉੱਤਰ ਆਇਆ, ਦੁਨੀਆਂ ਦੇ ਵਿੱਚ ਸੰਤ ਭਗਤ ਪੈਦਾ ਕਰਨ ਵਾਸਤੇ ਉੱਤਰ ਅਵਤਾਰ ਧਾਰ ਕੇ ਆਇਓ, ਆਏ ਹੋ ਆਉਣਾ ਕੀਤਾ, ਆਏ ਆਓ ਇਹ ਉਚਾਰਨ ਹੈ, ਭਗਤ ਉੱਤਰ ਆਇਓ, ਆਪ ਜੀ ਨੇ ਭਗਤ ਰੂਪ ਵਿੱਚ ਹੀ ਪ੍ਰਗਟ ਹੋ ਕੇ ਆ ਗਏ, ਹੈ ਵੇਖੋ ਗੁਰੂ ਰੂਪ, ਅੱਗੇ ਜਾ ਕੇ ਰੱਬ ਰੂਪ, ਅੱਗੇ ਜਾ ਕੇ ਕਹਿਣਗੇ ਵੀ ਕਿ ਪ੍ਰਤਾਸ਼ ਹਰ ਹੈ ਗੁਰੂ ਅਰਜਨ ਦੇਵ ਸਾਹਿਬ, ਪਰ ਆਪ ਹੀ ਅੱਖਰ ਪੰਜਵੇਂ ਪਾਤਸ਼ਾਹ ਨੇ ਨਿਮਰਤਾ ਦੇ ਵਿੱਚ ਭਗਤ ਲਿਖਾ ਲਏ ਆਪਣੇ ਤਾਈਂ, ਮਹਾਰਾਜ ਤੁਸੀਂ ਭਗਤੀ ਆ ਗਏ ਹੋ, ਜਾਂ ਦੁਨੀਆਂ 'ਚ ਪ੍ਰੇਮਾ ਭਗਤੀ ਨੂੰ ਕਾਇਮ ਰੱਖਣ ਵਾਸਤੇ ਉੱਤਰ ਆਏ ਅਵਤਾਰ ਲੈ ਕੇ। ਵੱਡ ਭਾਗੀ ਉਨ ਮਾਨਿਆ, ਵੱਡ ਭਾਗੀ ਉਨ ਮਾਨਿਆ, ਗੁਰੂ ਸਾਹਿਬ ਜੀ ਜਿਨ੍ਹਾਂ ਵੱਡ ਭਾਗੀ ਵੱਡਿਆਂ ਭਾਗਾਂ ਵਾਲਿਆਂ ਨੇ ਆਪ ਜੀ ਨੂੰ ਪਾਰਬ੍ਰਹਮ ਪਰਮੇਸ਼ਰ ਦਾ ਰੂਪ ਕਰਕੇ ਹੀ ਉਨ ਮਾਨਿਆ, ਹੁੰਦਾ ਵੀ ਵਿਚਾਰਨਾ ਕਰਨਾ, ਨਿਸ਼ਚਾ ਕਰਨਾ, ਹਰ ਤਰ੍ਹਾਂ ਦੀ ਚਰਚਾ ਤੋਂ ਬਾਅਦ ਨਿਰਣੇ ਦੇ ਪਹੁੰਚ ਜਾਣਾ, ਜਿਹੜੇ ਵੱਡੇ ਭਾਗਾਂ ਵਾਲਿਆਂ ਨੇ ਆਪ ਜੀ ਨੂੰ ਰੱਬ ਦਾ ਰੂਪ ਕਰਕੇ ਉਹ ਨਮਾਨਿਓ ਮੰਨਣਾ ਕੀਤਾ, ਵਿਚਾਰਨਾ ਕੀਤਾ ਹੈ, ਰਿਧ ਸ਼ਬਦ ਵਸਾਇਆ, ਉਹਨਾਂ ਦੇ ਰਿਧ ਹਿਰਦੇ ਵਿੱਚ ਆਪ ਜੀ ਨੇ ਆਪਣਾ ਨਾਮ ਬਾਣੀ ਦਾ ਸ਼ਬਦ ਉਪਦੇਸ਼ ਵਸਾਇਓ ਵਸਾ ਦਿੱਤਾ ਏ। ਮਨ ਮਾਨਕ ਸੰਤੋਖਿਆ, ਜਾਂ ਵੱਡ ਭਾਗੀ, ਵੱਡ ਭਾਗੀ ਉਨ ਮਾਨਿਆ, ਉਨ ਮਾਨਿਓ ਅਵਸਥਾ ਦਾ ਨਾਮ ਹੀ ਹੈ ਵੀ ਜਦੋਂ ਪੂਰਨ ਖੜਾ ਦੇ ਮਸਤੀ ਆ ਜਾਂਦੀ ਹੈ, ਹੇ ਮਹਾਰਾਜ ਤੁਸੀਂ ਵੱਡੇ ਭਾਗਾਂ ਵਾਲੇ ਹੋ ਤੇ ਉਨ ਮਨੀ ਤੁਰਿਆ ਅਵਸਥਾ ਵਿੱਚ ਪੂਰਨ ਖੜਾ ਦੀ ਅਵਸਥਾ 'ਚ ਰਹਿੰਦੇ ਹੋ, ਰਿਧ ਸ਼ਬਦ ਵਸਾਇਆ, ਤੁਸੀਂ ਆਪਣੇ ਹਿਰਦੇ ਵਿੱਚ ਸਿੱਖਾਂ ਦੇ ਹਿਰਦੇ 'ਚ ਗੁਰੂ ਦਾ ਸ਼ਬਦ ਵਸਾ ਦਿੱਤਾ ਏ। ਮਨ ਮਾਨਕ ਸੰਤੋਖਿਆ, ਹੇ ਗੁਰੂ ਸਾਹਿਬ ਸਤਿਗੁਰੂ ਜੀਓ, ਮਨ ਮਾਨਕ ਸੰਤੋਖਿਓ, ਉਹਨਾਂ ਦਾ ਮਨ ਜਿਹੜਾ ਚਿੱਤ ਮਾਨਕ ਵਰਗਾ ਸ਼ੁੱਧ ਕਰਕੇ ਫਿਰ ਸੰਤੋਖਿਓ ਸੰਤੋਖ ਦੇ ਸਹਿਤ ਕਰ ਦਿੱਤਾ ਹੈ, ਉਹਨਾਂ ਦਾ ਮਨ ਮਾਨਕ ਵੱਧ ਸ਼ੁੱਧ ਦੇ ਸੰਤੋਖੀ ਹੋਇਆ ਹੈ, ਸੰਤੋਖ ਦੇ ਜੀਵਨ ਵਿੱਚ ਆਇਆ ਏ। ਗੁਰ ਨਾਮ ਦ੍ਰਿੜਾਇਆ, ਗੁਰ ਨਾਮ ਦ੍ਰਿੜਾਇਓ, ਹੇ ਸਤਿਗੁਰੂ ਜੀ ਜਿਨ੍ਹਾਂ ਨੂੰ ਆਪ ਜੀ ਨੇ ਵਾਹਿਗੁਰੂ ਦਾ ਨਾਮ ਦ੍ਰਿੜਾਇਓ, ਦ੍ਰਿੜ ਪਰਪੱਕ ਕਰਵਾਇਆ ਏ। ਅਗਮ ਅਗੋਚਰ, ਅਗਮ ਅਗੋਚਰ ਪਾਰ ਬ੍ਰਹਮ, ਜੋ ਅਗਮ ਗਮਤਾ ਤੋਂ ਰਹਿਤ, ਅਗੋਚਰ ਇੰਦਰੀਆਂ ਦਾ ਅਵਿਸ਼ਾ ਦੇ ਪਾਰ, ਪਾਪਾਂ ਪੁੰਨਾਂ ਤੋਂ ਪਰੇ, ਬ੍ਰਹਮ ਵਿਆਪਕ ਵਾਹਿਗੁਰੂ
ਸਤਿਗੁਰੂ ਹੈ, ਸਤਿਗੁਰ ਦਰਸਾਇਓ। ਇਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਸਤਿਗੁਰ ਦਰਸਾਇਓ, ਉਸ ਦਾ ਸਰੂਪ ਆਪ ਜੀ ਨੇ ਸਿੱਖਾਂ ਨੂੰ ਸਕਿਆ ਪ੍ਰਤੱਖ ਕਰਕੇ ਦਰਸਾਇਓ, ਦਰਸਾ ਦਿੱਤਾ, ਵਿਖਾ ਦਿੱਤਾ ਹੈ। ਜਾਂ ਹੇ ਗੁਰੂ ਅਰਜਨ ਦੇਵ ਜੀ, ਉਹ ਆਪ ਜੀ ਨੂੰ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਉਹ ਪਰਮੇਸ਼ਰ ਜਿਹੜਾ ਹੈ ਉਹ ਪ੍ਰਤੱਖ ਹੀ ਵਿਖਾ ਦਿੱਤਾ ਹੈ। ਗੁਰ ਅਰਜਨ ਘਰ ਗੁਰ ਰਾਮਦਾਸ, ਗੁਰ ਅਰਜੁਨ ਘਰ ਗੁਰ ਰਾਮਦਾਸ। ਹੇ ਗੁਰੂ ਅਰਜਨ ਦੇਵ ਸਾਹਿਬ ਜੀ, ਆਪ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਗ੍ਰਹਿ ਦੇ ਵਿੱਚ ਅਨਭਉ ਠਹਿਰਾਇਆ, ਅਨਭਉ ਠਹਿਰਾਇਓ। ਅਨਭਉ ਹੁੰਦਾ ਜਥਾ ਰਥ ਗਿਆਨ ਦੇ ਸਹਿਤ, ਜਿਵੇਂ ਹੱਥ ਦੇ ਰੱਖੇ ਔਲੇ ਦੀ ਨਹੀਂ ਆਈ। ਇੱਕ ਤਾਂ ਦੱਸਣਾ ਨਾ ਵੀ ਔਲਾ ਏਦਾਂ ਦਾ ਹੁੰਦਾ, ਏਡੇ ਆਕਾਰ ਦਾ, ਰੰਗ ਦਾ ਹੁੰਦਾ, ਇੱਕ ਤਲੀ ਦੇ ਹੋਣਾ ਦੇ ਕਹਿਣਾ ਵੀ ਆਹ ਵੇਖ ਲਾ ਔਲਾ ਹੈ। ਇਹਨੂੰ ਜਥਾ ਰਥ ਗਿਆਨ ਕਹਿੰਦੇ ਹਨ, ਅਪਰੋਹ ਗਿਆਨ ਕਹਿੰਦੇ ਨੇ। ਅਨਭਉ ਠਹਿਰਾਇਓ ਮਹਾਰਾਜ, ਅਨਭਉ ਜਥਾ ਰਥ ਗਿਆਨ ਦੇ ਸਹਿਤ। ਜਾਂ ਅਨਭਉ ਹੁੰਦਾ ਵੀ ਭਉ ਡਰ ਤੋਂ ਰਹਿਤ, ਠਹਿਰਾਇਓ ਟਿਕਾਉਣਾ ਕੀਤਾ ਹੈ। ਅਨਭਉ ਸਰੂਪ ਆਪ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਵਿੱਚ ਪ੍ਰਗਟ ਹੋਏ ਹੋ। ਜਨਕ ਰਾਜ ਵਰਤਾਇਆ, ਜਨਕ ਰਾਜ ਵਰਤਾਇਆ। ਹੇ ਗੁਰੂ ਅਰਜਨ ਦੇਵ ਸਾਹਿਬ ਜੀ, ਆਪ ਜੀ ਨੇ ਦੁਨੀਆਂ ਦਾ ਜੋ ਅਗਿਆਨਤਾ ਦਾ ਹਨੇਰਾ ਹੈ, ਉਸ ਅਗਿਆਨਤਾ ਦੇ ਹਨੇਰੇ ਦੇ ਸਮੇਂ 'ਚ ਜਨਕ ਕਹਿੰਦੇ ਨੇ ਗਿਆਨ ਨੂੰ, ਗਿਆਨ ਭਗਤੀ ਦਾ ਜਿਹੜਾ ਰਾਜ ਪ੍ਰਕਾਸ਼ ਹੈ ਉਹੀ ਵਰਤਾ ਦਿੱਤਾ, ਸਾਰੇ ਪਾਸੇ ਗਿਆਨ ਦਾ ਚਾਨਣ ਕਰ ਦਿੱਤਾ ਏ। ਸਤ ਯੁਗ ਆ ਲੀਣਾ, ਸਤ ਯੁਗ ਆ ਲੀਣਾ। ਆ ਲੀਣਾ ਇਕੱਠਾ ਕਰਦੇ ਕੋਈ ਪਾਠ ਏਦਾਂ ਨਹੀਂ ਕਰਨਾ, ਸਤ ਯੁਗ ਆ ਲੀਣਾ। ਹੁਣ ਇਸ ਕਲਯੁਗ ਦੇ ਵਿੱਚ ਹੀ ਨਾ ਜਿਹੜਾ ਮਹਾਰਾਜ ਤੁਸੀਂ ਗਿਆਨ ਦਾ ਚਾਨਣ ਕੀਤਾ, ਇਹਦੇ ਕਰਕੇ ਸਤਯੁਗ ਆ ਕਰਕੇ ਲੀਣਾ ਲੀਨ ਹੋ ਗਿਆ, ਭਾਵ ਸਤਯੁਗ ਨੂੰ ਕਲਯੁਗ ਵਿੱਚ ਹੀ ਲਿਆ ਕੇ ਮੇਲ ਦਿੱਤਾ ਹੈ। ਜੋ ਇਹ ਹਰਿਮੰਦਰ ਸਾਹਿਬ, ਅੰਮ੍ਰਿਤ ਸਰੋਵਰ, ਤੀਰਥ ਦੀ ਰਚਨਾ ਅਤੇ ਫਿਰ ਲੰਗਰ, ਜੀਵਾਂ ਦੇ ਲਈ ਨਾਮ ਬਾਣੀ ਦਾ ਉਪਦੇਸ਼, ਇਹ ਮਹਾਰਾਜ ਕਲਯੁਗ ਵਿੱਚ ਸਤਯੁਗ ਹੀ ਵਰਤਾ ਦਿੱਤਾ ਹੈ, ਜੋ ਭਜਨ ਬੰਦਗੀ ਦਾ ਵਿਸਥਾਰ ਕੀਤਾ ਏ। ਗੁਰ ਸਬਦੇ ਮਨ ਮਾਨਿਆ, ਗੁਰ ਸਬਦੇ ਮਨ ਮਾਨਿਆ। ਇਹ ਸਤਿਗੁਰੂ ਜਿਨ੍ਹਾਂ ਦਾ ਮਨ ਚਿੱਤ ਆਪ ਜੀ ਦੇ ਸ਼ਬਦ ਉਪਦੇਸ਼ ਉੱਤੇ ਮੰਨ ਗਿਆ, ਪਤੀਜ ਗਿਆ ਹੈ। ਅਪਤੀਜ ਪਤੀਣਾ, ਉਹਨਾਂ ਦਾ ਅਪਤੀਜ ਜਿਹੜਾ ਨਾ ਪਤੀਜਣ ਵਾਲਾ, ਜਿਹੜਾ ਕਿਸੇ ਦੇ ਭਰੋਸਾ ਹੀ ਨਹੀਂ ਸੀ ਕਰਦਾ, ਜਿਹੜਾ ਕਹਿੰਦਾ ਸੀ ਮੈਂ ਨਾ ਮਾਨੂੰ ਜੋ ਮਰਜ਼ੀ ਹੋਵੇ, ਉਹ ਮਨ ਪਰਮੇਸ਼ਰ ਉੱਤੇ ਪਤੀਣਾ ਪਤੀਜ ਗਿਆ। ਭਾਵ ਸਭ ਵਿੱਚ ਰੱਬ ਦੀ ਜੋਤ ਵੇਖਦਾ ਹੈ। ਗੁਰ ਸ਼ਬਦੇ, ਗੁਰ ਸ਼ਬਦੇ ਮਨ ਮਾਨਿਆ। ਇਹ ਗੁਰੂ ਅਰਜਨ ਦੇਵ ਸਾਹਿਬ ਚੌਥੇ ਪਾਤਸ਼ਾਹ ਦਾ ਜੋ ਸ਼ਬਦ ਹੈ ਨਾ, ਜੋ ਬਾਣੀ, ਉਹਦੇ ਉੱਤੇ ਤੁਹਾਡਾ ਵੀ ਮਨ ਮੰਨ ਗਿਆ ਹੈ, ਭਾਵ ਪੂਰਨ ਭਰੋਸਾ ਰੱਖਦੇ ਹੋ ਬਾਣੀ ਉੱਪਰ। ਅਪਤੀਜ ਪਤੀਣਾ, ਅਤੇ ਅਪਤੀਜ ਜਿਹੜਾ ਨਾ ਪਤੀਜਣ ਵਾਲਾ, ਜਿਹੜਾ ਰੀਝਦਾ ਹੀ ਨਹੀਂ ਹੈ, ਜਿਹੜਾ ਆਰੇ ਹੀ ਨਹੀਂ ਲੱਗਦਾ ਮਨ, ਇਹ ਮਹਾਰਾਜ ਪਤੀਣਾ ਪਰਮੇਸ਼ਰ ਦੇ ਪਤੀਜ ਗਿਆ ਹੈ। ਸਿੱਖਾਂ ਦਾ ਵੀ ਤੁਹਾਡੇ ਦੁਆਰਾ ਪਤੀਜ ਗਿਆ ਏ। ਗੁਰੂ ਨਾਨਕ ਸੱਚ ਨੀਵ ਸਾਜ, ਇਹ ਗੁਰੂ ਨਾਨਕ ਦੇਵ ਸਾਹਿਬ ਜੀ, ਗੁਰੂ ਨਾਨਕ ਸੱਚ ਨੀਵ ਸਾਜ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਸੱਚੀ ਭਗਤੀ ਰੂਪੀ ਜਿਹੜੀ ਨੀਵ ਨੀਂਹ ਹੈ ਨਾ, ਇਹਨੂੰ ਸਾਜ ਕੇ, ਸਿਰਜ ਕੇ, ਜਾਂ ਸੱਚ ਰੂਪੀ ਕੋਟ ਉਸਾਰਨ ਦੇ ਲਈ, ਕਿਲਾ ਉਸਾਰਨ ਦੇ ਲਈ ਸੱਚ ਦਾ ਭਗਤੀ ਰੂਪੀ ਨੀਂਹ ਸਿਰਜ ਕੇ ਰੱਖ ਕੇ, ਸਤਿਗੁਰ ਸੰਗ ਲੀਣਾ, ਸਤਿਗੁਰੂ ਅੰਗਦ ਦੇਵ ਸਾਹਿਬ ਜੀ ਦੇ ਸੰਗ ਨਾਲ ਲੀਣਾ ਲੀਨ ਹੋ ਗਏ, ਭਾਵ ਇੱਕੋ ਹੀ ਰੂਪ ਹੋ ਗਏ। ਜਿਵੇਂ ਗੁਰੂ ਨਾਨਕ ਦੇਵ ਸਾਹਿਬ ਗੁਰੂ ਅੰਗਦ ਦੇਵ ਸਾਹਿਬ 'ਚ ਲੀਨ ਹੋ ਗਏ, ਗੁਰੂ ਅੰਗਦ ਦੇਵ ਨਾਲ ਮਿਲ ਕੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਲੀਨ ਹੋ ਗਏ, ਤੀਸਰੇ ਸਤਿਗੁਰਾਂ ਅੰਦਰ
ਤੀਸਰੇ ਪਾਤਸ਼ਾਹ ਨਾਲ ਗੁਰੂ ਰਾਮਦਾਸ ਸਾਹਿਬ ਜੀ ਲੀਨ ਹੋ ਗਏ। ਗੁਰੂ ਰਾਮਦਾਸ ਜੀ ਦੇ ਨਾਲ ਮਿਲ ਕੇ ਐਵੇਂ ਗੁਰੂ ਅਰਜਨ ਦੇਵ ਸਾਹਿਬ ਲੀਨ ਹੋ ਗਏ। ਗੁਰ ਅਰਜਨ ਗੁਰੂ ਨਾਨਕ ਸੱਚ ਨੀਵ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਭਗਤੀ ਰੂਪੀ ਸੱਚੀ ਨੀਂਹ ਸਿਰਜ ਕੇ ਸਤ ਗੁਰ ਸੰਗ ਲੀਨਾ। ਸਤ ਕੀ ਆ? ਤ੍ਰੈ ਕਾਲ ਆਬਾਦ, ਤਿੰਨਾਂ ਸਮਿਆਂ ਜਿਹੜਾ ਨਾਸ਼ ਨਹੀਂ ਹੁੰਦਾ। ਗੁਰ ਕਹੀਏ ਚੇਤਨ ਭਾਵ ਪਰਮੇਸ਼ਰ ਜੋ ਹੈ ਉਹ ਬ੍ਰਹਮ ਦੇ ਵਿੱਚ ਹੀ ਲੀਣਾ ਲੀਨ ਹੋ ਗਏ ਸਨ। ਇਸੇ ਤਰ੍ਹਾਂ ਦੂਜੇ ਤੀਜੇ ਚੌਥੇ ਪਾਤਸ਼ਾਹ ਰੱਬ ਵਿੱਚ ਲੀਨ ਹੋਏ ਨੇ। ਗੁਰ ਅਰਜਨ ਘਰ ਗੁਰ ਰਾਮਦਾਸ ਇਹ ਗੁਰੂ ਅਰਜਨ ਦੇਵ ਜੀ ਤੇਵੇਂ ਹੀ ਨਾ ਆਪ ਗੁਰੂ ਰਾਮਦਾਸ ਸਾਹਿਬ ਜੀ ਦੇ ਗ੍ਰਹਿ ਵਿਖੇ ਅਪਰੰਪਰ ਬੀਣਾ ਅਪਰੰਪਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਜੋ ਪਰੇ ਬੀਣਾ ਨਾਮ ਹੈ ਸੁੰਦਰ ਸਰੂਪ ਪਰਮੇਸ਼ਰ ਦਾ ਹੀ ਰੂਪ ਪ੍ਰਗਟ ਹੋਏ ਹੋ ਜਾਂ ਅਪਰੰਪਰ ਬੀਣਾ ਆਪ ਜੀ ਪ੍ਰਕਿਰਤੀ ਤੋਂ ਪਰੇ ਸੁੰਦਰ ਸਰੂਪ ਵਾਲੇ ਪਰਮੇਸ਼ਰ ਦਾ ਹੀ ਰੂਪ ਬੀਣਾ ਬਣ ਰਹੇ ਹੋ। ਬੀਣਾ ਨਾਮ ਬਣ ਰਹੇ ਹੋ, ਬੀਣਾ ਨਾਮ ਸੁੰਦਰ ਦਾ ਹੈ ਜਾਂ ਬੀਣਾ ਨਾਮ ਜਿਵੇਂ ਦੂਰ ਬੀਨ ਕਹਿੰਦੇ ਹਾਂ ਵੇਖਣਾ ਅਪਰੰਪਰ ਬੀਣਾ ਅਪਰੰਪਰ ਬੇਅੰਤ ਵਿਆਪਕ ਪਰਮੇਸ਼ਰ ਜੋ ਹੈ ਉਹਨੂੰ ਬੀਣਾ ਵੇਖਣ ਵਾਲੇ ਹੋ ਸਾਰਿਆਂ ਅੰਦਰ। ਖੇਲ ਗੂੜੋ ਕੀਓ ਹਰ ਰਾਏ ਸੰਤੋਖ ਸਮਾਚਰਿਓ ਖੇਲ ਗੂੜੋ ਕੀਓ ਹਰ ਰਾਏ ਹੇ ਰਾਏ ਰਾਜਾ ਰੂਪ ਹਰੀ ਪਰਮੇਸ਼ਰ ਦਾ ਸਰੂਪ ਗੁਰੂ ਅਰਜਨ ਦੇਵ ਜੀ ਆਪ ਜੀ ਨੇ ਖੇਲ ਗੂੜੋ ਕੀਓ ਬੜਾ ਹੀ ਗੂੜੋ ਗੁਪਤ ਬੜਾ ਹੀ ਅਚਰਜ ਗੁੱਝਾ ਖੇਲ ਜਿਹੜਾ ਖੇਡ ਹੈ ਇਹਨੂੰ ਕੀ ਉਹ ਕੀਤਾ ਹੈ ਭਾਵ ਇਹ ਹੈ ਖੇਡ ਗੂੜਾ ਇਹ ਹੈ ਵੀ ਅੰਦਰੋਂ ਤਾਂ ਬ੍ਰਹਮ ਦੇ ਨਾਲ ਇੱਕੋ ਪਰ ਬਾਹਰੋਂ ਆਮ ਸੰਸਾਰੀਆਂ ਵਾਂਗ ਹੀ ਕੱਪੜੇ ਪਹਿਨ ਕੇ ਗ੍ਰਿਸ਼ਤੀਆਂ ਵਾਲੀ ਕਿਰਿਆ ਕਰਦੇ ਹੋ ਅਤੇ ਸੰਤੋਖ ਸਮਾਚਰਿਓ ਅਤੇ ਸੰਤੋਖ ਨੂੰ ਮਹਾਰਾਜ ਸਮਾਚਰਿਓ ਸਮ ਭਲੀ ਪ੍ਰਕਾਰ ਅਚਰਿਓ ਗ੍ਰਹਿਣ ਕੀਤਾ ਭਾਵ ਕੇ ਸੰਤੋਖ ਦੇ ਵਿੱਚ ਵਿਚਰ ਰਹੇ ਹੋ। ਬਿਮਲ ਬੁੱਧ ਸਤਿਗੁਰ ਸਮਾਣਿਓ ਅਦੇ ਆਪ ਜੀ ਦੀ ਬਿਮਲ ਮੈਲ ਤੋਂ ਰਹਿਤ ਉੱਜਲ ਜਿਹੜੀ ਬੁੱਧ ਬੁੱਧੀ ਹੈ ਸਤਿਗੁਰ ਸਮਾਣੋ ਸਤਿਗੁਰੂ ਨਾਨਕ ਦੇਵ ਵਿੱਚ ਸਮਾਈ ਹੋਈ ਹੈ ਬਿਮਲ। ਬਿਮਲ ਬੁੱਧ ਸਤਿਗੁਰ ਸਮਾਣੋ ਜੋ ਬਿਮਲ ਉੱਜਲ ਬੁੱਧੀ ਵਾਲੇ ਸਤਿਗੁਰੂ ਰਾਮਦਾਸ ਜੀ ਹਨ ਉਹਨਾਂ ਦੇ ਸਰੂਪ ਵਿੱਚ ਆਪ ਜੀ ਸਮਾਣੋ ਸਮਾਏ ਹੋਏ ਰਹਿੰਦੇ ਹੋ ਭਾਵ ਹਰ ਸਮੇਂ ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਧਿਆਨ ਰੱਖਦੇ ਹੋ। ਆਜੋਨੀ ਸੰਭਵਿਓ ਆਜੋਨੀ ਸੰਭਵਿਓ ਇਵੇਂ ਸੰਭਵਿਓ ਪਾਠ ਨਹੀਂ ਕਰਨਾ ਸੰਭਵਿਓ ਆਜੋਨੀ ਸੰਭਵਿਓ ਜੋ ਆਜੋਨੀ ਜੂਨਾ ਤੋਂ ਰਹਿਤ ਪਰਮੇਸ਼ਰ ਹੈ ਅਤੇ ਸੰਭਵਿਓ ਜੋ ਸੁਧੇ ਪ੍ਰਕਾਸ਼ ਹਰੀ ਹੈ ਉਹਦਾ ਹੀ ਰੂਪ ਹੋ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਜਾਂ ਆਜੋਨੀ ਸੰਭਵਿਓ ਆਪ ਜੀ ਆਜੋਨੀ ਅਜਨਮਾ ਸਰੂਪ ਹੋ ਭਾਵ ਜੂਨਾ ਤੋਂ ਰਹਿਤ ਹੋ ਸੰਭਵਿਓ ਸੁਧੇ ਪ੍ਰਕਾਸ਼ ਸਰੂਪ ਹੋ ਜਸ ਕਲ ਕਵੀ ਅਣ ਬਖਾਣਿਓ ਸੋ ਜਸ ਕਲ ਕਵੀ ਅਣ ਬਖਾਣਿਓ ਕਲ ਭੱਟ ਜੀ ਕਥਨ ਕਰਦੇ ਨੇ ਇਸੇ ਕਰਕੇ ਮਹਾਰਾਜ ਅਸੀਂ ਸਾਰੇ ਜਿਹੜੇ ਭੱਟ ਕਵੀਆਂ ਕਵੀਆਂ ਨੇ ਮਿਲ ਕੇ ਨਾ ਆਪ ਜੀ ਦੇ ਸੋ ਜਸ ਸ੍ਰੇਸ਼ਟ ਜਸ ਨੂੰ ਬਖਾਣਿਓ ਉਚਾਰਨ ਕਥਨ ਕੀਤਾ ਹੈ ਗੁਰ ਨਾਨਕ ਅੰਗਦ ਵਰਿਓ ਵਰਿਓ ਪਾਠ ਪੋਲਾ ਹੀ ਆਵੇਗਾ ਗੁਰੂ ਨਾਨਕ ਅੰਗਦ ਵਰਿਓ ਰਾਰੇ ਨੂੰ ਸਿਹਾਰੀ ਐੜਾ ਦੇ ਉੜੇ ਔਂਕੜ ਏਦਾਂ ਉਚਾਰਨ ਹੋ ਜਾਏਗਾ ਗੁਰੂ ਨਾਨਕ ਅੰਗਦ ਵਰਿਓ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਜਿਵੇਂ ਸ੍ਰੀ ਗੁਰੂ ਅੰਗਦ ਦੇਵ ਜੀ ਵਰਿਓ ਕੀ ਹੁੰਦਾ ਵਰੋ ਸਾਏ ਗਏ ਵਰੋ ਸਾਏ ਜਾਣਾ ਵੀ ਆਪਣੀਆਂ ਸਾਰੀਆਂ ਬਖਸ਼ਿਸ਼ਾਂ ਜਿਹੜੀਆਂ ਬਖਸ਼ ਦੇਣੀਆਂ ਅੱਗੇ ਵਧਣ ਜੋਗਾ ਕਰ ਦੇਣਾ
ਇਹ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਗੁਰੂ ਅੰਗਦ ਦੇਵ ਜੀ ਵਰਿਓ ਵਰੋ ਸਾਏ ਹੋਏ ਹਨ, ਜਾਂ ਗੁਰੂ ਨਾਨਕ ਅੰਗਦ ਵਰਿਓ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਵਰਿਓ ਨਾਮ ਵਡਿਆਇਆ ਹੈ, ਵਰਿਓ ਨਾਮ ਵਰ ਦਿੱਤਾ, ਬਖਸ਼ਿਸ਼ ਕੀਤੀ ਹੈ, ਵਰਿਓ ਨਾਮ ਸ੍ਰੇਸ਼ਟ ਕੀਤਾ ਹੈ। ਗੁਰ ਅੰਗਦ ਅਮਰ ਨਿਧਾਨ, ਅਤੇ ਗੁਰ ਅੰਗਦ ਅਮਰ ਨਿਧਾਨ, ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਨਾਮ ਗਿਆਨ ਦਾ ਸ਼ੁਭ ਗੁਣਾਂ ਦਾ ਨਿਧਾਨ ਖਜ਼ਾਨਾ ਬਖਸ਼ ਕੇ ਉਹਨਾਂ ਨੂੰ ਵਰਿਓ ਸ੍ਰੇਸ਼ਟ ਕਰ ਦਿੱਤਾ। ਗੁਰੂ ਰਾਮਦਾਸ ਅਰਜੁਨ ਵਰਿਓ, ਗੁਰੂ ਰਾਮਦਾਸ, ਗੁਰੂ ਅਮਰਦਾਸ ਜੀ ਤੋਂ ਬਾਅਦ ਫਿਰ ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਜਿਵੇਂ ਤੀਸਰੇ ਸਤਿਗੁਰਾਂ ਤੋਂ ਵਰੋ ਸਾਏ ਹੋਏ ਹਨ, ਅਤੇ ਤੀਸਰੇ ਗੁਰਾਂ ਨੇ ਚੌਥੇ ਗੁਰਾਂ ਨੂੰ ਜਿਵੇਂ ਵਡਿਆਇਆ ਹੈ, ਇਸੇ ਤਰ੍ਹਾਂ ਗੁਰੂ ਰਾਮਦਾਸ ਅਰਜੁਨ ਵਰਿਓ, ਸ੍ਰੀ ਗੁਰੂ ਰਾਮਦਾਸ ਜੀ ਤੋਂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਵਰਿਓ ਵਰੋ ਸਾਏ ਹੋਏ ਨੇ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰੂ ਰਾਮਦਾਸ ਜੀ ਨੇ ਵਰਿਓ ਵਡਿਆਇਆ ਹੈ, ਵਰਿਓ ਨਾਮ ਵਰ ਦਿੱਤਾ ਹੈ ਗੁਰਤਾ ਗੱਦੀ ਦਾ, ਵਰਿਓ ਨਾਮ ਸ੍ਰੇਸ਼ਟ ਕਰ ਦਿੱਤਾ ਹੈ। ਇਵੇਂ ਚਾਰ ਅਰਥ ਜਾਣਨੇ, ਵਰਿਓ ਵਰੋ ਸਾਏ, ਵਰਿਓ ਵਡਿਆਈ ਬਖਸ਼ੀ, ਵਰਿਓ ਵਰ ਦਿੱਤਾ, ਵਰਿਓ ਸ੍ਰੇਸ਼ਟ ਕੀਤਾ ਹੈ। ਪਾਰਸ ਪਰਸ ਪ੍ਰਮਾਣ, ਗੁਰੂ ਰਾਮਦਾਸ ਪੜ੍ਹਦੇ, ਗੁਰੂ ਰਾਮਦਾਸ ਅਰਜਨ ਵਰਿਓ, ਕਹਿੰਦੇ ਵੀ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸ੍ਰੇਸ਼ਟ ਬਣਾ ਦਿੱਤਾ, ਵੜਿਆ ਦਿੱਤਾ। ਪਾਰਸ ਪਰਸ ਪ੍ਰਮਾਣ, ਪਾਰਸ ਪਰਸ ਪ੍ਰਮਾਣ, ਸਾਧ ਸੰਗਤ ਸਾਰੇ ਗੁਰਾਂ ਦਾ ਜਿਹੜਾ ਪਰਸ ਪਰਸਨਾ ਹੈ ਨਾ, ਇਹ ਪਾਰਸ ਦੇ ਪ੍ਰਮਾਣ ਸਮਾਨ ਤੁਲ ਹੈ, ਭਾਵ ਕਿ ਤਿਵੇਂ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਤੁਲ ਬਾਰੇ ਉਹ ਸ੍ਰੇਸ਼ਟ ਕਰ ਦਿੱਤਾ, ਜਿਵੇਂ ਪਾਰਸ ਦਾ ਸਪਰਸ਼ ਪ੍ਰਮਾਣ ਪ੍ਰਸਿੱਧ ਹੈ, ਇਸੇ ਤਰ੍ਹਾਂ ਮਹਾਰਾਜ ਨੇ ਆਪਣੇ ਤੁਲ ਬਣਾ ਲਿਆ ਪੰਜਵੇਂ ਪਾਤਸ਼ਾਹ ਨੂੰ ਚੌਥੇ ਗੁਰਾਂ ਨੇ। ਸਾਧ ਜੀਵਨ ਅਰਜਨ ਅਮੋਲ, ਸਾਧ ਜੀਵਨ, ਹੇ ਗੁਰੂ ਅਰਜਨ ਦੇਵ ਜੀ ਆਪ ਸਦੀਵ ਜੀਵਨ ਰੂਪ ਹੋ, ਭਾਵ ਸਦਾ ਹੀ ਮਹਾਰਾਜ ਆਪ ਜੀ ਰਹਿਣ ਵਾਲੇ ਹੋ, ਅਤੇ ਅਰਜੁਨ ਅਮੋਲ, ਜੋ ਅਭੇਦਤਾ ਹੋਈ ਹੈ ਰੱਬ ਦੇ ਵਿੱਚ, ਇਹ ਅਮੋਲਕ ਸਰੂਪ ਹੋ ਆਪ ਜੀ। ਆਜੋਨੀ ਸੰਭਉ, ਆਜੋਨੀ ਸੰਭਉ, ਤੇ ਆਜੋਨੀ ਅਜਨਮਾ ਰੂਪ, ਸੰਭਉ ਸੁਤੇ ਪ੍ਰਕਾਸ਼ ਰੂਪ, ਭਾਵ ਰੱਬ ਦਾ ਰੂਪ ਹੋ। ਭੈ ਭੰਜਨ ਜਾਂ ਸਦ ਜੀਵਨ, ਸਦ ਜੀਵਨ ਅਰਜੁਨ ਅਮੋਲ, ਗੁਰੂ ਅਰਜਨ ਦੇਵ ਜੀ ਆਪ ਸਦਾ ਹੀ ਅਮੋਲ ਅਮੋਲਕ ਜੀਵਨ ਦੇ ਦੇਣ ਵਾਲੇ ਹੋ, ਸਾਰਿਆਂ ਨੂੰ ਅਮੋਲਕ ਦਾਤਾਂ ਬਖਸ਼ ਦਿਓ ਆਤਮਕ ਜੀਵਨ ਦੀਆਂ। ਆਜੋਨੀ ਸੰਭਉ, ਆਜੋਨੀ ਅਜਨਮਾ ਰੂਪ ਹੋ, ਸੰਭਉ ਸੁਤੇ ਸੁਧ ਰੂਪ ਰੱਬ ਦਾ ਹੋ ਆਪ। ਭੈ ਭੰਜਨ ਪਰ ਦੁੱਖ ਨਿਵਾਰ, ਭੈ ਭੱਬੇ ਦੇ ਦਲਾਵਾਂ ਦਾ ਉਚਾਰਨ ਹੋਏਗਾ, ਭੈ ਭੰਜਨ ਪਰ ਦੁੱਖ ਨਿਵਾਰ, ਸਤਿਗੁਰੂ ਜੀ ਆਪ ਕਾਲ ਦੇ ਭੈ ਨੂੰ ਭੰਨਣ ਵਾਲੇ ਹੋ, ਅਤੇ ਪਰ ਵਿਸ਼ੇਸ਼ ਕਰਕੇ ਦੁੱਖ ਨਿਵਾਰ, ਜੰਮਣ ਮਰਨ ਦੇ ਦੁੱਖਾਂ ਨੂੰ ਮੇਟਣ ਵਾਲੇ ਹੋ, ਜਾਂ ਪਰ ਨਾਮ ਹੁੰਦਾ ਪਰਾਏ ਦਾ, ਭੈ ਭੰਜਨ ਆਪ ਜੀ ਮਹਾਰਾਜ ਹਰ ਤਰ੍ਹਾਂ ਦੇ ਡਰ ਨੂੰ ਨਾਸ਼ ਕਰਨ ਵਾਲੇ ਹੋ, ਅਤੇ ਪਰ ਪਰਾਏ ਜਿਹੜੇ ਸ਼ਰਨ ਆਏ ਜਿਨ੍ਹਾਂ ਨੂੰ ਜਾਣਦੇ ਵੀ ਨਹੀਂ, ਉਹਨਾਂ ਦੇ ਵੀ ਦੁੱਖਾਂ ਨੂੰ ਨਿਵਾਰ ਨਿਵਿਰਤ ਕਰਨ ਵਾਲੇ ਹੋ। ਅਪਾਰ ਅਨੰਭਉ, ਅਪਾਰ ਅਨੰਭਉ, ਤੇ ਆਪ ਜੀ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੋ, ਅਨੰਭਉ ਭੈ ਤੋਂ ਰਹਿਤ, ਭਾਵ ਨਿਰਭਉ ਸਰੂਪ ਹੋ। ਅਗਹ ਗਹਿਣ ਭ੍ਰਮ ਭ੍ਰਾਂਤ ਦਹਣ, ਅਗਹਿ ਅਗਹਿ ਇਦਾਂ
ਅਗਹਿ ਗਹਿਣ ਭ੍ਰਮ ਭ੍ਰਾਂਤ ਦਹਿਣ ਅਗਹਿ ਗਹਿਣ ਭ੍ਰਮ ਭ੍ਰਾਂਤ ਦਹਿਣ ਅਗਹਿ ਪਕੜਨ ਤੋਂ ਰਹਿ ਜੋ ਸੱਚ ਸਰੂਪ ਹੈ ਵਾਹਿਗੁਰੂ ਦਾ ਉਹਨੂੰ ਗਹਿਣ ਗ੍ਰਹਿਣ ਕਰਨ ਵਾਲੇ ਹੋ ਭਾਵ ਕੇ ਪਕੜਨ ਵਾਲੇ ਹੋ ਭ੍ਰਮ ਭ੍ਰਾਂਤ ਦਹਿਣ ਭ੍ਰਮ ਭਰਮ ਅਤੇ ਭ੍ਰਾਂਤ ਭ੍ਰਾਂਤੀ ਸੰਸੇ ਆਦਿਕ ਇਹਨਾਂ ਦਾ ਮਹਾਰਾਜ ਦਹਿਣ ਦਗਦ ਨਾਸ਼ ਕਰਨ ਵਾਲੇ ਹੋ ਜਾਂ ਅਗਹਿ ਗਹਿਣ ਭ੍ਰਮ ਭ੍ਰਾਂਤ ਦਹਿਣ ਜੋ ਸਰੂਪ ਅਗਹਿ ਪਕੜਨ ਤੋਂ ਰਹਿਤ ਹੈ ਅਪਹੁੰਚ ਹੈ ਉਹਨੂੰ ਮਹਾਰਾਜ ਸਿੱਖਾਂ ਦੇ ਹਿਰਦੇ 'ਚ ਭਾਵ ਭਗਤੀ ਦਾ ਉਪਦੇਸ਼ ਗ੍ਰਹਿਣ ਕਰਾ ਕੇ ਗਹਿਣ ਪਕੜਾ ਦਿੰਦੇ ਹੋ ਭਾਵ ਪ੍ਰੇਮ ਦੇ ਵਸ ਹੈ ਪਰਮੇਸ਼ਰ ਤੇ ਭਰਮ ਦੀ ਭ੍ਰਾਂਤੀ ਨੂੰ ਨਾਸ਼ ਕਰਨ ਵਾਲੇ ਹੋ ਸ਼ੀਤਲ ਸੁਖ ਦਾਤਾ ਆਪ ਸ਼ੀਤਲ ਸ਼ਾਂਤ ਸਰੂਪ ਤੱਤੇ ਲੋਹ ਦੇ ਚੌਂਕੜਾ ਮਾਰਿਆ ਨਾ ਭਾਵੇਂ ਭੱਟਾਂ ਦੇ ਬਾਅਦ 'ਚ ਹੋਈ ਉਹ ਖੇਡ ਪਰ ਉਹ ਹੋਇਆ ਨਾ ਤੱਤੇ ਲੋਹ ਦੇ ਵੀ ਠੰਡੇ ਰਹੇ ਸ਼ੀਤਲ ਮਹਾਰਾਜ ਸ਼ਾਂਤ ਸਰੂਪ ਸੁਖ ਦਾਤ ਸਾਰੇ ਹੀ ਸੁਖਾਂ ਦੇ ਦੇਣ ਨੂੰ ਦਾਤੇ ਹੋ ਆਸੰਭਉ ਉਦਵਯੋ ਆਸੰਭਉ ਉਦਵਯੋ ਆਸੰਭਉ ਅਚਰਜ ਰੂਪ ਮਹਾਰਾਜ ਉਦਵਯੋ ਪ੍ਰਗਟ ਹੋਏ ਹੋ ਆਪ ਜਾਂ ਆਸੰਭਉ ਜਿਹੜਾ ਜੰਮਣ ਮਰਨ ਤੋਂ ਰਹਿਤ ਸੁਦੇ ਪ੍ਰਕਾਸ਼ ਰੂਪ ਹੈ ਉਦਵਯੋ ਉਹੀ ਰੂਪ ਵਿੱਚ ਤੁਸੀਂ ਪ੍ਰਗਟ ਹੋਏ ਹੋ ਪੁਰਖ ਪੂਰਨ ਬੇਦਾਤਾ ਬੇਦਾਤਾ ਪੁਰਖ ਪੂਰਨ ਬੇਦਾਤਾ ਸਾਰਿਆਂ ਥਾਵਾਂ 'ਚ ਪੂਰਨ ਪਰਿਪੂਰਨ ਹੋ ਪੁਰਖ ਮਹਾਰਾਜ ਪੁਰਸ਼ਾਰਥ ਦੇ ਦੇਣ ਵਾਲੇ ਹੋ ਤੇ ਬੇਧਾਤੋ ਕਰਮਾਂ ਅਨੁਸਾਰ ਫਲ ਪ੍ਰਦਾਤੇ ਉਸ ਰੱਬ ਦਾ ਰੂਪ ਹੋ ਆਪ ਨਾਨਕ ਆਦ ਅੰਗਦ ਅਮਰ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਸਾਹਿਬ ਜੀ ਆਦਿ ਸਰੂਪ ਜੋ ਹਨ ਸਤਿਗੁਰ ਸ਼ਬਦ ਸਮਾਇਓ ਇਹਨਾਂ ਸਾਰੇ ਸਤਿਗੁਰਾਂ ਦੇ ਉਪਦੇਸ਼ ਵਿੱਚ ਗੁਰੂ ਰਾਮਦਾਸ ਜੀ ਸਮਾਇਓ ਸਮਾਏ ਲੀਨ ਹੋਏ ਹਨ ਧੰਨ ਧੰਨ ਗੁਰੂ ਰਾਮਦਾਸ ਗੁਰ ਇਹ ਗੁਰੂ ਚੇਤਨ ਦਾ ਸਰੂਪ ਗੁਰੂ ਰਾਮਦਾਸ ਸਾਹਿਬ ਜੀ ਧੰਨ ਹਨ ਧੰਨਤਾ ਦੇ ਯੋਗ ਹਨ ਜਿਨ ਪਾਰਸ ਪਰਸ ਮਿਲਾਇਆ ਮਿਲਾਇਓ ਜਿਨ ਪਾਰਸ ਪਰਸ ਮਿਲਾਇਆ ਜਿਨ ਪਾਰਸ ਪਰਸ ਮਿਲਾਇਓ ਜਿਨ ਜਿਸ ਪਾਰਸ ਰੂਪ ਗੁਰੂ ਰਾਮਦਾਸ ਜੀ ਨੇ ਆਪ ਗੁਰੂ ਅਰਜਨ ਦੇਵ ਸਾਹਿਬ ਜੀ ਉਹ ਆਪ ਜੀ ਨੂੰ ਆਪਣੇ ਨਾਲ ਪਰਸ ਪਰਸ ਕੇ ਮੇਲ ਕੇ ਬ੍ਰਹਮ ਦੇ ਨਾਲ ਮਿਲਾਇਓ ਮਿਲਾਉਣਾ ਕੀਤਾ ਹੈ ਭਾਵ ਜਿਵੇਂ ਗੁਰੂ ਨਾਨਕ ਦੇਵ ਗੁਰੂ ਅੰਗਦ ਦੇਵ ਸਾਹਿਬ ਗੁਰੂ ਅਮਰਦਾਸ ਸਾਹਿਬ ਗੁਰੂ ਰਾਮਦਾਸ ਗੁਰੂ ਦੇ ਸ਼ਬਦ ਦੁਆਰਾ ਸਮਾ ਗਏ ਰੱਬ ਵਿੱਚ ਲੀਨ ਹੋ ਗਏ ਇਵੇਂ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਹੇ ਗੁਰੂ ਰਾਮ ਵਾਹਿਗੁਰੂ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਨੇ ਹੇ ਗੁਰੂ ਅਰਜਨ ਦੇਵ ਸਾਹਿਬ ਜੀ ਪਾਰਸ ਦੀ ਨਿਆਈ ਆਪਣੇ ਨਾਲ ਪਰਸ ਕੇ ਆਪਣੇ ਨਾਲ ਮਿਲਾ ਕੇ ਤੇ ਤੁਹਾਨੂੰ ਬ੍ਰਹਮ ਨਾਲ ਮਿਲਾ ਦਿੱਤਾ ਹੈ ਆਪਣੇ ਤੁਲ ਕਰ ਲਿਆ ਏ ਜੈ ਜੈਕਾਰ ਜਾਸ ਜਗ ਅੰਦਰ ਜੈ ਜੈਕਾਰ ਜਾਸ ਜਗ ਅੰਦਰ ਜਾਸ ਜਿਸ ਗੁਰੂ ਅਰਜਨ ਦੇਵ ਮਹਾਰਾਜ ਆਪ ਜੀ ਦਾ ਸਾਰੇ ਹੀ ਜਗ ਸੰਸਾਰ ਦੇ ਅੰਦਰ ਵਿੱਚ ਜੈ ਜੈਕਾਰ ਹੋ ਰਿਹਾ ਹੈ ਭਾਵ ਆਪ ਦਾ ਜਸ ਫੈਲ ਰਿਹਾ ਸੰਸਾਰ ਵਿੱਚ ਮੰਦਰ ਭਾਗ ਜੁਗਤ ਸਿਵ ਰਹਿਤਾ ਮੰਦਰ ਭਾਗ ਆਪ ਜੀ ਭਾਗ ਭਾਗਾਂ ਕਰਮਾਂ ਦੇ ਮੰਦਰ ਹੋ ਭਾਵ ਪੁੰਨਵਾਨ ਹੋ ਜੁਗਤ ਸਿਵ ਰਹਿਤਾ ਤੇ ਫਿਰ ਮਹਾਰਾਜ ਜੁਗਤ ਨਾਮ ਹੁੰਦਾ ਜੁੜਨ ਦਾ ਸਿਵ ਨਾਮ ਹੈ ਕਲਿਆਣ ਰੂਪ ਕਰਤਾਰ ਦਾ ਕਲਿਆਣ ਰੂਪ ਕਰਤਾਰ ਦੇ ਵਿੱਚ ਜੁਗਤ ਜੁੜੇ ਹੋਏ ਰਹਿਤਾ ਰਹਿੰਦੇ ਹੋ ਜਾਂ ਮੰਦਰ ਭਾਗ ਮਹਾਰਾਜ ਸਾਹਿਬ ਜੀ ਆਪ ਮੰਦਰ ਭਾਗ ਹੁੰਦਾ ਵੀ ਆਪ ਭਾਗਾਂ ਦੇ ਮੰਦਰ ਹੋ
ਜਿਵੇਂ ਮੰਦਰ ਥੱਲੇ ਆ ਕੇ ਹਰ ਕੋਈ ਸਹਾਰਾ ਭਾਲਦਾ ਨਾ ਘਰ ਦੇ ਵਿੱਚ, ਐਵੇਂ ਜੁਗਤ ਸਿਵ ਰਹਿਤਾ ਜਿਸ ਮੰਦਰ ਵਿੱਚ ਆ ਕੇ ਪਾਓ, ਆਪ ਜੀ ਦੀ ਹਜ਼ੂਰ ਸੰਗਤ ਵਿੱਚ ਆ ਕੇ ਜੀਵ ਜਿਹੜੇ ਹਨ ਉਹ ਕਲਿਆਣ ਸਰੂਪ ਕਰਤਾਰ ਵਿੱਚ ਜੁਗਤ ਜੁੜੇ ਹੋਏ ਰਹਿੰਦੇ ਹਨ, ਲੀਨ ਹੋਏ ਰਹਿੰਦੇ ਹਨ। ਗੁਰ ਪੂਰਾ ਪਾਇਓ ਵੱਡ ਭਾਗੀ, ਗੁਰ ਪੂਰਾ ਪਾਇਓ ਵੱਡ ਭਾਗੀ। ਭੱਟ ਸਾਹਿਬ ਜੀ ਕਹਿੰਦੇ ਨੇ ਵੀ ਹੇ ਪੂਰਨ ਗੁਰੂ ਸਤਿਗੁਰੂ ਅਰਜਨ ਦੇਵ ਜੀ, ਅਸੀਂ ਆਪ ਜੀ ਨੂੰ ਵੱਡਿਆਂ ਭਾਗਾਂ ਕਰਮਾਂ ਕਰਕੇ ਪਾਉਣਾ ਕੀਤਾ ਹੈ ਆਪ ਜੀ ਦੀ ਸੰਗਤ ਨੂੰ। ਲਿਵ ਲਾਗੀ ਮੇਦਨ ਭਰ ਸਹਿਤਾ, ਜੋ ਮੇਦਨ ਧਰਤੀ ਦੇ ਭਰ ਭਾਰ ਨੂੰ ਸਹਿਤਾ ਸਹਾਰਨ ਵਾਲਾ ਸ਼ੇਸ਼ ਨਾਗ ਹੈ, ਉਹਦੀ ਵੀ ਜਿਸ ਪਰਮੇਸ਼ਰ ਚ ਲੇ ਬਿਰਤੀ ਲਾਗੀ ਲੱਗੀ ਆ, ਉਸ ਦਾ ਆਪ ਸਰੂਪ ਹੋ ਗੁਰ। ਗੁਰ ਪੂਰਾ ਪਾਇਓ ਵੱਡ ਭਾਗੀ, ਇਹ ਸਤਿਗੁਰੂ ਅਰਜਨ ਦੇਵ ਜੀ ਆਪ ਜੀ ਨੇ ਉਸ ਵੱਡੇ ਭਾਗਾਂ ਦੇ ਨਾਲ ਪੂਰਨ ਗੁਰੂ ਸਤਿਗੁਰੂ ਰਾਮਦਾਸ ਸਾਹਿਬ ਜੀ ਨੂੰ ਪਾਉਣਾ ਕੀਤਾ ਹੈ। ਲਿਵ ਲਾਗੀ ਮੇਦਨ ਭਰ ਸਹਿਤਾ, ਜਿਸ ਗੁਰੂ ਰਾਮਦਾਸ ਜੀ ਦੀ ਪਰਮੇਸ਼ਰ ਦੇ ਚਰਨਾਂ ਚ ਲੇ ਬਿਰਤੀ ਲੱਗੀ ਹੋਈ ਆ, ਜੋ ਧਰਤੀ ਦੇ ਭਾਰ ਨੂੰ ਸਹਿਤਾ ਸਹਾਰ ਰਿਹਾ ਹੈ, ਉਹੀ ਰੂਪ ਚੌਥੇ ਪਾਤਸ਼ਾਹ ਨੇ, ਉਹਨਾਂ ਜੀ ਤੁਹਾਡੀ ਲੇਵ ਲੱਗੀ, ਉਹੀ ਰੂਪ ਤੁਸੀਂ ਹੋ ਰਹੇ ਹੋ। ਭੈ ਭੰਜਨ ਪਰ ਪੀਰ ਨਿਵਾਰਨ, ਇਹ ਪੰਜਵੇਂ ਪਾਤਸ਼ਾਹ ਆਪ ਜੀ ਕਾਲ ਦਾ ਜਿਹੜਾ ਭੈ ਡਰ ਹੈ ਨੂੰ ਭੰਜਨ ਨਾਸ ਕਰਨ ਵਾਲੇ ਹੋ, ਪਰ ਪੀਰ ਨਿਵਾਰਨ ਤੇ ਪਰਾਈ ਪੀਰ ਪੀੜਾ ਨੂੰ ਨਿਵਾਰਨ ਮੇਟਣ ਵਾਲੇ ਹੋ, ਪਰ ਭਲੀ ਪ੍ਰਕਾਰ ਵਿਦਿਆ ਦੀਆਂ ਦਰਦਾਂ ਨੂੰ ਮੇਟਣ ਵਾਲੇ ਹੋ। ਕੱਲ ਸਹਾਰ ਤੋਹੇ ਜਸ ਬਖਤਾ, ਕੱਲ ਸਹਾਰ ਤੋਹੇ ਜਸ ਬਖਤਾ, ਤੇ ਇਸੇ ਕਰਕੇ ਕੱਲ ਸਹਾਰ ਭੱਟ ਜੀ ਆਪ ਜੀ ਦੇ ਜਸ ਨੂੰ ਬਗਤਾ ਉਚਾਰਨ ਕਰਦਾ ਹੈ। ਕੁੱਲ ਸੋਢੀ ਗੁਰ ਰਾਮਦਾਸ ਤਨ, ਕੁੱਲ ਸੋਢੀ, ਕੁੱਲ ਪੋਲਾ ਉਚਾਰਨਾ, ਕੁੱਲ ਸੋਢੀ ਗੁਰ ਰਾਮਦਾਸ ਤਨ, ਹੇ ਗੁਰੂ ਅਰਜਨ ਦੇਵ ਜੀ ਆਪ ਸੋਢ ਕੁੱਲ ਵੰਸ਼ ਦੇ ਸਤਿਗੁਰੂ ਰਾਮਦਾਸ ਜੀ ਦੇ ਤਨ ਕਹਿੰਦੇ ਨੇ ਸੁਪੁੱਤਰ ਹੋ। ਧਰਮ ਤੁਜਾ ਅਰਜੁਨ ਹਰ ਭਗਤਾ, ਧਰਮ ਦੀ ਤੁਜਾ ਨਿਸ਼ਾਨ ਕਾਇਮ ਕਰਨ ਵਾਲੇ ਹੋ, ਭਾਵ ਧਰਮ ਦਾ ਨਿਸ਼ਾਨ ਸਾਹਿਬ ਉਹ ਝੰਡਾ ਹੋਏ ਪੰਜਵੇਂ ਪਾਤਸ਼ਾਹ ਜੀ ਆਪ, ਅਰਜੁਨ ਹਰ ਭਗਤਾ, ਤੇ ਭਗਤਾਂ ਨੂੰ ਹਰ ਪਰਮੇਸ਼ਰ ਦੇ ਵਿੱਚ ਪ੍ਰੇਮਾ ਭਗਤੀ ਦੁਆਰਾ ਜੋੜਨ ਵਾਲੇ ਹੋ, ਪ੍ਰੇਮਾ ਭਗਤੀ ਦ੍ਰਿੜ ਕਰਾਉਣ ਵਾਲੇ ਹੋ, ਮਹਾਰਾਜ ਆਪ ਭਗਤੀ ਦਾ ਹੀ ਰੂਪ ਹੋ। ਧਰਮ ਧੀਰ ਗੁਰਮਤ ਗਭੀਰ, ਧਰਮ ਧੀਰ ਗੁਰਮਤ ਗਭੀਰ, ਸਤਿਗੁਰੂ ਅਰਜਨ ਦੇਵ ਜੀ ਆਪ ਧਰਮ ਧਰਮ ਨੂੰ ਧੀਰ ਧੀਰਜਤਾ ਸਹਾਰਾ ਦੇਣ ਵਾਲੇ ਹੋ, ਗੁਰਮਤ ਗਭੀਰ, ਗਭੀਰ ਟਿੱਪੀ ਤੋਂ ਰਹਿਤ ਹੈ, ਗੁਰੂ ਦੀ ਸਿੱਖਿਆ ਵਿੱਚ ਬੜੇ ਹੀ ਗਭੀਰ ਡੂੰਘੇ ਹੋ, ਜਾਂ ਧਰਮ ਧੀਰ ਗੁਰਮਤ ਗਭੀਰ, ਆਪ ਧਰਮ ਦੇ ਵਿਸ਼ੇ 'ਚ ਵੀ ਧੀਰਜਵਾਨ ਹੋ, ਗੁਰਮਤ ਦੇ ਵਿਸ਼ੇ 'ਚ ਵੀ ਗੰਭੀਰ ਡੂੰਘੇ ਜਾਣਵਾਨ ਗਿਆਨਵਾਨ ਹੋ। ਪਰ ਦੁੱਖ ਵਿਸਾਰਨ, ਪਰਾਏ ਦੁੱਖਾਂ ਨੂੰ ਵਿਸਾਰਨ ਵਿਸਰਜਣ ਨਾਸ ਕਰਨ ਵਾਲੇ ਹੋ। ਸ਼ਬਦ ਸਾਰ ਹਰ ਸਮ ਉਦਾਰ, ਹੇ ਸਤਿਗੁਰੂ ਆਪ ਸ਼ਬਦ ਦਾ ਉਪਦੇਸ਼ ਸਾਰ ਸ੍ਰੇਸ਼ਟ ਰੂਪ ਬਖਸ਼ਦੇ ਹੋ, ਸ਼ਬਦ ਸਾਰ ਆਪ ਜੀ ਦਾ ਉਪਦੇਸ਼ ਸਾਰ ਸ੍ਰੇਸ਼ਟ ਰੂਪ ਹੈ, ਆਪ ਜੀ ਦਾ ਉਪਦੇਸ਼ ਸਾਰ ਸਿਧਾਂਤ ਸ੍ਰੇਸ਼ਟ ਰੂਪ ਵਾਹਿਗੁਰੂ ਦੀ ਪ੍ਰਾਪਤੀ ਕਰਾਉਣ ਵਾਲਾ ਹੈ। ਹਰ ਸਮ ਉਦਾਰ, ਤੇ ਹਰੀ ਰੱਬ ਦੇ ਵਾਂਗ ਹੀ ਆਪ ਉਦਾਰ ਚਿੱਤ ਰੱਬ ਦੇ ਸਮਾਨ ਹੀ ਦਾਤੇ ਹੋ। ਅਹੰ ਮੇਵ ਨਿਵਾਰਨ, ਅਹੰ ਮੇਵ ਹੰਕਾਰ ਨੂੰ ਮੇਟਣ ਵਾਲੇ ਹੋ। ਮਹਾਦਾਨ ਸਤਿਗੁਰ ਗਿਆਨ, ਇਹ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਬ੍ਰਹਮ ਗਿਆਨ ਰੂਪੀ ਮਹਾ ਵੱਡਾ ਦਾਨ ਦੇਣ ਵਾਲੇ ਹੋ, ਵੱਡੇ ਦਾਨੀ ਹੋ ਤੁਸੀਂ, ਮਹਾਦਾਨੀ ਹੋ, ਗੁਰੂ ਸਾਹਿਬ ਜੀ ਆਪ ਗੁਣਾਂ ਦੇ ਗਿਆਨ ਦੇ ਦਾਤੇ ਹੋ। ਮਨ ਚਾਓ ਨਾ ਹੁੱਟੈ, ਮਨ ਚਾਓ ਨਾ ਹੁੱਟੈ, ਆਪ ਜੀ ਦੇ ਮਨ ਦੇ ਵਿੱਚ
ਮਹਾਰਾਜ ਸਾਹਿਬ ਜੀ ਉਹ ਐਸਾ ਦਾਨ ਦਿੰਦੇ ਆ, ਮਨ ਦਾ ਚਾਓ ਹੁੱਟੇ ਹੁੱਟਦਾ ਥੱਕਦਾ ਨਹੀਂ ਵੀ ਬਸ ਕਰੀਏ ਵੀ ਹੁਣ ਹੋਰ ਕਿਸੇ ਨੂੰ ਨਹੀਂ ਸਿੱਖਿਆ ਦੇਣੀ। ਸਦਾ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖਿਆ ਦਾ ਦਾਨ ਦਿੰਦੇ ਹੋ। ਸਤਵੰਤ ਹਰ ਨਾਮ ਮੰਤਰ, ਇਹ ਸਤਿਗੁਰੂ ਜੀ ਆਪ ਸਤਵੰਤ ਸਤ ਪ੍ਰਤੱਗੀ ਹੋ, ਹਰ ਨਾਮ ਮੰਤਰ ਆਪ ਕੋਲ ਹਰੀ ਦਾ ਨਾਮ ਰੂਪੀ ਮੰਤਰ ਹੈ, ਸਿੱਖਾਂ ਦੇ ਤਾਈ ਨਾਮ ਮੰਤਰ ਦਿੰਦੇ ਹੋ। ਨਾਮ ਨਿਧ ਨਾਨਕੁੱਟ, ਆਪ ਜੀ ਦੇ ਦਿੱਤੇ ਨੌ ਨਦੀਆਂ ਰੂਪੀ ਪਦਾਰਥ ਨਿਕੁੱਟੇ ਮੁੱਖ ਦੇ ਹੀ ਨਹੀਂ ਹਨ, ਕਿਉਂਕਿ ਨਾਮ ਕਰਕੇ ਨੌ ਨਿਧ ਪਦਾਰਥ ਮਿਲਦੇ ਨੇ, ਉਹ ਨੌ ਨਿਧ ਸਾਰੇ ਸੁੱਖਾਂ ਦਾ ਖਜ਼ਾਨਾ ਮੁੱਕਦਾ ਨਹੀਂ ਨਾਮ ਦੁਆਰਾ। ਗੁਰ ਰਾਮਦਾਸ ਤਨ ਸਰਬ ਮੈਂ ਤੇ ਬਿੰਦੀ ਨਹੀਂ ਲੱਗਣ ਦੇਣੀ, ਗੁਰ ਰਾਮਦਾਸ ਤਨ ਸਰਬ ਮੈਂ ਤੋਂ ਭਾਵ ਹੈ ਇੱਥੇ ਵਿਆਪਕ ਵਿੱਚ, ਹੇ ਸ੍ਰੀ ਗੁਰੂ ਰਾਮਦਾਸ ਜੀ ਦੇ ਤਨ ਤੋਂ ਭਾਵ ਸਪੁੱਤਰ ਗੁਰੂ ਅਰਜਨ ਦੇਵ ਜੀ ਆਪ ਸਰਬ ਸਾਰਿਆਂ ਦੇ ਹੀ ਮੈਂ ਵਿੱਚ ਵਿਆਪਕ ਹੋ। ਸਹਿਜ ਚੰਦੋਆ ਤਾਣੇ, ਆਪ ਜੀ ਨੇ ਸਹਿਜ ਸ਼ਾਂਤੀ ਰੂਪੀ, ਸਹਿਜ ਗਿਆਨ ਰੂਪੀ, ਸਹਿਜ ਅਵਸਥਾ ਵਾਲਾ ਚੰਦੋਆ ਤਾਣਿਆ ਪਾਵ ਆਨੰਦ ਮਾਣ ਰਹੇ ਹੋ, ਜਸ ਰੂਪੀ ਚੰਦੋਆ ਆਪਣੇ ਸੀਸ ਦੇ ਉੱਤੇ ਤਾਣਿਆ ਹੋਇਆ ਏ। ਗੁਰ ਅਰਜੁਨ ਕਲ ਉੱਚਰੈ, ਗੁਰ ਅਰਜੁਨ ਕਲ ਉੱਚਰੈ, ਕਲ ਉੱਚਰੈ ਜਿਵੇਂ ਕੱਕਾ ਲੱਲਾ ਜਈਆ ਐੜਾ ਤੇ ਉੜੇ ਔਂਕੜ, ਕਲ ਉੱਚਰੈ ਗੁਰ ਅਰਜੁਨ ਕਲ ਉੱਚਰੈ ਤੈ ਯੋਗ ਰਸ ਜਾਣਿਓ, ਕਲ ਨਾਮ ਦੇ ਭੱਟ ਜੀ ਉਚਾਰਨ ਕਰਦੇ ਨੇ, ਹੇ ਗੁਰੂ ਅਰਜਨ ਦੇਵ ਸਾਹਿਬ ਜੀ ਤੈ ਰਾਜ ਯੋਗ ਰਸ ਜਾਣਿਓ, ਆਪ ਜੀ ਨੇ ਰਾਜ ਪ੍ਰਕਾਸ਼ ਰੂਪ ਪਰਮੇਸ਼ਰ ਜੋ ਹੈ ਉਹਦੇ ਨਾਮ ਵਿੱਚ ਯੋਗ ਜੁੜਨ ਦਾ ਜਿਹੜਾ ਰਸ ਆਨੰਦ ਹੈ ਉਹ ਜਾਣਿਓ ਜਾਣਿਆ ਹੈ, ਤੈ ਰਾਜ ਯੋਗ ਰਸ ਜਾਣਿਓ, ਆਪ ਜੀ ਦੇ ਉਪਦੇਸ਼ ਦੁਆਰਾ ਸਿੱਖਾਂ ਨੇ ਪ੍ਰਕਾਸ਼ ਰੂਪ ਵਾਹਿਗੁਰੂ ਦਾ ਜੋ ਨਾਮ ਹੈ ਉਹਦੇ ਵਿੱਚ ਜੁੜਨ ਦਾ ਜਿਹੜਾ ਰਸ ਹੈ ਉਹ ਜਾਣਿਆ ਹੈ, ਭਾਵ ਆਪ ਜੀ ਨੇ ਰਾਜ ਯੋਗ ਕੀਤਾ ਹੈ। ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ, ਗੁਰੂ ਸਾਹਿਬ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਗੁਰ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋਆ ਤਾਣਿਓ, ਗੁਰ ਅਰਜੁਨ ਕਲ ਉਚਰੈ ਤੈ ਰਾਜ ਯੋਗ ਰਸ ਜਾਣਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।